सेट करी जाइए तो सिर्फ गल्ला ही करी जाइए पूरे साल, ठीक है, प्रैक्टिस ना करिए। इन रियलिटी प्रैक्टिस कौन करेगा? मैं नहीं, तुहाडे बेस ते करांगा, तुसीं आप करनी। जिहड़ा जिन्नी ज़्यादा प्रैक्टिस करेगा उन्नी वधिया अचीवमेंट हासिल करेगा। हुण अपने आप देखना कि असीं की कर रहे हाँ, कर भी रहे हैं नहीं कर रहे हैं, ठीक है। सो जिवें भाजी ने कहा सी कि फाउंडेशन रखी जा चुकी है, ठीक है। सो जिहड़े बन्ने रहणगे इस कमिटमेंट दे नाल, दे विल बी ग्रोइंग। तुसीं 2024 च कितना कितने हासिल करोगे कुछ ना कुछ। जे 2023 की गल करिए, तुहानूं लगता कि तुसीं कुछ हासिल नहीं किया? एटलीस्ट नॉलेज हुई है, मार्केट की डेप्थ का पता लग रहा, चाहे ब्रेक इवन वल वध रहे हो, नो प्रॉफिट नो लॉस से बैठे हो, या कुछ जने जिहड़े लॉस से बैठे आ, किहदी कमी है? मेरी कई भैणां वीरां नाल गल होई, इन परसन भी होई, ठीक है। सो कह रहे हैं कि सर साडी अपनी कमी रही है ऑलवेज। सो जे तुसीं मानदे हो, कभी असी अपनी गलती मनी है घर के कभी ना? मेरी गलती असी लड़न बहन्दे हाँ गोडे गोडे, है ना, अपने बड़िया नाल भी, परिवार नाल भी, लोगों नाल भी। साड़ी तो गलती, मेरी तो गलती हो ही नहीं सकती। इतने असी अपनी जी गलती मननी शुरू करती ना, साड़ी ओवरऑल परसनैलिटी चेंज आएगा। सही हो, ये तो चेंज अपने च आया ना कि असी अपनी मिसटेक्स न एक्सैप्ट करना शुरू करता कि हाँ ये मार्केट की गलती नहीं सी सर, ये मेरी गलती सी, मैं रोंग टाइम पर प्लान किया, मैं रोंग टाइम पर लोड साइज जोड़ा है स्विच किया, है ना, मैं रोंग साइड पर जी है रोंग लोके साइड पर मैं ट्रेड ले ली, मैं 4 आवर नू मिस किया, मैं फंडामेंटल न्यूज़ नहीं चेक की। तो कितना कितने जो असं अपनी गलती नू लिख रहे हैं तो उन्होंने रियलाइज कर रहे हैं, इट मीनस असी बहुत इंप्रूव हो गए हैं। अपने बच्चे नू कभी कह के देखो अपनी गलती मन नहीं मानता, ठीक है। तो असी एक साल से स्किल सैट डिवेलप कर लिया कि जिते साड़ी गलती हैगी है उत्थे असी एक्सैप्ट करना सीख गए हैं। फ्रैक्स एक अलग चीज़ होने के बावजूद भी थोड़ी ओवरऑल परसनल लाइफ में भी एक हाइट देगी। किनू किनू लग रहा मैं सही कंसैप्ट ते गल कर रहा? हाँ जी सर, बिल्कुल सही है। एक समझ लो ये ट्रेडिंग का कंसैप्ट हो गया। जे आपां अपनी लाइफ का कंसैप्ट भी देखिए ना, जिवें जिंदगी का चैप्टर है ना, ਉਹਦੇ ਵਿੱਚ ਜਿਹੜੀਆਂ ਆਪਾਂ ਪਿੱਛੇ ਗਲਤੀਆਂ ਕੀਤੀਆਂ ਨੇ, ਡੇਲੀ ਰੂਟੀਨ ਦੀਆਂ ਗਲਤੀਆਂ, ਉਹ ਵੀ ਰਿਅਲਾਈਜ਼ ਹੁੰਦੀਆਂ ਨੇ ਕਿਤੇ ਕਿਤੇ ਯਾਰ, ਵੀ ਇੱਥੇ ਇੱਥੇ ਤਾਂ ਗਲਤੀਆਂ ਕੀਤੀਆਂ ਨੇ ਨਾ, ਇੱਥੇ ਪਿੱਛੇ ਆ ਤੁਸੀਂ, ਇੱਥੇ ਗਲਤ ਕੀਤਾ। ਉਹ ਚੀਜ਼ਾਂ ਹੀ ਬਹੁਤ ਰਿਅਲਾਈਜ਼ ਹੁੰਦੀਆਂ ਨੇ ਜੀ। ਵੀ ਜਿਵੇਂ ਆਪਾਂ ਟ੍ਰੇਡਿੰਗ ਦੇ ਚੈਪਟਰ ਨੂੰ ਕਹਿੰਦੇ ਹਾਂ ਵੀ ਉਵੇਂ ਸੁਧਾਰ ਰਹੇ ਹਾਂ, ਹੌਲੀ ਹੌਲੀ ਗਲਤੀਆਂ ਰਿਅਲਾਈਜ਼ ਕਰਦੇ ਹਾਂ, ਉਵੇਂ ਜ਼ਿੰਦਗੀ ਦੇ ਵਿੱਚ ਵੀ ਥੋੜਾ ਚੇਂਜ ਆ ਰਿਹਾ ਜੀ, ਬਿਲਕੁਲ ਆਏਗਾ ਜੀ, ਰਿਅਲਾਈਜ਼ ਹੁੰਦਾ ਜੀ। ਹਾਂਜੀ ਹਾਂਜੀ, ਜਿਹੜਾ ਬੰਦਾ ਡਾਲਰਾਂ 'ਚ ਲੋਸ ਸਹਿ ਜਾਏਗਾ ਨਾ, ਉਹਨੂੰ ਫਿਰ ਰੁਪਈਆਂ ਦੇ ਲੋਸ ਦੀ ਪਰਵਾਹ ਨਹੀਂ ਹੁੰਦੀ, ਉਹਦਾ ਕੋਈ ਗੱਲ ਨਹੀਂ, ਠੀਕ ਹੈ। ਹਾਂਜੀ, ਸੋ ਸਾਡਾ ਜਿਹੜਾ ਓਵਰਆਲ ਟੀਮ ਦਾ ਟਾਰਗੇਟ ਹੈਗਾ ਉਹ ਹੈਗਾ ਕਿ ਅਸੀਂ 2024 'ਚ ਅਸੀਂ ਫਾਈਨੈਂਸ਼ੀਅਲ ਫਰੀਡਮ ਹਾਸਲ ਕਰਨਾ ਹੈ, ਠੀਕ ਹੈ। ਹੁਣ ਕਿਹਨੂੰ ਕਿਹਨੂੰ ਲੱਗਦਾ ਕਿ $1,00,000 ਘੱਟ ਹੈ ਫਾਈਨੈਂਸ਼ੀਅਲ ਫਰੀਡਮ ਦੇ ਲਈ? ਕਿਹਨੂੰ ਕਿਹਨੂੰ ਲੱਗਦਾ ਕਿ $5,000-10,000 ਬਹੁਤ ਨੇ, ਅੱਜ ਦੀ ਜ਼ਿੰਦਗੀ 'ਚ ਅੱਜ ਤੱਕ ਨਹੀਂ ਕਮਾਏ ਇੰਨੇ, ਸੇਵਿੰਗ ਨਹੀਂ ਹੋਈ ਹੁਣ ਤੱਕ ਇੰਨੀ, ਮਹੀਨੇ 'ਚ ਅਸੀਂ 20-25 ਹਜ਼ਾਰ ਤੱਕ ਕਮਾ ਰਹੇ ਹਾਂ, ਸਟਰਗਲ ਕਰ ਰਹੇ ਹਾਂ, ਦੂਜੇ ਦੀ ਗੁਲਾਮੀ ਕਰ ਰਹੇ ਹਾਂ, ਠੀਕ ਹੈ। ਅਤੇ ਜੇ ਸਾਨੂੰ $1,000 ਵੀ ਮਹੀਨੇ ਦਾ ਮਿਲ ਜਾਏ ਤਾਂ ਅਸੀਂ ਚੜ੍ਹਦੀ ਕਲਾ 'ਚ ਹੋਵਾਂਗੇ, ਕਿਉਂਕਿ $80,000-90,000 ਬਣਦਾ $1,000 ਦਾ ਮੰਥਲੀ, ਤਾਂ ਕੋਸਟ ਕੋਈ ਨਹੀਂ ਬਿਜ਼ਨਸ ਦੀ, ਕੋਈ ਕਿਰਾਇਆ ਨਹੀਂ ਹੈ ਨਾ, ਕੋਈ ਕਮਿਸ਼ਨ ਨਹੀਂ, ਕੁਛ ਨਥਿੰਗ, ਹੈ ਨਾ। ਸੋ ਉਹ ਤੁਸੀਂ ਜਿਵੇਂ ਜਿਵੇਂ ਕਰੋਗੇ ਤੁਹਾਨੂੰ ਐਕਸਪੀਰੀਅੰਸ ਹੁੰਦਾ ਜਾਏਗਾ, ਤੁਸੀਂ ਜ਼ਿਆਦਾ ਕੰਫੀਡੈਂਟ ਹੁੰਦੇ ਜਾਓਗੇ, ਤੁਸੀਂ ਵੱਡੇ ਲੋਡ ਸਾਈਜ਼ ਨੂੰ ਸਵਿਚ ਕਰਾਂਗੇ, ਉਹ ਲੈਵਲ ਹੁੰਦਾ ਜਦੋਂ ਅਸੀਂ ਬ੍ਰੇਕ ਈਵਨ 'ਤੇ ਕ੍ਰੋਸ ਕਰਕੇ ਲਰਨਿੰਗ ਸੈਸ਼ਨ, ਲਰਨਿੰਗ ਫੇਜ਼ ਨੂੰ ਜਿਹੜਾ ਹੈਗਾ ਉਹ ਕ੍ਰੋਸ ਕਰ ਗਏ ਨੇ। ਓਕੇ, ਜੇ ਅਸੀਂ ਲਰਨਿੰਗ ਫੇਜ਼ ਦੇ ਵਿੱਚ ਹੀ ਅਮੀਰ ਬਣਨ ਦੇ ਸੁਪਨੇ ਦੇਖਣ ਲੱਗ ਗਏ, ਫਿਰ ਅਸੀਂ ਕੀ ਕਰਦੇ, ਅਕਾਊਂਟ 2 ਬਲੋ ਹੋ ਗਏ, 3 ਬਲੋ ਹੋ ਗਏ, ਨਹੀਂ ਜੀ ਸਭ ਫਰੋਡ ਹੈ, ਛੱਡੋ, ਇਹ ਤਾਂ ਸਭ ਫਰੋਡ ਹੈ। ਸੋ ਇਹ ਚੀਜ਼ ਵੀ ਜਿਹੜੀ ਹੈਗੀ ਨਾ, ਅਸੀਂ ਇਸ ਚੀਜ਼ ਨੂੰ ਵੀ ਦੇਖਣਾ ਹੈ ਕਿ ਕਿਤੇ ਸਾਡਾ ਲੂਜ਼ਿੰਗ ਮਾਇੰਡ ਸੈੱਟ ਤਾਂ ਨਹੀਂ ਹੈਗਾ। ਜਿਵੇਂ ਮੈਂ ਕੱਲ੍ਹ ਕਿਹਾ ਸੀਗਾ, ਸਾਡਾ ਇਨਵਾਇਰਮੈਂਟ, ਸਾਡੇ ਫੈਮਿਲੀ ਦੀ ਪਰਵਰਿਸ਼, ਸਾਡਾ ਸੋਸ਼ਲ ਇਨਵਾਇਰਮੈਂਟ ਸਾਨੂੰ ਸਾਡੇ ਹਰ ਡਿਸੀਜ਼ਨ ਨੂੰ ਇੰਪੈਕਟ ਕਰਦਾ, ਠੀਕ ਹੈ ਜੀ। ਪਹਿਲਾਂ ਅਸੀਂ ਇਹ ਚੈੱਕ ਕਰਨਾ ਕਿ ਸਾਡਾ ਪਰਸਨਲ ਜਿਹੜਾ ਸਾਡੇ ਲਾਈਫ ਦਾ ਇਨਵਾਇਰਮੈਂਟ ਹੈ ਉਹ ਕਿੱਦਾਂ ਦਾ ਹੈ, ਅਸੀਂ ਕਿਹੜੇ ਇਨਵਾਇਰਮੈਂਟ 'ਚ ਰਹਿ ਰਹੇ ਹਾਂ, ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਪ੍ਰੋਫਿਟ ਟਾਰਗੇਟ ਫਰੋਮ ਟ੍ਰੇਡਿੰਗ ਅਸੀਂ ਕੀ ਰੱਖਣਾ ਹੈ, ਠੀਕ ਹੈ ਜੀ। ਸਾਡਾ ਐਨੂਅਲ ਟਾਰਗੇਟ ਕੀ ਹੋਣਾ ਚਾਹੀਦਾ ਪ੍ਰੋਫਿਟ ਦੇ ਲਈ? ਵੀਕਲੀ ਰੱਖੋ ਟਾਰਗੇਟ ਆਪਣਾ, ਅਕਾਊਂਟ ਸਾਈਜ਼ ਦੇ ਅਕੋਰਡਿੰਗ। ਹੁਣ ਤੁਸੀਂ ਦੱਸੋ, ਤੁਹਾਨੂੰ ਮੈਂ ਇੱਕ ਪਿਕਚਰ ਦਿਖਾਉਂਦਾ ਜਿਹੜੀ ਮੈਨੂੰ ਕਿਸੇ ਵੀਰ ਨੇ ਸ਼ੇਅਰ ਕੀਤੀ ਹੈ, ਆਈ ਥਿੰਕ ਇਟਸ ਹੇਅਰ ਸਮਵੇਅਰ। ਆ ਸਭ ਨੂੰ ਨਜ਼ਰ ਆ ਰਹੀ ਹੈ ਜੀ? ਕੋਈ ਐਸਾ ਵੀ ਹੈਗਾ ਜਿਹਨੂੰ 30 ਪਿਪ ਦੇ ਨਾਲ ਲੱਗਦਾ ਕਿ ਮੈਂ ਕਦੇ ਅਮੀਰ ਨਹੀਂ ਹੋ ਸਕਦਾ? 2024 ਦਾ ਟਾਰਗੇਟ ਰੱਖੋ। ਸ਼ੋਅ ਨਹੀਂ ਹੋ ਰਹੀ ਸਰ ਸਕਰੀਨ, ਸਕਰੀਨ ਸ਼ੋਅ ਨਹੀਂ ਹੋ ਰਹੀ, ਉਹ ਕਿਉਂ, ਕਿਸੇ ਨੂੰ ਵੀ ਨਹੀਂ ਸ਼ੋਅ ਹੋ ਰਹੀ ਜੀ? ਨਹੀਂ ਭਾਜੀ, ਵਿਜ਼ਿਬਲ ਹੋ ਰਹੀ ਹੈ, ਹੋ ਰਹੀ ਹੈ ਜੀ, ਹੋ ਰਹੀ ਹੈ, ਹੋ ਰਹੀ ਹੈ ਭਾਜੀ, ਹੋ ਰਹੀ ਹੈ।
ਇਹ ਵੀਰ ਜਸਵੀਰ ਸਿੰਘ ਨੇ ਸਾਡੇ ਨਾਲ, ਠੀਕ ਹੈ, ਉਹਨਾਂ ਨੇ ਸ਼ੇਅਰ ਕੀਤੀ। ਸਾਨੂੰ ਪਤਾ ਹੈ ਕਿ ਪਾਵਰ ਆਫ ਕੰਪਾਊਂਡਿੰਗ ਕੀ ਹੁੰਦੀ ਹੈ। ਵੱਡਾ ਅਸੀਂ ਵੱਡੇ ਟਾਰਗੇਟ ਵੱਲ ਨਹੀਂ ਭੱਜਣਾ, ਸਿਰਫ ਅਸੀਂ ਇਸ ਚੀਜ਼ 'ਤੇ ਟਾਰਗੇਟ ਰੱਖਣਾ ਹੈ। ਕਿਉਂਕਿ ਮੈਂ ਤੁਹਾਨੂੰ ਕਿਉਂ ਸ਼ੇਅਰ ਕਰ ਰਿਹਾ ਸਕਰੀਨ ਪਹਿਲਾਂ, ਕਿਉਂਕਿ ਤੁਸੀਂ ਆਪਣੇ ਟਾਰਗੇਟ ਇਹ ਤੋਂ ਮੋਟੀਵੇਟਡ ਹੋ ਕੇ ਲਿਖਣੇ ਨੇ ਕਿ ਮੈਂ ਕੋਈ ਵੱਡਾ ਟਾਰਗੇਟ ਰੱਖਣਾ 5-10 ਲੱਖ ਡਾਲਰ। ਮੇਰਾ ਟਾਰਗੇਟ ਹੈਗਾ ਡੇਲੀ ਦੇ 30, 40, 50 ਜਾਂ 100 ਪਿਪਸ। ਆਪਣਾ ਟਾਰਗੇਟ ਪਿਪ ਬੇਸਡ ਹੋਏਗਾ। ਗੋਲਡ ਦੀ ਮੈਂ ਐਗਜ਼ਾਮਪਲ ਦੇਵਾਂਗਾ, ਠੀਕ ਹੈ। ਸੋ ਅਸੀਂ ਡੇਲੀ ਦੇ ਪਿਪ ਕਿੰਨੇ ਹੋ ਗਏ? 50। ਹੁਣ ਲੋਟ ਸਾਈਜ਼ ਸਾਡੇ ਅਕਾਊਂਟ ਦੇ ਅਕੋਰਡਿੰਗ ਹੋਏਗਾ। ਤੁਸੀਂ 100 ਡਾਲਰ ਦਾ ਰੱਖੋ ਆਪਣਾ ਕੈਪੀਟਲ, ਤੁਸੀਂ ਆਪਣੀ ਅਕਾਊਂਟ ਬੈਲੈਂਸ 1000 ਦਾ ਰੱਖੋ, 10 ਹਜ਼ਾਰ ਦਾ ਰੱਖੋ, ਠੀਕ ਹੈ ਜੀ। ਇਹ 100 ਡਾਲਰ ਤੋਂ ਸ਼ੁਰੂ ਕਰਾਂਗੇ ਆਪਾਂ, ਠੀਕ ਹੈ। ਹੁਣ ਤੁਹਾਡੇ ਮਨ 'ਚ ਆਏਗਾ ਕਿ ਭਾਅ ਜੀ ਪਹਿਲਾਂ ਆਪਾਂ ਕਈ 100 ਗਵਾ ਚੁੱਕੇ ਹਾਂ 2023, ਫਿਰ 100 ਦਾ ਚੈਪਾ ਪਾ ਰਹੇ ਹੋ, ਠੀਕ ਹੈ, ਫਿਰ 500 ਕਰ ਲਓ, ਰਾਈਟ। ਮੈਨੂੰ ਪਤਾ ਹੈ ਟੀਮ ਦੇ ਵਿੱਚ ਐਜ਼ ਏ ਬਿਗਨਿੰਗ 4-4, 5-5 ਵੀ ਅਕਾਊਂਟ ਬਲੋ ਹੋਏ ਨੇ 100 ਡਾਲਰਸ 'ਤੇ। ਸੋ ਕੁੱਲ ਮਿਲਾ ਕੇ ਲੱਖ ਲੱਖ ਦਾ ਲੋਸ ਹੋਇਆ ਹੈ, ਹੈ ਨਾ। ਸੋ ਉਹ ਪੇਨਫੁੱਲ ਹੈ, ਮੇਰੇ ਲਈ ਵੀ ਪੇਨਫੁੱਲ ਹੈ। ਸੋ ਚੈਲੰਜ ਵੀ ਹੈਗਾ ਸਾਡੇ ਲਈ ਕਿ ਅਸੀਂ ਐਜ਼ ਏ ਟੀਮ ਕਿਵੇਂ ਮੂਵ ਕਰਨਾ, ਠੀਕ ਹੈ। ਸੋ ਵੀਰ ਜੀ ਆਹ ਵਾਲਾ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ, ਗਰੁੱਪ 'ਚ ਆਏਗਾ, ਸਿਖਨੋਮਿਕਸ ਦੇ ਨਾਂ 'ਤੇ ਆਏਗਾ, ਤੁਹਾਨੂੰ ਇੱਕ ਪੂਰੀ ਨਾ ਪੂਰਾ ਲਾ ਕੇ, ਤਾਂ ਕਿ ਉਹ ਸਾਹਮਣੇ ਰਹੇ, ਹੈ ਨਾ, ਸਾਰਿਆਂ ਦੇ। ਇਹ ਬੀਨ ਫੈਕਟ fxtrader.com ਇੱਕ ਵੈਬਸਾਈਟ ਹੈ, ਉਹਨਾਂ ਨੇ ਕੀਤਾ, ਬਹੁਤ ਵਧੀਆ ਬਣਾਇਆ ਉਹਨਾਂ ਨੇ, ਸਿੰਪਲ ਕੈਲਕੂਲੇਸ਼ਨਸ ਹੈ। ਅਤੇ ਉਹਨਾਂ ਨੇ ਟਾਰਗੇਟ ਕੀਤਾ 30 ਪਿਪਸ ਡੇਲੀ ਟਾਰਗੇਟ, 5 ਡੇਜ਼ ਏ ਵੀਕ। ਸੋ ਹੁਣ ਅਸੀਂ ਇਗਜ਼ਾਮਪਲ ਦਈਏ ਜੇ ਜਨਵਰੀ ਮਹੀਨਾ ਜਿਵੇਂ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਨਾਲ, ਹੈ ਨਾ। 100 ਡਾਲਰ ਦਾ ਅਕਾਊਂਟ ਹੈਗਾ, ਲੋਡ ਸਾਈਜ਼ ਕਿੰਨਾ ਰੱਖਣਾ ਹੈ, ਕੀ ਹੈ ਜੀ ਇਹ? 2023 ਚ ਆਪਾਂ ਨਾ 0.01 ਚ ਹੀ ਫਸੇ ਰਹੇ ਤੇ ਕੁਛ ਨਹੀਂ ਬਣਿਆ। ਹੁਣ ਆਪਾਂ 100 ਡਾਲਰ ਨਾਲ ਡਾਇਰੈਕਟ 0.10 ਦਾ ਰੱਖਣਾ, ਰਾਈਟ, ਦਿਮਾਗ ਇਹ ਕਹਿ ਰਿਹਾ ਨਾ। ਲੇਕਿਨ ਅਸੀਂ ਪਾਵਰ ਆਫ ਕੰਪਾਊਂਡਿੰਗ ਦੇ ਉੱਤੇ ਵੀ ਟਰੱਸਟ ਕਰਨਾ ਹੈ, ਠੀਕ ਹੈ। ਅਸੀਂ ਇੱਕਦਮ ਨਹੀਂ ਅਮੀਰ ਬਣਨ ਦੀ ਕੋਸ਼ਿਸ਼ ਕਰਨਾ। ਤੁਸੀਂ ਚਾਹੁੰਦੇ ਹੋ ਕਿ 2021 'ਚ 100 ਡਾਲਰ ਦੀ ਇਨਵੈਸਟਮੈਂਟ ਕਰਕੇ ਡਿਸਪਲਿਨ ਦੇ ਨਾਲ ਤੁਸੀਂ 21,000 ਡਾਲਰ 'ਤੇ ਪੁੱਜੋ, ਕੀ ਇਹ ਘੱਟ ਹੈ? 16 ਲੱਖ ਰੁਪਈਆ, 18 ਲੱਖ ਰੁਪਈਆ, ਸੋਰੀ, ਜਿਹਨੂੰ ਲੱਗਦਾ ਕਿ 21,000 ਘੱਟ ਹੈ, ਫਿਰ ਉਹ 100 ਡਾਲਰ ਦਾ ਰੂਲ ਤੋੜ ਕੇ ਇੱਥੇ 0.10 ਕਰ ਸਕਦਾ ਹੈ। ਦੋ ਟ੍ਰੇਡਾਂ ਲਾਓ, ਬਲੋਕ ਕਰੋ ਅਤੇ ਘਰ ਵਾਪਸ ਬੈਠੋ ਅਤੇ ਸਾਨੂੰ ਗਾਲਾਂ ਕੱਢੋ, ਰਾਈਟ। ਲੇਕਿਨ ਇਹ ਨਹੀਂ ਹੈ, ਸਿੰਪਲ ਜੀ ਕੈਲਕੂਲੇਸ਼ਨਸ ਹੈ, ਇਹ ਸੱਚ ਹੈ। ਰਾਜਾ ਬੈਂਕ ਇੱਕ ਡਾਇਨਾਮਿਕ ਟ੍ਰੇਡਰ ਹੈ, ਲੈਂਡਮਾਰਕ ਹੈਗਾ ਆਪਣੀ ਏਸ਼ੀਅਨ ਕਮਿਊਨਿਟੀ ਦੇ ਵਿੱਚ, ਜਿਹਨੇ ਇੱਕ ਹਾਸਲ ਕੀਤਾ ਬਹੁਤ ਕੁਛ, ਠੀਕ ਹੈ। ਸਾਡੇ 'ਚ ਵੀ ਇਨਮੇਕਿੰਗ ਨੇ ਟ੍ਰੇਡਰਸ ਬਹੁਤ ਜ਼ਿਆਦਾ, ਠੀਕ ਹੈ। ਮੈਂ ਆਪਣੇ ਬਾਰੇ ਵੀ ਗੱਲ ਕਰਾਂਗਾ, ਆਉਣ ਵਾਲੇ 2 ਸਾਲ ਮੇਰੇ ਲਈ ਵੀ ਬੜੇ ਚੈਲੇਂਜਿੰਗ ਹੈ, ਅਤੇ ਮੈਂ ਵੀ ਚਾਹੁੰਦਾ ਕਿ ਮੇਰਾ ਵੀ ਇੱਕ ਇੰਟਰਨੈਸ਼ਨਲ ਪਲੇਟਫਾਰਮ 'ਤੇ ਨਾ ਹੋਵੇ, ਅਤੇ ਬਾਕੀ ਸਿੱਖ ਵੀ ਇਸ ਚੀਜ਼ ਨੂੰ ਦੇਖਣ ਕਿ ਯਸ ਜਦੋਂ ਕਰ ਸਕਦਾ ਹੈ, ਹੈ ਨਾ। 42 ਦੀ ਏਜ 'ਚ ਤਾਂ ਅਸੀਂ ਵੀ ਵਧੀਆ ਕਰ ਸਕਦੇ ਹਾਂ, ਖਾਸ ਕਰੀਏ ਯੂਥ ਨੂੰ ਅਸੀਂ ਮੋਟੀਵੇਟ ਕਰਨਾ ਚਾਹੁੰਦੇ ਹਾਂ ਕਿ ਇਸ ਮਾਰਕੀਟ 'ਚ ਆਓ, ਠੀਕ ਹੈ ਜੀ। ਸੋ 100 ਡਾਲਰ ਦੇ ਅਕਾਊਂਟ 'ਚ ਅਸੀਂ ਲੋਡ ਸਾਈਜ਼ ਰੱਖਣਾ ਹੈ 0.01, ਡੇਲੀ ਟਾਰਗੇਟ ਕੀ ਹੈ? 30 ਪਿਪ। 0.01 ਦੇ ਅਕੋਰਡਿੰਗ ਸਾਨੂੰ ਕਿੰਨੇ ਪਿਪ, ਕਿੰਨੇ ਡਾਲਰ ਚਾਹੀਦੇ ਡੇਲੀ ਦੇ? 3 ਡਾਲਰਸ। ਵੀਕਲੀ ਟਾਰਗੇਟ ਕਿੰਨਾ ਹੈ? 15 ਡਾਲਰ ਹੋ ਗਿਆ। ਮੰਥਲੀ ਕਿੰਨਾ ਹੈ? 60 ਡਾਲਰ। ਤੁਹਾਡੇ ਕੋਲ ਕੁੱਲ ਮਿਲਾ ਕੇ 100+, ਇਹ ਲੋਸ ਕੱਢ ਕੇ ਹੈ ਤੁਹਾਡਾ। ਤੁਸੀਂ ਜੇ 6 ਕਮਾਏ, ਤੁਸੀਂ 6 ਤੁਹਾਡਾ ਲੋਸ ਹੋ ਗਿਆ, ਤੁਸੀਂ 3 ਡਾਲਰ ਕਮਾ ਲਏ, ਡਨ ਫੋਰ ਦਾ ਡੇ, ਆਊਟ, ਠੀਕ ਹੈ। ਇਹ 3 ਟ੍ਰੇਡਸ ਦੀ ਗੱਲ ਕਰ ਰਿਹਾ ਮੈਂ ਇਸ ਅਕਾਊਂਟ ਦੇ ਨਾਲ, 3 ਟ੍ਰੇਡਸ ਜਾਂ 2 ਟ੍ਰੇਡ। ਇੱਕ ਜਦੋਂ ਤੁਹਾਡੇ 3 ਡਾਲਰ ਪੂਰੇ ਹੋ ਗਏ, 4 ਲਈ ਕੋਸ਼ਿਸ਼ ਨਹੀਂ ਕਰਨੀ। ਜਿੱਥੇ ਆਪਾਂ 25-30 ਸਾਲ, 26 ਸਾਲ, 40 ਸਾਲ ਵੇਟ ਕੀਤਾ ਜ਼ਿੰਦਗੀ 'ਚ, ਉੱਥੇ 1 ਸਾਲ ਆਪਾਂ ਸਬਰ ਕਰਨਾ, ਡਿਸਪਲਿਨ ਦੇ ਨਾਲ ਚੱਲਣਾ ਹੈ, ਇੱਥੋਂ ਇੱਥੇ ਤੱਕ ਆਉਣਾ ਹੈ। ਅਤੇ 21,000 ਡਾਲਰ ਬਹੁਤ ਨੇ, ਆਪਣੇ ਆਪ ਨੂੰ ਪੁੱਛੋ ਕੀ ਬਹੁਤ ਹੈ ਜਾਂ ਘੱਟ ਲੱਗ ਰਿਹਾ ਕਿਸੇ ਨੂੰ ਇੱਥੇ? ਬਹੁਤ ਹੈ ਜਿਹਨੂੰ ਘੱਟ ਲੱਗ ਰਿਹਾ, ਇੱਥੇ 0 ਹੋਰ ਲਾ ਲਿਓ, 1000 ਤੋਂ ਸ਼ੁਰੂ ਕਰ ਦਿਓ, ਠੀਕ ਹੈ। ਤੁਸੀਂ ਡਾਇਰੈਕਟ ਇੱਥੇ ਆ ਜਾਓ, ਤੁਸੀਂ 0.5 ਸ਼ੁਰੂ ਕਰ ਦਿਓ। 21,000 ਦੇ ਬਦਲੇ ਜਿਹੜਾ ਹੈਗਾ ਉਹ ਕਿੰਨਾ ਹੋ ਜਾਏਗਾ? 2 ਲੱਖ ਡਾਲਰ ਦਾ ਪ੍ਰੋਫਿਟ ਵੀ ਹੋ ਸਕਦਾ ਹੈ ਐਜ਼ ਪਰ ਕੈਲਕੂਲੇਸ਼ਨਸ, ਠੀਕ ਹੈ। ਇਹਦੇ ਇਸ ਦੌਰਾਨ ਆਪਾਂ ਸਾਈਕੋਲੋਜੀ ਨੂੰ ਸਾਡੀ ਮੇਨਟੇਨ ਹੋ ਜਾਏਗੀ, ਕਿਉਂਕਿ ਲੋਡ ਸਾਈਜ਼ ਛੋਟਾ ਰਹੇਗਾ, ਪਲੱਸ ਅਸੀਂ ਆਪਣੇ ਕੋਲੋਂ ਸਿਰਫ 100 ਲਾਇਆ ਸੀ। ਬੇਸ਼ੱਕ ਲੋਸ ਹੋ ਵੀ ਜਾਏ, ਵੀ ਡੈਮ ਕੇਅਰ, ਇੰਨੇ ਸਾਲ ਨਹੀਂ ਕੁਛ ਕੀਤਾ ਵਧੀਆ, ਅਤੇ 1 ਸਾਲ ਹੋਰ ਸਹੀ, ਬਟ ਸਾਡਾ ਟਾਰਗੇਟ ਹੋਣਾ ਨਹੀਂ ਚਾਹੀਦਾ। ਕਿਤੇ ਨਾ ਕਿਤੇ ਸਾਡੇ ਆਪਣੀ ਮੈਨੂਅਲ ਮਿਸਟੇਕ ਹੁੰਦੀ, ਜਿੱਥੇ ਸਾਡਾ ਸਾਨੂੰ ਸੈੱਟਬੈਕ ਮਿਲਦਾ ਹੈ ਮਾਰਕੀਟ 'ਚੋਂ, ਹੈ ਨਾ। ਮਾਰਕੀਟ ਸਿੰਪਲ ਜਿਹੀ ਗੱਲ ਹੈ, ਜਿਵੇਂ ਕਿ ਸਿੱਖੀਜ਼ਮ 'ਚ ਕਹਿੰਦੇ ਆ 250 ਚੜੇ, ਠੀਕ ਹੈ ਨਾ। ਜੋ ਮਾਰਕੀਟ ਅੱਗੇ ਖੜੇਗਾ ਨਾ, ਉਹਨੂੰ ਮਾਰਕੀਟ ਉਡਾ ਦੇਗੀ। ਬਹੁਤ ਵੱਡੀ ਮਾਰਕੀਟ ਹੈ, 7.7 ਟ੍ਰਿਲੀਅਨ ਡਾਲਰਸ ਏ ਡੇ। ਸੋ ਅਸੀਂ ਅੜਨਾ ਨਹੀਂ, ਅਸੀਂ ਨਾਲ ਚੱਲਣਾ ਹੈ, ਟ੍ਰੈਂਡ ਇਜ਼ ਫਰੈਂਡ ਸਮਝ ਕੇ, ਠੀਕ ਹੈ ਜੀ।
सो एंड ऑफ मंथ तुहाडे कोल $160 हो गए, $160 तुसी कैरी फॉरवर्ड किते फरवरी च, टारगेट उही रहा 200 तक असी वेट करना है, सेम लोड साइज रखना है, $15 वही वीकली टारगेट रहा। इस दे दौरान ये थोड़े अपने एनालिसिस ने, थोड़े अपने प्रॉफिट ने, तुसी जड़ा हैगा वो अकाउंट आलमोस्ट आलमोस्ट डबल कर लेना है तीजे महीने च, 340 हो गए, अप्रैल चले जाओ 340 हो गए, ठीक है, अकाउंट साइज ट्रिपल कर लो क्योंकि थोड़ा अकाउंट स्टैंड कर सकता है, ठीक है, क्योंकि ये 1% 2% रूल के अकॉर्डिंग ही हैगा रिस्क। ओके, लोड साइज भी, सो $9 डेली का टारगेट रखो, हो सकता है ईजली 3 पिप 30 पिप मार्केट $3 ऊपर नीचे गई गोल्ड की, थोड़ा $9 मिल गए, 9 का लॉस हो गया, अगली ट्रेड ट्राई करो, 9 होर दैट्स डन, डन फॉर द डे, 10 की कोशिश नहीं करनी अपा ने, ठीक है। इतने साडा लालच शुरू हो जाता है, एक जुआरी जड़ा हुंदा ना गैम्बलिंग, जेडे कैजिनो जाते हैं, ठीक है, जेडे जिन्होंने पता होएगा वो की करता ना, उन्होंने ना वो जेडे गैम्बलिंग वाले वो कोशिश करते हैं कि ना इनू प्रॉफिट हो जाए पहले ही, मतलब राउंड दे विच, मान लो उन्हें $100 लाया, उन्होंने 2000 का प्रॉफिट होएगा जो जित जाता है, जेड़ा 2000 का प्रॉफिट होएगा ना उन्होंने वो दे के एक आदत पा रहे उस चीज़ की, फिर वो 2000 लेके जाएगा नहीं वापस, वो एक होर राउंड खेलेगा, उन्हें चाहिए कि उन्हें चले जाना चाहिए उतों, लेकिन वो होर खेलेगा फिर वो लूज करेगा। सो जे वो खाली आया सी ना $100 लेके आया सी, वो खाली जाएगा एंड ऑफ द डे, एंड ऑफ द नाइट, एंड ऑफ द गेम, क्योंकि ये उन्होंने उन्होंने ह्यूमन साइकोलॉजी को चंगी तरह, बहुत चंगी तरह मास मेजोरिटी जी हैगी है उन्होंने साइकोलॉजी को स्टडी किया होंगे, ता ही कैजिनो गेम खेलते हैं जी। परविंदर अकाउंट ब्लो हो रहे, डिपॉजिट की गल कर रहे हो, विदड्रॉ की गल कर रहे हो, मैं कहता सी भी मतलब इन्होंने दस्या होया ना भी अपना $100 तो स्टार्ट करके भी किदा किदा अकाउंट डबल होना है, है ना जी, भी किदा अकाउंट ग्रो होना, बट जिदा अपने तुसी ने कल डिस्कस किया अपने भी तुसी ने भी जे थानू प्रॉफिट $5 का $10 का भी हो वह भी तुसी विदड्रॉ करो भी जिहड़े थानू पॉजिटिव मोटीवेट करूगा भी कुछ अपन नू भी उह च अपन इह च अपन नू चार्ट च सिखना होगा चार्ट होगा जिहड़ा तुसी ने दस्सिया भी कल मिल जाएगा भी उह च अपन नू इह चीज़ भी अपन नू दस्सना होगा तुसी ने विदड्रॉ भी किन्ना करना है ना जी ਇਸ ਅਕਾਊਂਟ ਸਾਹਿਬ ਦੇ ਕੁਝ ਇਦਾਂ ਦਾ ਚਾਹੁੰਦੇ ਹੋ ਨਾ ਕਿ $21,000 ਤੁਸੀਂ ਅਕਾਊਂਟਸ ਦੇਖਣਾ ਚਾਹੁੰਦੇ ਫਿਰ ਤੁਸੀਂ ਨਾ ਵਿਡਰੋ ਕਰੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਐਂਡ ਨੀਡਸ ਹੈਗੀਆਂ ਠੀਕ ਹੈ ਤੁਸੀਂ ਐਜ਼ ਏ ਟ੍ਰੇਡਰ ਯੂ ਡੈਮ ਕੇਅਰ ਤੁਹਾਨੂੰ ਡੇਲੀ ਦਾ ਜਿਹੜਾ ਹੈ ਪ੍ਰੋਫਿਟ ਚਾਹੀਦਾ ਵੀਕਲੀ ਤੁਸੀਂ ਕੁਝ ਨਾ ਕੁਝ ਵਿਡਰੋ ਕਰਨਾ ਤੁਸੀਂ ਵਿਡਰੋ ਕਰ ਸਕਦੇ ਹੋ ਇਹ ਪਾਵਰ ਆਫ ਕੰਪਾਊਂਡਿੰਗ ਦੀ ਗੱਲ ਕਰ ਰਿਹਾ ਮੈਂ ਕਿ ਐਂਡ ਆਫ ਦਾ ਈਅਰ ਤੁਸੀਂ ਜੇ ਇਹ ਵਾਲੇ ਫਾਰਮੂਲੇ ਨੂੰ ਰੱਖਦੇ ਹੋ ਨਾ ਤੁਸੀਂ ਪਿਪ ਨੂੰ ਜਿਹੜਾ ਹੈਗਾ ਉਹ ਫਿਕਸ ਰੱਖਦੇ ਹੋ ਤੁਸੀਂ ਕਿਸੇ ਵੀ ਟਾਈਮ ਤੇ ਜਾ ਸਕਦੇ ਹੋ ਹੈ ਨਾ $100 ਚ ਆਪਣਾ ਕੀ ਵਿਡਰੋ ਕਰਨਾ ਬਟ ਜੇ ਤੁਸੀਂ ਕੁਝ ਨਾ ਕੁਝ ਵਿਡਰੋ ਕਰੋਗੇ ਨਾ ਨਹੀਂ ਨਹੀਂ $100 ਚ ਨਹੀਂ ਕਹਿੰਦਾ ਜਿੱਦਾਂ ਤੁਸੀਂ ਨਿਕਲੇ ਵੀ ਜਦੋਂ ਅਕਾਊਂਟ ਡਬਲ ਹੁੰਦਾ ਵੀ ਉਹ ਤੁਹਾਨੂੰ ਪੋਜ਼ਿਟਿਵਿਟੀ ਦਿੰਦਾ ਨਾ ਵੀ ਅੱਗੇ ਟ੍ਰੇਡ ਕਰਨ ਟ੍ਰੇਡਿੰਗ ਚ ਜੁੜਨ ਲਈ ਨਹੀਂ ਉਹ ਤਾਂ ਗੱਲ ਦੇਖੋ ਅਲੱਗ ਅਲੱਗ ਸਾਈਕੋਲੋਜੀ ਤੇ ਡਿਪੈਂਡ ਕਰਦਾ ਇੱਥੇ ਇਦਾਂ ਵੀ ਹੋਇਆ ਕਿ ਬੰਦੇ ਨੇ ਅਕਾਊਂਟ ਜਿਹੜੇ ਹੈਗੇ ਉਹ 100 ਤੋਂ 600 ਤੱਕ ਵੀ ਲੈ ਕੇ ਗਏ 300 ਤੱਕ ਵੀ ਲੈ ਕੇ ਗਏ ਅਮਨਪ੍ਰੀਤ ਸਿੰਘ ਦੁਬਈ ਵਾਲੇ ਬਟ ਉਹਨਾਂ ਨੇ ਡੈਲੀਬਰੇਟਲੀ ਬਲੋਕ ਕੀਤਾ ਉਹ ਉਹਨਾਂ ਨੂੰ ਕਿਹੜੀ ਮੋਟੀਵੇਸ਼ਨ ਮਿਲੀ ਉਹਨਾਂ ਨੂੰ ਉਲਟੀ ਮੋਟੀਵੇਸ਼ਨ ਮਿਲੀ ਕਿ ਨਹੀਂ ਚੱਕ ਦੋ ਫੱਟੇ ਹੁਣ ਹੈ ਨਾ ਫੁੱਲ ਲੋਟ ਲੈ ਲਓ ਜੀ ਠੀਕ ਹੈ ਉਹਨਾਂ ਨੇ ਰੂਲ ਨੂੰ ਸਟਿਕ ਨਹੀਂ ਕੀਤਾ ਠੀਕ ਹੈ ਸੋ ਇੱਥੇ ਇਹ ਵੀ ਹੁੰਦਾ ਹੈ ਇਹ ਪਰਸਨ ਟੂ ਪਰਸਨ ਵੈਰੀ ਕਰਦਾ ਮੇਰਾ ਕੀ ਹੈ ਮੈਂ ਹਰ ਚੀਜ਼ ਦੇ ਵਿੱਚ ਲਿਮਿਟਡ ਰਿਸਕ ਲੈਂਦਾ ਮੇਰੀ ਪੂਰੀ ਲਾਈਫ ਦੇ ਵਿੱਚ ਕੰਟਰੋਲਡ ਰਿਸਕ ਹੈਗਾ ਜਿਹੜੀ ਚੀਜ਼ ਮੈਨੂੰ ਸਟ੍ਰੈਸ ਦੇਗੀ ਮੈਨੂੰ ਉਹ ਕਾਮਯਾਬੀ ਚਾਹੀਦੀ ਨਹੀਂ ਮੈਂ ਸੋਸ਼ਲ ਲਾਈਟ ਜਾਂ ਸਪੋਰਟ ਲਾਈਟ 'ਚ ਨਹੀਂ ਆਉਣਾ ਚਾਹੁੰਦਾ ਕਿਉਂਕਿ ਮੈਨੂੰ ਸਟ੍ਰੈਸ ਮਿਲਦਾ ਇਸ ਚੀਜ਼ ਤੋਂ ਮੈਂ ਬਿਲਕੁਲ ਹਿਡਨ ਦੇ ਵਿੱਚ ਰਹਿਣਾ ਪਸੰਦ ਕਰਦਾ ਆਲਵੇਜ਼ ਬਚਪਨ ਤੋਂ ਠੀਕ ਇਨ ਆਈਸੋਲੇਸ਼ਨ ਠੀਕ ਹੈ ਮੈਨੂੰ ਕੋਈ ਨੇਮ ਫੇਮ ਕਦੀ ਮੈਂ ਮਤਲਬ ਪਸੰਦ ਨਹੀਂ ਕਰਦਾ ਮੈਂ ਹੈ ਨਾ ਤੁਸੀਂ ਹੁਣ ਵੀ ਦੇਖਦੇ ਹੋ ਕਿ ਇੰਡੀਆ ਆ ਕੇ ਮੈਂ ਕਦੀ ਮਤਲਬ ਵੀਡੀਓ ਕਾਲ 'ਤੇ ਨਹੀਂ ਆਇਆ ਕਿਸੇ ਨਾਲ ਵੀ ਫੀਲ ਕੀਤਾ ਨਾ ਸਾਰਿਆਂ ਨੇ ਲੋ ਪ੍ਰੋਫਾਈਲ ਲਾਈਫ ਬਿਲਕੁਲ ਭਾਜੀ ਬਿਲਕੁਲ ਠੀਕ ਹੈ ਉਹਦਾ ਇੱਕ ਰੀਜ਼ਨ ਹੈ ਕਿਉਂਕਿ ਇੰਡੀਆ ਦੇ ਵਿੱਚ ਰਿਸਕ ਵੀ ਬਹੁਤ ਨੇ ਹੈ ਨਾ ਵੀਰ ਜੀ ਦਾ ਸਿਧਾਂਤ ਹੈ ਭਾਜੀ ਇਹੀ ਗੱਲ ਕਰ ਰਹੇ ਸੀ ਗੱਲ ਹੋ ਰਹੀ ਸੀ ਕਿ ਭਾਜੀ ਨੇ ਗੱਡੀ ਯਾਰ ਫਰਾਰੀ ਲੈਣੀ ਸੀ ਭਾਜੀ ਨੇ ਲੈ ਲਈ ਦੂਜੀ ਤੇ ਨਹੀਂ ਭਾਜੀ ਆਡੀ ਦੀ ਗੱਲ ਹੋ ਰਹੀ ਸੀ ਭਾਜੀ ਆਡੀ ਦੀ ਗੱਲ ਹੋ ਰਹੀ ਸੀ ਮੈਂ ਕਿਹਾ ਯਾਰ ਭਾਜੀ ਨੇ ਗੱਡੀ ਲੈ ਲਈ ਆਹ ਦੂਜੀ
ਹੋਂਡਾ ਦੀ ਲੈਣੀ ਓਡੀ ਸੀ। ਫਿਰ ਮੇਰੇ ਮਨ 'ਚ ਤੁਹਾਡੀ ਗੱਲ ਆ ਗਈ ਕਿ ਉਹ ਧਮਕੀਆਂ ਜੇ ਮਿਲਦੀਆਂ ਜੋ ਵੀ ਹੈ, ਯਾਰ ਤੁਸੀਂ ਮੈਨੂੰ ਕਿਹਾ ਸੀਗਾ। ਮੇਰੇ ਨਾਲ ਇਹ 2015 16 'ਚ ਹੋ ਚੁੱਕਿਆ ਹੈ। ਮੈਂ ਕਿਹਾ ਭਾਜੀ ਅਸੇ ਇੰਡੀਆ ਸੇਫ ਨਹੀਂ ਹੈਗਾ, ਤੇ ਡੈਡਸ ਵਾਏ ਉਹ ਕਹਿੰਦੇ, ਮੈਂ ਵੈਸੇ ਵੀ ਡਾਊਨ ਡਾਊਨ ਟੂ ਅਰਥ, ਭਾਜੀ ਵੈਸੇ ਸਾਡੇ ਵੈਸੇ ਵੀ ਡਾਊਨ ਟੂ ਅਰਥ ਹੈ। ਨਹੀਂ ਜੇ ਮੈਂ ਚਾਹਾਂ ਤਾਂ ਦੇਖੋ, ਇੱਕ ਤਾਂ ਫਰਾਰੀ ਦੇ ਸਾਡੇ ਰੋਡ ਨਹੀਂ ਹੈਗੇ ਫਰਾਰੀ ਦੇ, ਠੀਕ ਹੈ। ਓਡੀਆਂ ਇੱਥੇ ਨਾ ਫਿਰ ਉਹ ਰਿਕਵਰੀ 'ਤੇ ਘੁੰਮਦੀਆਂ ਵਿਚਾਰੀਆਂ, ਨਿੱਚੇ ਤਾਂ ਨਾ ਉਹ ਕ੍ਰੈਸ਼ ਹੋ ਜਾਂਦੀਆਂ, ਕਿ ਸਾਡੇ ਪੱਥਰ ਇੱਦਾਂ ਨੇ, ਹੈ ਨਾ, ਜੰਪ ਇੱਦਾਂ ਦੇ। ਹੁਣ ਦੇਖੋ ਹਿਮਾਚਲ ਦੇ ਸਾਰੇ ਪੁਲ ਟੁੱਟੇ ਹੋਏ ਆ, ਜਿਹੜੇ ਇਹਨਾਂ ਨੇ ਟੈਂਪਰੇਰੀ ਪੁਲ ਬਣਾਏ ਹੋਏ, ਇਹਨਾਂ ਨੇ ਅਪ ਟੂ ਡਾਊਨ ਬਣਾਏ ਹੋਏ ਆ ਨਾ, ਉਹ ਕਿੰਨੇ ਕਿੰਨੇ ਵੱਡੇ ਪੱਥਰ ਨੇ, ਤੁਸੀਂ ਕਦੀ ਇਲਾਕੇ 'ਚ ਆ ਕੇ ਦੇਖਿਓ, ਤੁਹਾਨੂੰ ਵਾਕਈ ਲੱਗਦਾ ਕਿ ਤੁਸੀਂ ਮਤਲਬ ਨਾ ਸਟੋਨ ਏਜ 'ਚ ਰਹਿ ਰਹੇ ਹੋ, ਪੱਥਰ ਯੁੱਗ ਦੇ ਵਿੱਚ ਸਭ ਕੁਝ ਹੜ ਗਿਆ ਇਸ ਵਾਰ, ਹੈ ਨਾ। ਸੋ ਵੈਸੇ ਵੀ ਜਿਹੜਾ ਸਾਡਾ ਇੱਥੇ ਟ੍ਰੈਫਿਕ ਹੈਗਾ ਉਹ ਇਹਨਾਂ ਗੱਡੀਆਂ ਦੇ ਕਾਬਲ ਹੈ ਨਹੀਂ। ਓਡੀ ਵੀਰੇ ਤੁਸੀਂ ਗਲਤ ਲੈ ਗਏ, ਜਦੋਂ ਵੀਰ ਜੀ ਨੇ ਆਖਿਆ ਸੀ ਓਡੀ ਲੈਣੀ, ਉਹਨਾਂ ਦੇ ਸਾਹਮਣੇ ਫੋਰਚੂਨਰ ਦੀ ਖੜੀ ਸੀ, ਉਹਨਾਂ ਨੇ ਓਡੀ ਹਲਕ ਦੇਖ ਕੇ ਆਖਿਆ ਸੀ ਓਡੀ ਲੈਣੀ ਆ। ਐਕਚੁਅਲੀ ਮੈਂ ਨਾ ਜੀ ਮਟੀਰੀਅਲਿਸਟਿਕ ਟਾਰਗੇਟ ਤੇ ਜ਼ਿਆਦਾ ਕਦੀ ਕੀਤਾ ਨਹੀਂ ਹੈਗਾ ਕੰਸਨਟ੍ਰੇਟ, ਕਿਉਂਕਿ ਮੈਂ ਗੱਡੀ ਆਪਣੇ ਵਾਸਤੇ ਲੈਣੀ, ਲੋਕਾਂ ਨੂੰ ਦਿਖਾਉਣ ਵਾਸਤੇ ਲੈਣੀ। ਇੱਕ ਇੱਥੇ ਕੀ ਹੋਇਆ ਨਾ, ਇੱਥੇ ਇੱਕ ਮੋਬਾਈਲ ਸ਼ੋਪ ਵਾਲਾ ਬੰਦਾ ਸਾਡੇ ਇਲਾਕੇ 'ਚ ਨਾ, ਬਹੁਤ ਫੇਮਸ ਹੈ ਬਬਲੂ ਮੋਬਾਈਲ ਕਰਕੇ, ਉਹਦੀ ਬਹੁਤ ਜ਼ਿਆਦਾ ਸੇਲ ਹੋਈ, ਅਤੇ ਤੁਹਾਡਾ ਲਾਰੈਂਸ ਬਿਸ਼ਨੋਈ ਗੈਂਗ ਨੇ ਉਹਦੇ ਬੇਟੇ ਦੀ ਸਾਰੀ ਵੀਡੀਓ ਬਣਾ ਕੇ ਕਿ ਇੱਥੇ ਜਾਂਦਾ ਇਸ ਸਕੂਲ, ਸਾਨੂੰ ਪਤਾ ਸਾਰਾ, ਅਸੀਂ ਚੱਕ ਲਾਂਗੇ, ਸਾਨੂੰ ਕਰੋੜ ਦੇ ਦੇ। ਵਿਚਾਰੇ ਦੀ 50 ਲੱਖ ਦੇ ਕੇ ਜਾਨ ਛੁੱਟੀ ਹੈ, 2023 ਦਾ ਮਸਲਾ ਹੈ, ਠੀਕ ਹੈ। ਅਤੇ ਮੇਰੇ ਨਾਲ ਇਹ ਵਾਕਿਆ 2018 'ਚ ਹੋ ਚੁੱਕਿਆ, 15 'ਚ ਸੋਰੀ, ਠੀਕ ਹੈ। ਪੋਲੀਟੀਕਲ ਵੀ ਉਹਦੇ 'ਚ ਇਨਵੋਲਵ ਸੀਗਾ, ਕਿਉਂਕਿ ਮੈਂ ਫੇਸਬੁੱਕ 'ਤੇ ਬਹੁਤ ਬੋਲਡਲੀ ਲਿਖਦਾ ਹੁੰਦਾ ਸੀ। ਸੋ ਮੇਰੇ ਬੇਟੇ ਦਾ ਸਕੂਲ ਸਾਰਾ ਉਹਨਾਂ ਨੇ ਟਰੈਕ ਕੀਤਾ, ਅਤੇ ਜਦੋਂ ਸ਼ੱਕ ਹੋਇਆ ਫਿਰ ਮੈਂ SPDSP ਨਾਲ ਗੱਲ ਕੀਤੀ ਦੁਬਈ ਤੋਂ, ਉਦੋਂ ਫਿਰ ਜਾ ਕੇ ਕਿਤੇ ਨਾ ਕਿਤੇ ਪ੍ਰੋਬਲਮ ਸੋਲਵ ਹੋਈ। ਹੁਣ ਵੀ ਮੈਨੂੰ ਡਰ ਰਹਿੰਦਾ ਜਦ ਤੱਕ ਬੱਚੇ ਘਰ ਨਹੀਂ ਆ ਜਾਂਦੇ। ਓਕੇ, ਸੋ ਇਹ ਪ੍ਰੋਫਾਈਲ ਦੀ ਗੱਲ ਨਹੀਂ ਹੈ ਕਿ ਜਿਹੜੇ ਘਰ ਦੇ 3-3 ਬੰਦੇ ਬਾਹਰ ਹੋਣ ਨਾ, ਅਤੇ ਹਰ ਚੀਜ਼ ਹੋਵੇ ਅਤੇ ਨੈਚੁਰਲੀ ਹੈ, ਉਹਦੇ ਵਿੱਚ ਪੜੋਸੀ ਹੀ ਸ਼ਾਮਿਲ ਹੁੰਦੇ ਆ। ਇੱਥੇ ਇੱਕ ਸਕੂਲ ਦਾ ਪ੍ਰਿੰਸੀਪਲ ਸੀਗਾ, ਜਿਸ ਸਕੂਲ 'ਚ ਮੈਂ ਐਜ਼ ਏ ਮਾਰਕੀਟਿੰਗ ਕੰਮ ਕੀਤਾ ਸੀ 2005-04 ਦੇ ਵਿੱਚ, ਚਾਰ ਵਿੱਚ ਤਿੰਨ ਦੇ ਵਿੱਚ, ਹੈ ਨਾ। ਪ੍ਰਿੰਸੀਪਲ ਸੀਗਾ ਉਹਦੀ, ਉਹਨੂੰ ਰਾਤ ਨੂੰ ਕਤਲ ਕਰ ਛੱਡਿਆ, ਕਿਹਨੇ ਕੀਤਾ, ਪੰਜਾਬ ਦੇ ਕੁਛ ਮੁੰਡੇ ਸੀਗੇ ਇੱਥੇ ਆਪਣੇ ਰਹਿੰਦੇ ਹੋਏ, ਹੈ ਨਾ, ਜੋਬ ਕਰਦੇ ਸੀਗੇ, ਉਹਨਾਂ ਨੇ ਇੱਕ ਗੈਂਗ ਬਣਾਈ, ਠੀਕ ਹੈ। ਇੱਕ ਤਾਂ ਇੱਕ ਨਾ ਜਿੰਮ ਖੋਲਿਆ ਹੋਇਆ ਸੀ ਆਪਣਾ, ਇੱਕ ਲੋਕਲ ਬੰਦਾ ਉਹਨਾਂ ਉਸ ਬੰਦੇ ਦਾ ਕਲੋਜ਼ ਜਿਹੜਾ ਫਰੈਂਡ ਸੀਗਾ, ਫੈਮਿਲੀ ਫਰੈਂਡ, ਉਹਨੂੰ ਇਨਵੋਲਵ ਕੀਤਾ, ਉਹਨਾਂ ਨੇ ਉਸ ਬੰਦੇ ਨੂੰ ਜਾ ਕੇ ਰਾਤ ਨੂੰ ਕਤਲ ਕੀਤਾ ਹੈਮਰਸ ਦੇ ਨਾਲ, ਠੀਕ ਹੈ। ਸੋ ਪੈਸੇ ਕਰਕੇ ਜਿੱਥੇ ਵੀ ਯੂਪੀ ਬਿਹਾਰ ਆ ਗਿਆ ਉੱਥੇ ਕ੍ਰਾਈਮ ਬਹੁਤ ਜ਼ਿਆਦਾ ਹੈ। ਇਹ ਚੀਜ਼ਾਂ ਪਹਿਲਾਂ ਨਹੀਂ ਸੀ ਹੁੰਦੀ, ਹੁੰਦੀਆਂ ਸੀ ਬਟ ਇਸ ਲੈਵਲ ਤੱਕ ਨਹੀਂ ਸੀ। ਸਾਡੀ ਜਿਹੜੀ ਸਟੇਟ ਦੀ ਪੁਲਿਸ ਹੈ ਨਾ, ਉਹ ਅੱਧੀ ਪੁਲਿਸ ਸਾਡੀ ਯੂਪੀ ਬਿਹਾਰ ਘੁੰਮ ਰਹੀ ਹੈ, ਵਾਂਟਿਡ ਲੋਕਾਂ ਨੂੰ ਲੱਭ ਰਹੀ ਹੈ, ਕੇਸਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਤੁਸੀਂ ਹਿਮਾਚਲ ਦੇ ਪੁਲਿਸ ਤੁਹਾਨੂੰ ਘੱਟ ਲੱਭੇਗੀ ਕਦੇ ਵੀ ਆਓ ਹਿਮਾਚਲ, ਕਿਉਂਕਿ ਸਾਡੀ ਸਾਰੀ ਪੁਲਿਸ ਵਿਚਾਰੀ ਯੂਪੀ ਬਿਹਾਰ ਧੱਕੇ ਖਾ ਰਹੀ। ਇੱਥੋਂ ਬੰਦੇ ਕ੍ਰਾਈਮ ਕਰਦੇ ਨੇ, ਉਹ ਭੱਜ ਜਾਂਦੇ ਨੇ, ਅਤੇ ਉਹ ਵਿਚਾਰੇ ਲੱਭਦੇ ਫਿਰਦੇ ਉਹਨਾਂ ਨੂੰ ਉੱਥੇ, ਹੈ ਨਾ। ਸੋ ਇਹ ਇਸ ਇੱਕ ਰਿਐਲਿਟੀ ਹੈ, ਉਧਰੋਂ ਕ੍ਰਾਈਮ ਕਰਕੇ ਉਹ ਇੱਧਰ ਆ ਕੇ ਲੁਕ ਜਾਂਦੇ ਆ। ਹਾਂਜੀ ਬਿਲਕੁਲ। ਸੋ ਇਸ ਚੀਜ਼ ਦਾ ਜਿਹੜਾ ਹੈਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਹੋਂਡਾ ਇਸ ਕਰਕੇ ਸਿਲੈਕਟ ਕੀਤੀ ਕਿਉਂਕਿ ਪ੍ਰੂਵਨ ਗੱਡੀ ਹੈ, ਅਤੇ ਫੋਰ ਮੀ ਦਾ ਸੇਫਟੀ ਫੀਚਰਸ ਆਰ ਅਮੇਜ਼ਿੰਗ, ਠੀਕ ਹੈ। ਸੋ ਬਾਕੀ ਹੋਏਗਾ ਟਾਰਗੇਟ ਅੱਗਾ, ਅਗਲਾ ਸਰਪ੍ਰਾਈਜ਼ ਹੋਏਗਾ ਉਹ ਵੀ 2024 'ਚ, ਐਵੇਂ ਹੀ ਲਾਸਟ ਈਅਰ 'ਚ ਅਗਰ ਵਾਹਿਗੁਰੂ ਜੀ ਨੇ ਚਾਹਿਆ। ਬਟ ਆਈ ਡੋਂਟ ਥਿੰਕ ਸੋ ਕਿ ਮੇਰੇ ਪੈਸੇ ਨਾਲ ਤੁਹਾਨੂੰ ਕਦੀ ਮੋਟੀਵੇਸ਼ਨ ਮਿਲੇਗੀ। ਤੁਸੀਂ ਡਿਸਪਲਿਨ ਨਹੀਂ ਹੋਣਾ ਮੇਰੇ ਪੈਸੇ ਨਾਲ, ਤੁਸੀਂ ਡਿਸਪਲਿਨ ਨਹੀਂ ਹੋਣਾ ਮੇਰੀ ਗੱਡੀ ਦੇ ਨਾਲ, ਤੁਸੀਂ ਡਿਸਪਲਿਨ ਨਹੀਂ ਹੋਣਾ ਮੇਰੀ ਕੋਠੀ ਦੇ ਨਾਲ, ਠੀਕ ਹੈ। ਮੇਰੇ ਟਾਰਗੇਟ ਸਿਕਨੋਮਿਕਸ ਵਾਸਤੇ ਹੈਗੇ ਨੇ ਹੁਣ, ਮੇਰੇ ਟਾਰਗੇਟ ਪਰਸਨਲ ਨਹੀਂ ਹੈਗੇ। ਮੇਰੇ ਟਾਰਗੇਟ ਹੈਗਾ ਕਿ ਮੈਂ ਕਿੰਨੀ ਛੇਤੀ ਸਿਕਨੋਮਿਕਸ ਜਿਹੜਾ ਹੈਗਾ ਆਫਲਾਈਨ ਸੈਂਟਰ ਓਪਨ ਕਰਾਂ, ਕਿੰਨੀ ਛੇਤੀ ਆਪਾਂ ਆਪਣੀ ਕਮਿਊਨਿਟੀ ਦੇ ਕਿਹੜੇ ਟ੍ਰੇਡਰ 'ਤੇ ਕਿੰਨਾ ਵਰਕ ਕਰੀਏ, ਕਿਹਦੇ 'ਚ ਕਿੰਨਾ ਪੋਟੈਂਸ਼ੀਅਲ ਹੈਗਾ। ਅਸੀਂ ਸਾਈਕੋਲੋਜੀਕਲ ਲੈਵਲ 'ਤੇ ਐਨਾਲਿਸਿਸ ਕਰ ਰਹੇ ਹਾਂ ਇਸ ਵੇਲੇ, ਤੁਹਾਡਾ ਵੀ ਹੋ ਰਿਹਾ ਐਨਾਲਿਸਿਸ, ਠੀਕ ਹੈ। ਕਿਹੜੇ 'ਚ ਕੀ ਪ੍ਰੋਬਲਮ ਹੈਗੀ ਹੈ, ਕਿੰਨਾ ਪੋਟੈਂਸ਼ੀਅਲ ਰੱਖਦੇ ਨੇ, ਹੈ ਨਾ। ਸੋ ਕਿਹੜੇ ਨੇ ਸਾਡਾ ਪੈਟਰਨ ਕਾਪੀ ਕਰਨਾ ਹੈ, ਸਾਨੂੰ ਸਭ ਪਤਾ ਹੈ। ਸੋ ਹਰ ਚੀਜ਼ ਦੀ ਸਟੱਡੀ ਆਪਾਂ ਜਿਹੜੀ ਹੈ ਰੱਖ ਰਹੇ ਹਾਂ ਉਸ ਚੀਜ਼ ਦੀ, ਤਾਂ ਕਿ ਅਸੀਂ ਜਿਹੜਾ ਵਿੱਚ ਗੈਪ ਹੈਗਾ ਨਾ, ਜਿਹੜਾ ਸਾਡੇ ਲੈਵਲ ਦੇ ਅਕੋਰਡਿੰਗ ਤੁਹਾਡੇ 'ਚ ਹੈਗਾ ਕਿਸੇ 'ਚ ਵੀ, ਅਸੀਂ ਉਹ ਬ੍ਰਿਜ ਕਰਨਾ ਹੈ, ਅਸੀਂ ਉਹ ਠੀਕ ਕਰਨਾ ਹੈ, ਤਾਂ ਕਿ ਤੁਸੀਂ ਇੱਕ ਅਮੇਜ਼ਿੰਗ ਟ੍ਰੇਡਰ ਬਣ ਕੇ ਆ ਸਕੋ। ਇਸ ਕਰਕੇ ਚੀਜ਼ਾਂ ਨੂੰ ਸਮਾਂ ਲੱਗ ਰਿਹਾ, ਅਤੇ ਚੀਜ਼ਾਂ ਨੂੰ ਸਮਾਂ ਲੱਗਣਾ ਚਾਹੀਦਾ, ਠੀਕ ਹੈ ਜੀ। ਮੈਨੂੰ ਸਗੋਂ ਜ਼ਿਆਦਾ ਕਾਹਲੀ ਹੋਣੀ ਚਾਹੀਦੀ ਹੈ, 43 ਚੱਲ ਰਿਹਾ ਮੇਰਾ, ਠੀਕ ਹੈ, ਈਅਰ ਆਫ ਲਾਈਫ। ਸੋ ਮੈਨੂੰ ਜ਼ਿਆਦਾ ਕਾਹਲੀ ਹੋਣੀ ਚਾਹੀਦੀ ਹੈ ਸਕਸੈਸ ਦੀ, ਬਟ ਨਹੀਂ, ਟਾਈਮ, ਇਟ ਵਿਲ ਟੇਕ ਟਾਈਮ। ਜਿਹੜੀ ਚੀਜ਼ਾਂ ਵਧੀਆ ਮੈਚੋਰ ਹੁੰਦੀਆਂ ਉਹ ਟਾਈਮ ਲੈਂਦੀਆਂ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ $100 ਦੀ ਪਾਵਰ ਹੈ, $21,520 ਤੁਸੀਂ ਡੇਲੀ ਦਾ ਟਾਰਗੇਟ ਅਚੀਵ ਕਰਦੇ ਹੋ, ਡੇਲੀ ਦਾ, ਵੀਕਲੀ ਟਾਰਗੇਟ, ਜੇ ਡੇਲੀ ਦਾ ਨਹੀਂ ਕਰ ਰਹੇ ਹੋ, ਵੀਕਲੀ ਕਰ ਰਹੇ ਹੋ ਨਾ, ਸੋ ਐਂਡ ਆਫ ਦਾ ਈਅਰ ਤੁਸੀਂ 16 ਤੋਂ ਲੈ ਕੇ 20 ਲੱਖ ਦੇ ਵਿੱਚ ਹੋਵੋਗੇ। ਇਹਦੇ 'ਚ ਇੱਕ ਚੀਜ਼ ਜ਼ਰੂਰੀ ਹੈ, ਤੁਹਾਨੂੰ ਰੂਲਸ ਜਿਹੜੇ ਹੈ ਫੋਲੋ ਕਰਨੇ ਪੈਣਗੇ, ਰਿਸਕ ਰਿਵਾਰਡ ਰੇਸ਼ੋ, ਟੇਕ ਪ੍ਰੋਫਿਟ, ਹੈ ਨਾ,
फिर जिहड़ा तुहाडा हैगा स्टॉप लॉस मैंडेटरी होएगा, टाइमिंग होएगी, फंडामेंटल टैक्निकल एनालिसिस होएगा, लंबी चैकलिस्ट है जिहड़ी कि ऑलरेडी सारयां दे कोल कई कई बार आपां पोस्ट कर चुके हैं ग्रुप च, खासकर पेंदरजीत कौर जी दे वट्सएप स्टेटस उत्ते यही चीज़ां होंदियां मोस्टली, चैकलिस्ट 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 चैकलिस्ट। जे तुहाडे फोन च तुसीं डाउनलोड करके नहीं रखी मीनस यू आर नॉट सीरीयस एट ऑल, राइट जी, सही कह रहा ना मैं? हाँ जी सर। दो दा पहाड़ा याद किया सी ना मास्टर जी ने, कुट कुट के कराया सी, याद करना पिया सी, ते इत्थे असी चैकलिस्ट वास्ते भी वो चीज़ां करिए, ते जे असी कितने कितने मिसटेक कर रहे हैं कितना कितने असी वो चैकलिस्ट के कंटेंट जिहड़े और लिखियां आइटमां लिखी हुई असी मिस कर रहे हैं, एक मिस होगी तो थोड़ी ट्रेड गलत चली जाएगी। जे सब कुछ थोड़ा सही सी प्रोपरली चैक किया फिर भी ट्रेड गलत चली गई, मार्केट नूं ब्लेम कर सकते हैं आपां, किस्मत खराब सी अज्ज, उदों किस्मत है, उते पहला असी आप है, जैसे साढ़े सामने चैकलिस्ट ही नहीं, असी फॉलो नहीं कर रहे, असी रिस्क रिवार्ड वगैरह तो कुछ नहीं कर रहे। तो आई थिंक नरेंद्र भाजी तुसी शुरू तो जुड़े हुए हो, साड़ी डे फस्ट तो गल हो रही है रिस्क रिवार्ड, रिस्क रिवार्ड, रिस्क रिवार्ड, है ना, रिस्क रिवार्ड। बिल्कुल भाजी, भाजी तुहानू मैं गड्डी गिफ्ट कर दा फरारी, बट ब्रेक नहीं हैगी ना तुसी ला सकदे हो, की तुसी सेफ चलाना चलाना चाहोगे उस फरारी नू? कोई भी ट्रेडर मेनू चैलेंज करे कि भाजी मेरी मेरा तुसी चार्ट देखो, मैं हर चीज चैक की सी, ते इहदे च मेरी गलती बिल्कुल नहीं हैगी, होएगा कोई एक ट्रेड च दो ट्रेड च मार्केट सानू धोखा दे जे, है ना, फेक आउट कर जे, मोस्टली इन्ना कह चुके सारे नू कर चुके हैं, इन्ने टिप्स दस चुके हैं, इन्ने कंटेंट आप लिख चुके हैं, दस चुके हैं कि तुसी मार्केट नू ब्लेम नहीं कर सकते। हुण गल हो रही सी अपने टारगेट्स की, ड्रीम्स की, अपने विजन की, जे क्लीयर नहीं हैगा तो चली जाओ, हुण तक चल रहे हैं आप सारे, ठीक है। अगे भी आप इंतजार करना 2024 जिहड़ा कुछ घंटे रह गए ने, 3 घंटे रह गए ने 2024 स्टार्ट होने नू, ते की असी वाकई कमिटेड हाँ, बट हुण तक साल भर जुड़े हो साडे नाल, है ना, अज भी जुड़े हुए हो इस वेले, अदरवाइज लोग पार्टी शार्टी जाते होंगे, राइट, सो इट शोज़ दैट कि असी कमिटेड हाँ अपने ड्रीम के लिए, ते असी भी पूरी कोशिश करांगे कि तुसी जिस आस नाल साडे तक आए हो ना, सिखनोमिक्स टीम दे नाल जुड़े हुए हो, साडा डिस्कॉर्ड चैक करते हो वार वार, वट्सएप चैक करते हो, तो असी उस थोड़ी उम्मीद नूं 2024 च आपां एक वड्डे लेवल ते पूरा करन च हैल्प कर सकीए। अपने कोल पूरा हफ्ता पिया है, ये चैकलिस्ट तुहानूं मिल जाएगी सवेरे, 2024 न्यू ईयर शुरू करो गुरु महाराज अगे अरदास करके, ते अपनी ड्रीम्स लिखो विद इन अ वीक, तुसी साडे नाल शेयर करो, ठीक है। सो असी पहले हफ्ते च साडी अलाइनमेंट हो जाणी हर चीज़ की, ते नाल नाल आपां ट्रेड भी करांगे, तुहानूं कॉन्फिडेंस वधदा जाएगा। हुण जिहड़ा ट्रेडर अपने आप इत्थे $100 तो लेके 200 तक पुज गया, अपने आप इंडिपेंडेंट टैक्नीक्स नूं अपलाई करते हुए, रूल्स नूं अपलाई करते हुए, इट मीनस वो पक रहा है, वो एक्सपर्ट हो रहा अपने आप, ठीक है, उन्होंने कोई प्रैशर नहीं, वो अपनी साइकोलॉजी नूं भी इत्थे आके हैंडल कर रहा, मेनटेन कर रहा, इत्थे आके लालच करेगा वो भी नहीं, 0.03 होंदा दी बजाय 0.30 होंदा तां इह मतलब 520 दी बजाय 5200 होने सीगे इत्थे, है ना, राइट, सो 0.30 ਹੁੰਦਾ ਇੱਥੇ ਜੇ ਮੈਂ ਕਿਉਂ ਨਹੀਂ ਕੀਤਾ ਇਹ, ਤੁਹਾਨੂੰ ਮਨ ਉੱਥੇ ਲਲਚਾਏਗਾ, ਤੁਸੀਂ ਗਲਤੀਆਂ ਕਰਨੀਆਂ ਹੈ, ਕੁਛ ਨੇ ਗਲਤੀਆਂ ਕੀਤੀਆਂ ਹੈ ਕਿ ਮੈਨੂੰ $100 ਬਣੇ ਨੇ ਜਾਂ 50 ਬਣੇ ਨੇ, ਜੇ ਮੈਂ ਵੱਡਾ ਲੋਟ ਲਾਇਆ ਹੁੰਦਾ ਸੋ ਮੇਰੇ ਇਹ 1000 ਹੋਣੇ ਸੀਗੇ, ਠੀਕ ਹੈ, ਸੋ 0.05 ਦੀ ਬਜਾਏ ਉਹਨੇ 0.5 ਕੀਤਾ ਅਤੇ ਸਾਰਾ ਅਕਾਊਂਟ ਬੂਮ, ਉੱਥੇ ਸਾਡੀ ਬਦਨਸੀਬੀ ਵੇਟ ਕਰ ਰਹੀ ਹੈ ਸਾਡੀ ਉਸ ਗਲਤੀ ਦਾ। ਰੋਡ 'ਤੇ ਚੱਲਦੇ ਹੋ ਹਮੇਸ਼ਾ ਇੱਕ ਹਰ ਰੋਜ਼ ਐਕਸੀਡੈਂਟ ਹੁੰਦੇ ਸਾਡੇ, ਨਹੀਂ ਇੱਕ ਦਿਨ ਹੁੰਦਾ ਜਦੋਂ ਅਸੀਂ ਜਾਂ ਕੋਈ ਦੂਜਾ ਹੋਰ ਗਲਤੀ ਕਰ ਰਿਹਾ ਹੁੰਦਾ, ਅਸੀਂ ਵਿਕਟੀਮ ਹੋ ਜਾਂਦੇ ਹਾਂ, ਸਾਡੀ ਵਜ੍ਹਾ ਨਾਲ ਕੋਈ ਹੋਰ ਵਿਕਟੀਮ ਹੋ ਜਾਂਦਾ ਐਕਸੀਡੈਂਟ, ਅਦਰਵਾਈਜ਼ ਅਸੀਂ ਜ਼ਿੰਦਗੀ ਭਰ ਸਹੀ ਚੱਲਦੇ ਹਾਂ, ਇੱਕ ਦਿਨ ਉਹ ਪਲ ਹੁੰਦਾ ਜਦੋਂ ਅਸੀਂ ਕੁਛ ਨਾ ਕੁਛ ਇਗਨੋਰ ਕਰਦੇ ਅਤੇ ਐਕਸੀਡੈਂਟ। ਟ੍ਰੇਡਿੰਗ 'ਚ ਵੀ ਸੇਮ ਹੀ ਚੀਜ਼ ਹੈ, ਨਥਿੰਗ ਡਿਫਰੈਂਟ, ਸੋ ਤੁਸੀਂ ਕੈਲਕੂਲੇਸ਼ਨ ਦੇਖਦੇ ਜਾਓ, ਪਲੱਸ ਤੁਹਾਡਾ ਕੰਫੀਡੈਂਸ ਲੈਵਲ ਜਿਹੜਾ ਗ੍ਰਾਫ ਹੈ ਨਾ ਉਹ ਵੱਧਦਾ ਜਾ ਰਿਹਾ ਕਿ ਨਹੀਂ ਆਈ ਐਮ ਗੁੱਡ ਨਾਓ, ਆਈ ਐਮ ਗੁੱਡ ਨਾਓ, ਆਮ ਡੂਇੰਗ ਇਟ, ਆਮ ਡੂਇੰਗ ਇਟ, ਆਮ ਡੂਇੰਗ ਇਟ, ਜੋ ਤੁਸੀਂ ਇੱਥੇ ਇੱਥੇ ਆ ਜਾਣਾ ਨਾ ਤੁਸੀਂ ਅਨਸਟੋਪੇਬਲ ਹੋ ਜਾਣੇ। ਅਤੇ ਜਿਵੇਂ ਕਿਹਾ ਕਿ ਲੋਸ ਇਜ਼ ਦਾ ਪਾਰਟ ਆਫ ਬਿਜ਼ਨਸ, ਸਟੋਪ ਲੋਸ ਹਿੱਟ ਹੁੰਦੇ ਨੇ, ਆਹ ਸਾਡਾ ਜਿਹੜਾ ਓਵਰਆਲ ਪ੍ਰੋਫਿਟ ਡੇਲੀ ਟਾਰਗੇਟ ਹੈਗਾ, ਵੀਕਲੀ ਹੈਗਾ, ਇਹ ਹਾਸਲ ਹੋਣਾ ਚਾਹੀਦਾ,
एंड ऑफ द ईयर यू आर इन 2 मिलियन इंडियन रुपीज प्रॉफिट, ठीक है जी। विड्रॉ करो नाल दी नाल, लोड़ नहीं है। जिन्हें लगता कि उन्हें इन्ना बड़ा 13,000 का नहीं रखना, 1,000 का रखना है, तुसी इहदे नाल भी 1,000 नाल भी कर सकते हो, 0.1 लॉट भी कर सकते हो गोल्ड का, ठीक है। ठीक है जी। सो हेलो, हाँ जी बहन जी, आवाज नहीं ना आ रही इसमें, हाँ क्या जी, पता मेरा नहीं क्यों नेटवर्क जोड़ा है वो ऑफ हो गया सीगा, सो आई एम रियली सॉरी फॉर दिस। सो जिम्मे असं हूँ गल करिए स्टेप बाय स्टेप टारगेट्स की। प्रॉफिट टारगेट रखो अपने वीकली, मंथली, एनुअल। पावर ऑफ कंपाउंडिंग याद रखो, कंपाउंडिंग में रिस्क मैनेजमेंट असं की रखना है कि रिस्क मैनेजमेंट के आप दो फैक्टर रखने कि ड्राओ डाउन लिम कि मैं लॉस हो जाए कि मैं ट्रेडिंग बंद कर दाँगा उस दिन की, ठीक है। तो रिस्क रिवार्ड रेशो साड़ी कितनी होनी चाहिए, वैसे चेंज नहीं हो, बहुत बढ़िया जी, इन फिक्स रखो, नोट मोर दैन 2%। सो 1.1:4, 1:5, 1:3 तक ओके है, ठीक है। सो स्टॉप लॉस भी अकॉर्डिंग आप रखना है। फ्रैक्स एजुकेशन स्किल इनहांसमेंट हमेशा चाहिए है, मार्केट की हो रहा, इंटरनेशनल मार्केट जी है, कम्यूनिटी की कह रही है ना, वो असी हमेशा ही रखनी है, ठीक है जी। सो उसके बाद लर्निंग असी ऑलवेज रखनी है, स्किल असी अपनी जी है वो असी जुड़ना है, असी यूट्यूब से वीडियोज नवे नवे आइडियाज़ देखने आप, है ना। सो इन चाहिए साड़ी है स्किल सैट होना, असी वीकली कितना टाइम दे रहे हैं, मंथली साडा कितना टारगेट हैगा, एनुअल साडा कितना टारगेट हैगा, असी टाइम एलोकेशन करनी है कि स्किल सैट डिवेलप करने लई ताकि असी हमेशा अपडेट रह सकीए। साइकोलॉजिकल जी है वो डिसिप्लिन मेन बहुत मैटर करता है, जोड़ा 70% रोल प्ले करती हैगी है ट्रेडिंग की सक्सैस या फेलीयर के, साड़ी किन्नी कमांड हैगी अपने ब्रेन के उत्ते, साड़ी किन्नी वड्डी कमांड हैगी अपने इमोशनस के उत्ते, जिन्होंने असं मन भी कह देंगे हैं, इमोशनस नू सैट ऑफ थॉट्स आर कि मन जोड़ा नैगेटिव है या मन पॉजिटिव हैगा ना, जिमें मैं कहता कि मन ना दा साड़ी बॉडी कोई ऑर्गन नहीं हैगा, दिस इज जस्ट सैट ऑफ थॉट्स। बहुत ज़्यादा थॉट्स नैगेटिव हो गई, वो नैगेटिव मन हो गया, पॉजिटिव जो असी किसी पॉजिटिव चीज़ ना जोड़ते हैं, सैट ऑफ पॉजिटिव थॉट्स जी हो गई मेजोरिटी हो गई, उसनू असी रूह कह देंगे फिर, ठीक है जी। सो इमोशनल कंट्रोल असी करने, सैट गोल्स फॉर इमोशनल डिसिप्लिन, बोथ विनिंग एंड लूजिंग स्ट्रीक्स। जे तुसी लूज़ कर रहे हो, इत्थे आ रहे हो ड्रा डाउन, है ना, बंद कर दो ट्रेड्स नू, तुहाडा किन्ना तुसी $50 डेली का लॉस सह सकते हो, अदरवाइज क्लोज, डोंट रन फॉर कि अकाउंट ब्लॉक करना है, एक लिमिट सैट करो अपने ड्रा डाउन की, $10 का लॉस डन फॉर द डे आउट, $20 का प्रॉफिट डन फॉर द डे आउट। चीज़ा क्लीयर होवे, डिसिप्लिन नाल असी फॉलो करांगे, सानू क्लीयर है कि असी डेली की करना, वीकली की करना, असी मंथली एनुअल साडा टारगेट अपने आप पूरा होंदा चल जाएगा। इमोशनल कंट्रोल, माइंडफुलनेस टैक्नीक्स, की करते हो अपने पीस ऑफ माइंड वास्ते, जिमें कि असी गुरद्वारा साहब चले जाने हैं, है ना, जिहड़े हिंदू भरा ने मंदिर, बाकी जिहड़े असी रिलीजन नू एक बड़ा पीस ऑफ माइंड समझते हैं कि सोर्स ऑफ पी ओ हुंदा भी एक्चुअली, क्योंकि असं इमोशनली जुड़े होंगे हैं, पहाड़ा च चल जाते हैं आप, है ना, किसी ना किसी चीज़ के बहाने, चलो पहाड़ा च घूमे आईए, है ना, आउटिंग कर लीए, राइट, जिन्हें को रिसोर्सिज इंटरनेशनल ट्रिप्स भी लाते हैं, राइट जी, मूवी तो चले गए हो, तो मेरे हिसाब नाल जिहड़ा हैगा वो असी अपने आप नू कंसनट्रेट करिए, योगा नाल जुड़िए, मैडिटेशन करिए, है ना, सिमरन करिए, सो वो भी साडे थॉट्स नू अपने इमोशनस नू कंट्रोल करन दे लई साडी बहुत हैल्प करता है। तो उहदे नाल सिर्फ ट्रेडिंग नहीं, ओवरऑल लाइफ दे विच एक बहुत ज़्यादा नरिशमेंट होंदी साडी, करके देखियो, बहुत करते भी नहीं साडे, मैनू पता है। सो मार्केट एनालिसिस असी जिहड़ा हैगा डेली, वीकली, मंथली असी न्यूज़ पढ़नी है मार्केट एनालिसिस दे बारे, कोई ना कोई असी जिहड़ा हैगा मतलब वैबसाइट जिहड़ी हैगियां, मैं दस्सिया तुहानू कि उहनां 'च तुसीं ट्रेंड देख सकते हो, एक्सपर्ट दे व्यूज़ देख सकते हो, गोल्ड कित्थे जाएगा, डॉलर कित्थे जाएगा, अलग अलग आइटम्स ने, ठीक है, वैबसाइट्स है, जिन्होंने नहीं पता मैनू दसो, मैं सैशन लवांगा, बट ऑलरेडी यूट्यूब ते वीडियोज़ हैगे ने, ठीक है। सो ये भी रखो कि असी किन्ने आवर्स असी डेली देखते हैं, एक यूट्यूब ते चैनल हैगा किटको दे नाँ ते, गोल्ड दे जिहड़े बंदे ने, किटको न्यूज़ के नाते उन्होंने जोड़ा तुम सबसक्राइब करो, वह आलमोस्ट आलमोस्ट 2 दिन बाद एक गोल्ड के ट्रेडर
ਟ੍ਰੈਂਡ ਦੇ ਉੱਤੇ ਵੀਡੀਓ ਪਾਉਂਦੇ ਅਤੇ ਐਕਸਪਰਟ ਜਿਹੜੇ ਹੈਗੇ ਨੇ ਜੋ ਮਾਈਨਿੰਗ ਕਰਦੇ ਨੇ ਗੋਲਡ ਦੀ, ਫਿਜ਼ੀਕਲ ਗੋਲਡ ਦੀ, ਉਹ ਉੱਥੇ ਆ ਕੇ ਦੱਸਦੇ ਨੇ ਸਾਡਾ ਡਾਟਾ ਕੀ ਹੈਗਾ, ਗੋਲਡ ਦੀ ਸਪਲਾਈ ਕਿੰਨੀ ਹੈਗੀ ਹੈ, ਵਿਚ ਵਿਲ ਅਫੈਕਟ ਯੂਅਰ ਮਾਰਕੀਟ ਟ੍ਰੇਡਿੰਗ। ਬੈਕ ਟੈਸਟਿੰਗ ਜ਼ਰੂਰ ਕਰੋ ਆਪਣੀ ਸਟ੍ਰੈਟਜੀ ਦੀ, ਕਿੰਨੀ ਵਾਰ ਮਾਰਕੀਟ ਨੇ ਕੰਸੋਲੀਡੇਸ਼ਨ ਕੀਤੀ, ਬ੍ਰੇਕਆਊਟ ਕੀਤਾ ਅਤੇ ਕਿੰਨੀ ਵਾਰ ਫੇਕ ਆਊਟ ਕੀਤਾ। ਤੁਹਾਡੇ ਕੋਲ ਨੰਬਰਸ ਹੋਣਗੇ ਫਿਰ ਪਰਸੈਂਟੇਜ ਵਾਈਜ਼ ਕਿ 80% ਮਾਰਕੀਟ ਫੇਕ ਆਊਟ ਕਰਦੀ ਹੈ ਜਾਂ ਬ੍ਰੇਕਆਊਟ ਕਰਦੀ ਹੈ, ਠੀਕ ਹੈ। ਸੋ ਉਹ ਚੀਜ਼ਾਂ ਤੁਹਾਨੂੰ ਇੱਕ ਇਨਸਾਈਟ ਨੌਲੇਜ ਦੇਣਗੀਆਂ ਮਾਰਕੀਟ ਦੀ, ਉਸ ਖਾਸ ਪੇਅਰ ਦੀ, ਠੀਕ ਹੈ। ਅਤੇ ਇੱਕ ਹੋਰ ਪੇਅਰ ਨੂੰ ਵੀ ਨਾਲ ਸਵਿੱਚ ਕਰੋ, ਯਾਨੀ ਕਿ ਗੋਲਡ 'ਤੇ ਬੈਠੇ ਅਤੇ ਗੋਲਡ ਮਹੀਨਾ ਚੱਲਿਆ ਹੀ ਨਹੀਂ, ਠੀਕ ਹੈ, ਖੜ ਗਿਆ ਹੈ ਕਿਸੇ ਵੀ ਕਾਰਨ ਨਾਲ, ਕੰਸੋਲੀਡੇਸ਼ਨ ਫੇਜ਼ 'ਚ ਹੈਗੇ, ਤੁਸੀਂ ਰੇਂਜ ਟ੍ਰੇਡਰ ਦੇ ਐਕਸਪਰਟ ਨਹੀਂ ਹੋ ਜੇ, ਕੀ ਕਰੋਗੇ, ਵਿਹਲੇ ਬੈਠੋਗੇ, ਤੁਹਾਡਾ ਮੰਥਲੀ ਟਾਰਗੇਟ ਕਿੱਥੇ ਪੂਰਾ ਹੋਏਗਾ। ਫਿਰ ਇੱਕ ਪੇਅਰ ਨਾਲ ਹੋਰ ਵੀ ਦੇਖਦੇ ਰਹੋ, ਠੀਕ ਹੈ, ਉਹਦੀ ਵੀ ਨਿਊਜ਼, ਉਹਦੇ ਵੀ ਫੰਡਾਮੈਂਟਲਸ, ਉਹਦੀ ਵੀ ਮੂਵਮੈਂਟ ਨੂੰ ਦੇਖਦੇ ਰਹੋ, ਉਹਨੂੰ ਟ੍ਰੇਡ ਨਾ ਕਰੋ ਜਦ ਤੱਕ ਤੁਹਾਨੂੰ ਸ਼ਿਓਰ ਨਹੀਂ ਹੋ ਜਾਂਦਾ, ਬਟ ਅਦਰਵਾਈਜ਼ ਤੁਸੀਂ ਉਹਨੂੰ ਔਨ ਵਾਚ ਲਿਸਟ ਰੱਖੋ, ਠੀਕ ਹੈ ਨਾ ਜੀ। ਸਾਰੇ ਸੁਣ ਪਾ ਰਹੇ ਹੈ ਮੈਨੂੰ? ਸੋ ਇਸ ਵੇਲੇ ਕੋਈ ਸਵਾਲ ਨਹੀਂ ਜੀ, ਫਿਰ ਅਸੀਂ ਬਾਅਦ 'ਚ ਤੁਹਾਡਾ ਕੁਐਸਚਨ ਲਵਾਂਗੇ, ਸੋਰੀ। ਸੋ ਇਹ ਅਸੀਂ ਬੈਕ ਟੈਸਟਿੰਗ ਕਰਨੀ ਹੈ। ਬੈਕ ਟੈਸਟਿੰਗ ਲਈ ਜੇ ਤੁਸੀਂ ਕੈਂਡਲਸ ਦੀ ਬੈਕ ਟੈਸਟਿੰਗ ਕਰਨੀ, ਤੁਹਾਨੂੰ ਸਬਸਕ੍ਰਾਈਬ ਕਰਨਾ ਪਏਗਾ ਇਨਵੈਸਟਿੰਗ ਸੋਰੀ ਟ੍ਰੇਡਿੰਗ ਵਿਊ ਨੂੰ, ਬੇਸਿਕ ਪਲਾਨ ਲੈ ਸਕਦੇ ਹੋ, ਠੀਕ ਹੈ, ਜਿਹੜਾ ਕਿ 1000 rupees ਜਾਂ 800 rupees ਪਰ ਮੰਥ ਹੈ, ਠੀਕ ਹੈ। ਦੈਟ ਇਜ਼ ਆਲਸੋ ਇਨਵੈਸਟਮੈਂਟ, ਕੋਈ ਵੱਡਾ ਅਮਾਊਂਟ ਨਹੀਂ ਹੈਗਾ, ਬਟ ਤੁਸੀਂ ਕੈਂਡਲਸ ਨੂੰ ਬੈਕ ਡੇਟ 'ਚ ਜਾ ਕੇ ਰੀਪਲੇ ਕਰ ਸਕਦੇ ਹੋ, ਲੇਵਲਸ ਮਾਰਕ ਕਰੋ, ਦੇਖੋ ਉਸ ਲੈਵਲ 'ਤੇ ਮਾਰਕੀਟ ਕੈਂਡਲ ਰੀਪਲੇ ਕਰਕੇ ਕਿਵੇਂ ਰਿਐਕਟ ਕਰਦੀ ਹੈਗੀ ਹੈ, ਤੁਹਾਡੇ 'ਚ ਲੈਵਲ ਆਫ ਕੰਫੀਡੈਂਸ ਆਉਂਦਾ ਜਾਏਗਾ। ਬੈਕ ਟੈਸਟਿੰਗ ਬਹੁਤ ਜ਼ਰੂਰੀ ਆਸਪੈਕਟ ਹੈਗਾ ਹੈ ਮਾਰਕੀਟ ਦੀ ਟ੍ਰੇਡਿੰਗ ਦਾ, ਠੀਕ ਹੈ ਜੀ। ਕਮਿਊਨਿਟੀ ਇੰਗੇਜਮੈਂਟ, ਸੈੱਟ ਗੋਲਸ ਫੋਰ ਪਾਰਟੀਸਪੇਟਿੰਗ ਇਨ ਟ੍ਰੇਡਿੰਗ ਫੋਰਮ, ਵੈਬੀਨਾਰਸ, ਲੋਕਲ ਟ੍ਰੇਡਿੰਗ ਕਮਿਊਨਿਟੀਜ਼, ਜਿਵੇਂ ਕਿ ਸਾਡੇ ਕੋਲ ਟ੍ਰੇਡਰ ਨੇ ਆਪਣੇ ਲੋਕਲ ਉਹਨਾਂ ਲੈਵਲ 'ਤੇ ਗਰੁੱਪ ਬਣਾ ਕੇ ਡਿਸਕਸ ਕਰਦੇ ਨੇ, ਹੈ ਨਾ, ਬਹੁਤ ਵਧੀਆ ਗੱਲ ਹੈ, ਰਾਈਟ। ਸੋ ਇੱਦਾਂ ਆਪਣੀ ਗੈਟ ਟੂਗੈਦਰ ਵੀ ਕਰ ਸਕਦੇ, ਜਿਵੇਂ ਅੰਮ੍ਰਿਤਸਰ ਸਾਹਿਬ ਅਤੇ ਅੰਮ੍ਰਿਤਸਰ ਸਾਹਿਬ 'ਚ ਮਿਲੋ, ਹੈ ਨਾ, ਕਿਸੇ ਦਿਨ। ਵੀ ਆਰ ਅ ਫੈਮਿਲੀ ਐਕਚੁਅਲੀ, ਹੈ ਨਾ, ਅਤੇ ਅਸੀਂ ਇੱਥੇ ਕੋਈ ਇੰਜੋਏ ਨਹੀਂ ਕਰਨ ਆਏ ਹੋਏ ਹੈ, ਬਟ ਇੱਕ ਫੈਮਿਲੀ ਰਿਲੇਸ਼ਨ ਦੇ ਵਿੱਚ ਸਾਨੂੰ ਇੱਕ ਟਰੱਸਟ ਮਿਲਦਾ ਹੈ, ਐਕਚੁਅਲੀ ਸਾਨੂੰ ਲੈਵਲ ਆਫ ਕੰਫੀਡੈਂਸ ਮਿਲਦਾ ਹੈ, ਠੀਕ ਹੈ ਜੀ। ਸੋ ਅਸੀਂ ਕਮਿਊਨਿਟੀ ਦੇ ਵਿੱਚ ਵੀ ਆਪਣੀ, ਖਾਸ ਕਰ ਫੋਰੈਕਸ ਟ੍ਰੇਡਰਸ ਦੀ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਣਾ ਹੈ, ਕਿਉਂਕਿ ਜਿਵੇਂ ਕੱਲ੍ਹ ਗੱਲ ਹੋਈ ਸੀਗੀ, ਇਨਵਾਇਰਮੈਂਟ ਮੈਟਰ ਕਰਦਾ ਹੈ ਸਾਡਾ, ਸਾਡੀ ਹੋਲ ਲਾਈਫ ਨੂੰ ਇੰਪੈਕਟ ਕਰਦਾ, ਸਾਡੇ ਡਿਸੀਜ਼ਨ ਨੂੰ ਡਰਾਈਵ ਕਰਦਾ ਹੈ ਸਾਡਾ ਇਨਵਾਇਰਮੈਂਟ। ਜੇ ਸਾਡੀ, ਜੇ ਸਾਡੀ ਕਮਿਊਨਿਟੀ ਇੱਦਾਂ ਦੀ ਹੋਏਗੀ ਕਿ ਜਿੱਥੇ ਕੋਈ ਨਸ਼ੇ ਦੀ ਗੱਲ ਨਹੀਂ ਹੋ ਰਹੀ, ਇਹਨਾਂ ਹੋਰ ਜੱਬਖਾਨਿਆਂ ਦੀ ਗੱਲ ਨਹੀਂ ਹੋ ਰਹੀ, ਸਿਰਫ ਟ੍ਰੇਡਿੰਗ ਦੀ ਗੱਲ ਹੋ ਰਹੀ, ਟ੍ਰੇਡਿੰਗ ਦੀ ਟੈਕਨੋਲੋਜੀਜ਼, ਸਟ੍ਰੈਟਜੀਜ਼, ਟੈਕਨੀਕਸ ਦੀ ਗੱਲ ਹੋ ਰਹੀ, ਟ੍ਰੈਂਡਸ ਦੀ ਗੱਲ ਹੋ ਰਹੀ ਹੈ, ਹੈ ਨਾ, ਪੁਰਾਣੇ ਪੇਅਰ, ਢਿਮਕੇ ਪੇਅਰ ਦੀ ਗੱਲ ਹੋ ਰਹੀ ਹੈ, ਨੈਚੁਰਲੀ ਹੈ ਸਾਡੀ ਗਰੋਥ ਦੇ ਵਿੱਚ ਉਹ ਕੰਟਰੀਬਿਊਟ ਕਰੇਗੀ, ਠੀਕ ਹੈ। ਤੁਸੀਂ ਦੇਖੋ, ਮੈਨੂੰ ਦੱਸੋ ਵੀ ਜਿਹੜੇ ਜਿੰਨੇ ਵੀ ਬੜੇ ਬੜੇ ਮਤਲਬ ਫੇਮਸ ਰਾਈਟਰ ਨੇ, ਬਿਜ਼ਨਸਮੈਨ ਨੇ, ਕੋਈ ਵੀ ਸੋਸ਼ਲ ਮੀਡੀਆ 'ਤੇ ਇੰਨਾ ਐਕਟਿਵ ਹੈਗਾ ਕਿ ਉਹ ਬਸ 6-6 ਘੰਟੇ ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ ਅਤੇ ਫੇਸਬੁੱਕ 'ਤੇ ਬੈਠਾ ਹੋਵੇ, ਨਹੀਂ ਹੈ ਨਾ, ਕਦੇ ਵੀ ਨਹੀਂ, ਕਦੇ ਵੀ ਨਹੀਂ। ਉਹਨਾਂ ਨੂੰ ਪਤਾ ਹੈ ਕਿ ਉਹ ਕੀ ਕਰਦੇ ਨੇ, ਉਹਨਾਂ ਦੀ ਆਪਣੀ ਸੈੱਟ ਆਫ ਹੈਬਿਟਸ ਆ ਉਹਨਾਂ ਦਾ, ਉਹ ਬੁੱਕਸ ਪੜ੍ਹਦੇ ਨੇ, ਉਹ ਮਾਰਕੀਟ ਦਾ ਐਨਾਲਿਸਿਸ ਕਰਦੇ ਨੇ, ਬਿਜ਼ਨਸ ਪ੍ਰਪੋਜ਼ਲ 'ਤੇ ਨੂੰ ਰਿਵਿਊ ਕਰਦੇ ਨੇ, ਉਹਨਾਂ ਦਾ ਇੱਕ ਸਿਸਟਮ ਹੈ। ਉਹ ਸਾਰੇ ਅਰਲੀ ਮੋਰਨਿੰਗ ਵੇਕਅਪ ਕਰਦੇ ਨੇ, 5 ਵਜੇ ਤੋਂ ਪਹਿਲਾਂ ਸਭ ਉੱਠ ਜਾਂਦੇ ਨੇ, ਜਿਵੇਂ ਨਰਿੰਦਰ ਭਾਅ ਜੀ ਉੱਠਦੇ ਡੇਲੀ 3:30, 3:45 ਸਮਥਿੰਗ ਉੱਠ ਜਾਂਦੇ ਨੇ ਇਹ। ਡੋਂਟ ਆਸਕ ਮੀ ਭਾਅ ਜੀ ਮੈਨੂੰ ਕਿਵੇਂ ਪਤਾ, ਹੈ ਨਾ, ਮੈਨੂੰ ਪਤਾ ਹੈ ਤੁਸੀਂ ਅਕਸ਼ੇ ਕੁਮਾਰ ਨੂੰ ਫੋਲੋ ਕਰਦੇ ਹੋ। ਭਾਜੀ ਸਨੀ ਦਿਓਲ ਨੂੰ ਕਰਦਾ ਸੀਗਾ, ਪਰ ਜਦ ਤੋਂ ਬੀਜੇਪੀ ਜੁਆਇਨ ਕੀਤੀ ਮੈਂ ਉਹਨੂੰ ਨਫ਼ਰਤ ਕਰਨ ਲੱਗ ਗਿਆ, ਸੌਰੀ। ਨਾ ਨਾ, ਇਟਸ ਓਕੇ, ਇਟਸ ਓਕੇ, ਹੀ ਡਿਜ਼ਰਵ ਦਿਸ, ਹੈ ਨਾ। ਬਿਲਕੁਲ ਬਿਲਕੁਲ, ਐਗਜ਼ੈਕਟਲੀ। ਸੋ ਨੈਟਵਰਕ ਨੂੰ ਐਕਸਪੈਂਡ ਕਰੋ, ਕਮਿਊਨਿਟੀ ਨੂੰ ਜੁਆਇਨ ਕਰੋ, ਜ਼ਿਆਦਾ ਇਨਵੋਲਵ ਰਹੋ ਆਪਣੇ ਸੇਮ ਇਨਵਾਇਰਮੈਂਟ ਨੂੰ, ਆਪਣੇ ਓਰਾ ਨੂੰ, ਫਲੋਰਾ ਫੋਨਾ ਨੂੰ ਇੰਪਰੂਵ ਕਰੋ, ਰਾਈਟ। ਜਿਵੇਂ ਹੁਣ ਮੈਂ ਗੱਲ ਕਰਦਾ, ਨੈਟਵਰਕ ਐਕਸਪੈਂਡ ਕਰੋ, ਤੁਸੀਂ ਵੀ ਤਾਂ ਨੈਟਵਰਕ ਦੇ ਥਰੂ ਹੀ ਆਏ ਸੀ ਸਾਡੇ ਨਾਲ ਜੁੜੇ ਹੋਏ ਜਿਹੜੇ ਅੱਜ। ਕੀ ਮੈਂ ਕਿਸੇ ਨੂੰ ਡਾਇਰੈਕਟ ਅਪਰੋਚ ਕੀਤਾ, ਕੋਈ ਵੀ ਜਿਹੜਾ ਹੋਵੇ ਮੈਨੂੰ ਦੱਸ ਸਕਦਾ ਕਿ ਮੈਂ ਭਾਅ ਜੀ ਫੋਨ ਕੀਤਾ, ਭਾਅ ਜੀ ਮੈਂ ਸਿਕਨੋਮਿਕਸ ਸਟਾਰਟ ਕਰ ਰਿਹਾ, ਤੁਹਾਨੂੰ ਪ੍ਰੋਫਿਟ ਹੋਏਗਾ, ਆ ਜਾਓ, ਸਕੀਮ ਹੈਗੀ। ਇੱਕ ਵੀ ਵੀਰ ਭੈਣ ਜਿਹੜਾ ਹੈਗਾ ਹੱਥ ਖੜਾ ਕਰ ਸਕਦਾ ਹੈ। ਮੈਂ ਕਿਸੇ ਨੂੰ ਪਰਸਨਲੀ ਫਸਟ ਟਾਈਮ ਅਪਰੋਚ ਕੀਤਾ ਹੋਵੇ, ਭਾਅ ਜੀ ਆ ਜਾਓ, ਆਪਾਂ ਲੈ ਕੇ ਆ ਰਹੇ ਹਾਂ ਆਪਸ਼ਨ, ਹੈਗਾ ਕੋਈ ਐਨੀਵਨ? ਤੁਹਾਡੀ ਇਨਕੁਆਇਰੀਜ਼ ਪਹਿਲਾਂ ਆਈ ਕਿ ਸਰ ਇਹ ਕੀ ਚੀਜ਼ ਹੈ, ਮੈਂ ਕੀ ਕਿਹਾ ਕਿ ਇਹ ਹੈਗਾ, ਤੁਹਾਨੂੰ ਪਸੰਦ, ਤੁਸੀਂ ਨਾਲ ਜੁੜਿਓ, ਕਿਵੇਂ, ਕਿਸੇ ਨੇ ਕਿਸੇ ਤੁਹਾਨੂੰ, ਕਿਸੇ ਨੇ ਤੁਹਾਨੂੰ ਦੱਸਿਆ ਸੀ ਸਾਡੇ ਬਾਰੇ, ਜੇ ਉਹਨਾਂ ਨੇ ਨਾ ਦੱਸਿਆ ਹੁੰਦਾ ਤੁਸੀਂ ਅੱਜ ਇੱਥੇ ਨਹੀਂ ਸੀ ਹੋਣੇ,
ਤੇ ਮੈਂ ਵੀ ਜਿੱਥੇ ਨਹੀਂ ਸੀ ਹੋਣਾ ਠੀਕ ਹੈ ਆਈਡੀਆਜ਼ ਮਿਲ ਕੇ ਹੀ ਆਈਡੀਆਜ਼ ਡਬਲ ਹੁੰਦੇ ਆ ਅਤੇ ਰਿਫਾਈਨ ਹੋ ਕੇ ਇੱਕ ਵਧੀਆ ਆਈਡੀਆ ਸਾਹਮਣੇ ਆਉਂਦੇ ਆ ਠੀਕ ਹੈ ਲੇਕਿਨ ਮੈਂ ਸਿਕਨੋਮਿਕਸ ਵੀ ਸਰ ਮੈਂ ਕੁਝ ਪੋਸਟਾਂ ਕੀਤੀਆਂ ਸੀਗੀਆਂ ਬਿਗਨਿੰਗ ਦੇ ਲਈ ਮੈਂ ਕਿਸੇ ਨੂੰ ਵੀ ਰਿਕੁਐਸਟ ਨਹੀਂ ਕੀਤੀ ਮੈਂ ਕਿਸੇ ਨੂੰ ਵੀ ਬੈਗ ਨਹੀਂ ਕੀਤਾ ਕਿ ਆਓ ਸਾਨੂੰ ਜੁਆਇਨ ਕਰੋ ਕਿਉਂਕਿ ਜਿਨ੍ਹਾਂ ਨੇ ਆਉਣਾ ਸੀ ਨਾ ਉਹੀ ਆਉਣਗੇ ਜਿਨ੍ਹਾਂ 'ਚ ਖਿੱਚ ਹੋਏਗੀ ਤੁਸੀਂ ਜ਼ਬਰਦਸਤੀ ਕਿਸੇ ਨੂੰ ਲਾਲਚ ਦੇ ਕੇ ਫੜ ਕੇ ਲੈ ਵੀ ਆਉਂਗੇ ਨਹੀਂ ਉਹਨਾਂ ਨੇ ਕੰਮ ਨਹੀਂ ਕਰਨਾ ਉਹਨਾਂ ਨੇ ਲੋਸ ਕਰਨਾ ਤੁਹਾਨੂੰ ਬਲੇਮ ਕਰਨਾ ਠੀਕ ਹੈ ਉਹਨਾਂ 'ਚੋਂ ਸਪਿਰਿਟ ਹੈ ਹੀ ਨਹੀਂ ਉਹਨਾਂ 'ਚ ਗਰੋਥ ਵਾਲੀ ਮੈਂਟੈਲਿਟੀ ਹੈ ਹੀ ਨਹੀਂ ਕੀ ਕਰੋਗੇ ਫਿਰ ਸੋ ਆਪਣੇ ਨੈਟਵਰਕ ਨੂੰ ਇੰਪਰੂਵ ਕਰੋ ਖਾਸ ਕਰ ਜਿਹੜੇ ਤੁਹਾਨੂੰ ਚੈਲੰਜ ਕਰਦੇ ਨੇ ਨਾ ਉਹਨਾਂ ਨੂੰ ਜ਼ਰੂਰ ਦੱਸੋ ਫਰੈਕਸ ਦੇ ਬਾਰੇ ਜੋ ਤੁਹਾਨੂੰ ਨਫ਼ਰਤ ਕਰਦੇ ਨੇ ਕਿਉਂਕਿ ਜੇ ਤੁਹਾਨੂੰ ਉਹਨਾਂ ਨੇ ਨਫ਼ਰਤ ਕੀਤੀ ਤੁਸੀਂ ਉਹਨਾਂ ਦਾ ਭਲਾ ਕਰਨਾ ਹੈ ਅਤੇ ਉਹਨਾਂ ਦੇ ਬਾਰੇ ਤੁਹਾਡਾ ਤੁਹਾਡੇ ਬਾਰੇ ਉਹਨਾਂ ਦਾ ਵਿਊਜ਼ ਹੀ ਬਦਲ ਜਾਏਗਾ ਠੀਕ ਹੈ ਸੋ ਹੁਣ ਅਸੀਂ ਫਾਈਨੈਂਸ਼ੀਅਲ ਗੋਲਸ ਇਹ ਟ੍ਰੇਡਿੰਗ ਗੋਲ ਸੀਗੇ ਸਾਡੇ ਅਸੀਂ ਫਾਈਨੈਂਸ਼ੀਅਲ ਗੋਲਸ ਸੈੱਟ ਕਰਨੇ ਆਪਣੇ ਇਹ ਜਿਹੜਾ ਅਸੀਂ ਪ੍ਰੋਫਿਟ ਇੱਥੋਂ ਕਮਾ ਰਹੇ ਹਾਂ ਜੋ ਵੀ ਸਾਡਾ ਪਾਰਟ ਟਾਈਮ ਜਾਂ ਫੁੱਲ ਟਾਈਮ ਜੋਬ ਹੈਗੀ ਹੈ ਇਹ ਬਹੁਤ ਜ਼ਰੂਰੀ ਹੈ ਪ੍ਰੋਫਿਟ ਐਲੋਕੇਸ਼ਨ ਤੁਹਾਨੂੰ ਪ੍ਰੋਫਿਟ ਹੋਇਆ ਇੱਥੋਂ ਮੰਨ ਲਓ ਤੁਹਾਨੂੰ $500 ਦਾ ਤੁਹਾਨੂੰ $1,000 ਦਾ ਪ੍ਰੋਫਿਟ ਹੋਇਆ ਠੀਕ ਹੈ ਕੀ ਕਰੋਗੇ ਅਕਾਊਂਟ ਸਾਈਜ਼ ਲਈ ਅਸੀਂ ਕਿੰਨਾ ਰੱਖਣਾ ਹੈ ਮੀਨਸ ਅਸੀਂ 50% ਵਿਦਡਰੋਅ ਕਰ ਲਿਆ 50 ਆਪਾਂ ਨੇ ਅਕਾਊਂਟਸ ਰੱਖਿਆ ਕਿਉਂਕਿ ਸਾਡਾ ਟਾਰਗੇਟ ਕੀ ਹੈ 0.1 ਤੋਂ ਅਸੀਂ 5 'ਤੇ ਆ ਗਏ ਸਾਨੂੰ $500 ਚਾਹੀਦੇ ਨੇ ਕਿ ਰਿਸਕ ਰਿਵਾਰਡ ਨਾਲ ਅਸੀਂ ਜੁੜੇ ਹੋਏ ਹਾਂ ਅਸੀਂ ਬ੍ਰੀਚ ਨਹੀਂ ਕਰਦੇ ਸਾਡੇ ਲਈ $5 ਆਰ ਇਨਫ ਅਮਾਊਂਟ ਇਨਫ ਕੈਪੀਟਲ ਟੂ ਟ੍ਰੇਡ ਵਿਦ 0.05 ਠੀਕ ਹੈ $1,000 ਨਾਲ ਅਸੀਂ 0.10 ਨੂੰ ਟ੍ਰੇਡ ਕਰ ਸਕਦੇ ਹਾਂ ਤੁਹਾਡੇ ਕੋਲ $2,000 ਹੋ ਗਏ ਵਿਦਡਰੋਅ ਕਰ ਲਓ ਇਹ ਪ੍ਰੋਫਿਟ ਨੂੰ ਇੱਥੇ ਐਲੋਕੇਟ ਕਰ ਲਓ ਕੁਛ ਆਪਣੀ ਪਲਾਨ ਇਨਵੈਸਟਮੈਂਟ ਦੇ ਲਈ ਕੁਛ ਆਪਣੇ ਟ੍ਰੇਡ ਅਕਾਊਂਟ ਨੂੰ ਗਰੋ ਕਰਨ ਦੇ ਲਈ ਲੇਕਿਨ ਸਾਰਾ ਅਮਾਊਂਟ ਟ੍ਰੇਡ ਅਕਾਊਂਟ 'ਚ ਨਾ ਰੱਖੋ ਠੀਕ ਹੈ ਸੋ ਅਸੀਂ ਪਲਾਨ ਹਾਓ ਯੂ ਵਿਲ ਐਲੋਕੇਟ ਪ੍ਰੋਫਿਟਸ ਕੰਸੀਡਰਿੰਗ ਰੀਇਨਵੈਸਟਮੈਂਟ ਐਂਡ ਪਰਸਨਲ ਵਿਦਡਰੋਅਲਸ ਠੀਕ ਹੈ ਐਮਰਜੈਂਸੀ ਫੰਡ ਰੱਖਣੇ ਨੇ ਆਪਾਂ ਨੇ ਸਾਡੇ ਕੋਲ ਜੇ ਲੱਖ ਰੁਪਈਆ ਹੈ ਤਾਂ 10-20,000 ਰੁਪਈਆ ਐਸਾ ਰੱਖੋ ਆਲਵੇਜ਼ ਫੋਰ ਹੋਲ ਲਾਈਫ ਅਪਾਰਟ ਫਰੋਮ ਟ੍ਰੇਡਿੰਗ ਹੈ ਇਹ ਗੱਲ ਜਿਹੜੀ ਕਰ ਰਿਹਾ ਮੈਂ ਜਿਹੜਾ ਸਾਡੇ ਔਖੇ ਟਾਈਮ 'ਚ ਸਾਨੂੰ ਕਿਸ ਤੋਂ ਮੰਗਣੇ ਨਾ ਪੈ ਜਾਣ ਕਿਉਂਕਿ ਹੈਲਥ ਇਸ਼ੂਜ਼ ਹੋ ਸਕਦੇ ਹੈ ਹੋਰ ਇਸ਼ੂਜ਼ ਹੋ ਸਕਦੇ ਨੇ ਫਾਈਨੈਂਸ਼ੀਅਲ ਕ੍ਰਾਈਸਿਸ ਹੋ ਸਕਦੇ ਜਿਵੇਂ ਕਰੋਨਾ 'ਚ ਸੋਚਿਆ ਸੀ ਕਿਸੇ ਨੇ ਜਿਹੜੇ ਬਿਜ਼ਨਸਿਸ ਨੇ ਆਪਣੇ ਅਰੇਂਜਮੈਂਟ ਕੀਤੇ ਹੋਏ ਸੀ ਆਲ ਟਾਈਮ ਉਹ ਸਰਵਾਈਵ ਕਰ ਗਏ ਬਾਕੀ ਵਿਕ ਗਏ ਇੱਦਾਂ ਹੋਇਆ ਨਾ ਜੀ ਕਰੋਨਾ ਦੇ ਵਿੱਚ ਵੱਡੇ ਵੱਡੇ ਬਿਜ਼ਨਸ ਹਾਊਸ ਖਤਮ ਹੋ ਗਏ ਕਿਉਂਕਿ ਉਹਨਾਂ ਨੂੰ ਫੰਡ ਨਹੀਂ ਮਿਲਿਆ ਕਿਤੋਂ ਵੀ ਕਿਉਂਕਿ ਉਹਨਾਂ ਦੇ ਪਾਸ ਕੋਈ ਐਮਰਜੈਂਸੀ ਫੰਡ ਅਰੇਂਜਮੈਂਟ ਨਹੀਂ ਸੀ ਅਤੇ ਗੌਰਮੈਂਟ ਜੋਬ ਲੋਕ ਕਰਦੇ ਨੇ ਭਾਅ ਜੀ ਗੌਰਮੈਂਟ ਜੋਬ ਕਰਨੀ ਸਪਨਾ ਕੀ ਹੈ ਬੇਸ਼ੱਕ ਪਤਾ ਹੈ 26 ਸਾਲ ਜੋਬ ਮਿਲ ਗਈ ਤੁਹਾਨੂੰ ਹੈ ਨਾ 56 ਸਾਲ ਤੱਕ ਨੈਕਸਟ 30 ਈਅਰ ਤੁਸੀਂ ਇੱਕ ਲਿਮਿਟ ਦੇ ਵਿੱਚ ਬੰਨ ਕੇ ਰਹਿ ਜਾਓਗੇ ਠੀਕ ਹੈ ਕਿਸ ਚੀਜ਼ ਲਈ ਲਾਲਚ ਕੀ ਸੀ ਰਿਟਾਇਰਮੈਂਟ ਹੋਏਗੀ ਸਾਨੂੰ ਜੀ ਠੀਕ ਹੈ ਸਾਨੂੰ ਰਿਟਾਇਰਮੈਂਟ ਮਿਲੇਗੀ ਜ਼ਿੰਦਗੀ ਪਰ ਆਪਾਂ ਨੌਕਰੀ ਕਰਦੇ ਖਤਮ ਕਰਤੀ ਹੈ ਨਾ ਟਰਾਂਸਫਰ 'ਤੇ ਟਰਾਂਸਫਰ ਹੈ ਨਾ ਪ੍ਰੈਸ਼ਰ ਗੁਲਾਮੀ ਇਹ ਵੋ ਲਿਮਿਟਡ ਅਸੀਂ ਜ਼ਿੰਦਗੀ ਜਿੱਤੀ ਹੈ ਨਾ ਵੀ ਚਾਦਰ ਜਿੰਨੀ ਉਹਨੇ ਪੈਰ ਪਸਾਰੋ ਇਹ ਅਸੀਂ ਪੁਲਟੇ ਜਿਹੜੇ ਹੈਗੇ ਲੋਕਾਂ ਨੂੰ ਉਪਦੇਸ਼ ਦਿੱਤੇ ਅਤੇ ਜਦੋਂ ਸਾਡੇ ਉਸ ਪੈਸੇ ਨੂੰ ਇੰਜੋਏ ਕਰਨ ਦਾ ਟਾਈਮ ਆਇਆ ਸਾਡੀ ਜੀਭ ਸਾਡਾ ਟੇਸਟ ਪਛਾਣਦੇ ਨਹੀਂ ਅੱਖਾਂ ਸਾਡੀਆਂ ਉਸ ਚੀਜ਼ ਨੂੰ ਇੰਜੋਏ ਨਹੀਂ ਕਰ ਸਕਦੀਆਂ ਰਾਈਟ ਅਸੀਂ ਕੁਛ ਵਧੀਆ ਖਾ ਨਹੀਂ ਸਕਦੇ ਅਸੀਂ ਕਿਤੇ ਘੁੰਮ ਨਹੀਂ ਗੋਡੇ ਦਰਦ ਕਰਦੇ ਘੁੰਮ ਨਹੀਂ ਸਕਦੇ ਠੀਕ ਹੈ ਫਿਰ ਖੱਚਰਾਂ 'ਤੇ ਬੈਠ ਬੈਠ ਕੇ ਘੁੰਮੋ ਫਿਰ ਹੇਮਕੁੰਡ ਸਾਹਿਬ ਅਤੇ ਅਮਰਨਾਥ ਕੀ ਫਾਇਦਾ ਉਹ ਤੁਹਾਨੂੰ ਲੇਖਾ ਦੇਣਾ ਪਏਗਾ ਉਸ ਚੀਜ਼ ਦਾ ਵੀ ਜਿਹੜੇ ਖੱਚਰ ਦੇ ਨਾਸ ਮਾਰ ਰਹੇ ਨੇ ਹੈ ਨਾ ਰਾਈਟ ਕਿਉਂਕਿ ਅਸੀਂ ਉਹ ਪੈਸਾ ਜਿਹੜਾ ਬਚਾਇਆ ਸੀ ਰਿਟਾਇਰਮੈਂਟ 'ਚ ਇੰਜੋਏ ਕਰਾਂਗੇ ਅਸੀਂ ਉਹਨੂੰ ਕਰ ਨਹੀਂ ਸਕਦੇ ਕਿਉਂਕਿ ਸਾਡਾ ਫਿਜ਼ਿਕ ਜਿਹੜੀ ਹੈਗੀ ਆ 56 ਤੱਕ ਵੈਸੇ ਤਾਂ ਪੁੱਜਦਾ ਨਹੀਂ ਕੋਈ ਅੱਜ ਕੱਲ੍ਹ ਜੇ ਪੁੱਜ ਗਿਆ ਤਾਂ ਉਹ ਬਸ ਲਾਸਟ ਹੀ ਅੱਜ 'ਤੇ ਹੋਏਗਾ ਰਾਈਟ ਸੋ ਉਹ ਵੀ ਗਲਤ ਪਲਾਨ ਹੈ ਅੱਜ ਜਿਹੜੀ ਵੀ ਜੋਬ 'ਚ ਬੈਠੇ ਹੋ ਜੋ ਵੀ ਕਰ ਰਹੇ ਹੋ ਸੈਲਫ ਇੰਪਲੋਏ ਹੋ ਐਗਰੀਕਲਚਰ 'ਚ ਹੋ ਡੇਲੀ ਦਾ ਵੀਕਲੀ ਜਾਂ ਮੰਥਲੀ ਕੁਛ ਅਮਾਊਂਟ ਸੇਵ ਕਰਨਾ ਸ਼ੁਰੂ ਕਰੋ ਟਰੱਸਟ ਮੀ ਤੁਹਾਨੂੰ ਗੌਰਮੈਂਟ ਜੋਬ ਦੀ ਕਦੀ ਕਮੀ ਮਹਿਸੂਸ ਨਹੀਂ ਹੋਏਗੀ ਤੁਸੀਂ ਅਗਰ 3,000 ਰੁਪੀਜ਼ ਐਜ ਏ ਨਸੈਸਿਟੀ ਅਗਰ ਰਿਟਾਇਰਮੈਂਟ ਪਲਾਨ 'ਚ ਰੱਖਦੇ ਹੋ ਟਰੱਸਟ ਮੀ ਤੁਹਾਡੇ ਕੋਲ 1,00,000 ਰੁਪਈਆ ਹੋਏਗਾ ਰਿਟਾਇਰਮੈਂਟ ਹੁੰਦੇ ਹੁੰਦੇ ਠੀਕ ਹੈ ਜਿਹੜੇ ਸਾਡੇ ਨਾਲ ਭੈਣਾਂ ਨੇ ਤੁਹਾਡੀ ਡਿਪੈਂਡੈਂਸੀ ਘੱਟ ਜਾਏਗੀ ਆਪਣੀ ਫੈਮਿਲੀ ਦੇ ਉੱਤੇ ਇਨਲਾਜ ਦੇ ਉੱਤੇ ਹਸਬੈਂਡ ਦੇ ਉੱਤੇ ਸੇਵਿੰਗਸ ਨੂੰ ਕੰਟੀਨਿਊ ਰੱਖੋ 3,000 ਜਾਂ 5,000 ਕੱਢਣਾ ਕਿਸੇ ਵੀ ਕੰਮ 'ਚੋਂ ਕੋਈ ਔਖਾ ਨਹੀਂ ਹੈਗਾ ਫਿਊਚਰ ਦੇ ਲਈ ਰਾਈਟ ਹੈਂਡ ਟੂ ਮਾਊਥ ਆਪਾਂ ਨਹੀਂ ਰਹਿਣਾ ਚਾਹੀਦਾ ਸਾਨੂੰ ਜੇ ਸਾਡੀ ਇਨਕਮ 50,000 ਹੈ ਤਾਂ 5,000 ਕੱਢਿਆ ਜਾ ਸਕਦਾ 10% ਜਿਵੇਂ ਅਸੀਂ ਦਸਵੰਧ ਕੱਢਦੇ ਹਾਂ ਰਾਈਟ ਉਵੇਂ ਅਸੀਂ ਇਸ ਇੱਥੇ ਵੀ ਕੱਢਣਾ ਹੈ ਆਪਣੇ ਦੇ ਲਈ ਨਰਿੰਦਰ ਭਾਅ ਜੀ ਭਾਅ ਜੀ ਇੱਕ ਨਾ ਸਿਪ ਹੈਗੀ ਆ ਹਰੇਕ ਬੈਂਕ 'ਚ ਅਵੇਲੇਬਲ ਹੈਗੀ ਹੈ SIP ਜੀ ਸਿਪ ਸਾਰੀਆਂ ਭੈਣਾਂ ਸਾਡੀਆਂ ਸਾਰੇ ਭਰਾ ਇੱਕ ਵਾਰ ਸਿਪ ਬਾਰੇ ਪਤਾ ਕਰ ਲੈਣ ਬਹੁਤ ਸਿੰਪਲ 1,000 ਰੁਪਏ ਮਹੀਨਾ ਤੋਂ ਵੀ ਸ਼ੁਰੂ ਹੋ ਜਾਂਦੀ ਹੈ 500 ਰੁਪਏ ਪਰ ਮੰਥ ਤੋਂ ਵੀ ਸ਼ੁਰੂ ਹੋ ਜਾਂਦੀ ਹੈ ਉਹ ਔਰ ਬਹੁਤ ਅੱਛਾ ਪਲਾਨ ਹੈ ਉਹ ਸਿਪ ਬਾਰੇ ਪਤਾ ਕਰ ਲੈਣ ਸੇਵਿੰਗ ਪਲਾਨ ਫਿਊਚਰ ਪਲਾਨ ਬਹੁਤ
ਜ਼ਬਰਦਸਤ ਪਲਾਨ ਹੈਗੇ ਆ ਸਿਫਟ ਦੇ ਵਿੱਚ, ਆਈਪੀਆਈ ਕਰਦੇ ਤੁਹਾਡਾ ਪੈਸਾ, ਬਲੂ ਚਿਪ ਸਟਾਕਸ ਹੁੰਦੇ ਨੇ, ਬਿਲਕੁਲ ਡਾਈਵਰਸਿਫਾਈ ਕਰਦੇ ਨੇ ਫੰਡਸ ਨੂੰ ਉਹ, ਤੇ ਉਹਨੂੰ ਸਿੰਪਲ ਇਨਵੈਸਟਮੈਂਟ ਪਲਾਨ ਕਹਿੰਦੇ ਨੇ ਐਕਚੁਅਲੀ ਸਿਪ ਨੂੰ ਆਈ ਥਿੰਕ। ਬਿਲਕੁਲ ਜੀ ਬਿਲਕੁਲ, ਉਹ ਹੀ ਐਗਜ਼ੈਕਟਲੀ ਬੈਸਟ ਆਪਸ਼ਨ ਹੈ। ਰਿਟਾਇਰਮੈਂਟ ਪਲਾਨ ਦੀਆਂ ਤੁਹਾਨੂੰ ਇੰਸ਼ੋਰੈਂਸ ਦੇ ਵਿੱਚ ਪਾਲਿਸੀਆਂ ਮਿਲ ਜਾਣਗੀਆਂ, ਮੋਸਟਲੀ ਕੰਪਨੀ ਜਿਹੜੀ ਹੈਗੀ ਆ ਉਹ ਟਰਸਟ ਪਾਲਿਸੀਆਂ ਦਿੰਦੀਆਂ। ਸੋ ਇੱਕ ਮੰਥਲੀ ਜਾਂ ਤੁਸੀਂ ਐਨੁਅਲੀ ਇੱਕ ਫਿਕਸ ਉਹਨਾਂ ਨੂੰ ਦੇ ਕੇ ਹਰ ਸਾਲ, ਕਿਉਂਕਿ ਜਿਹੜੇ ਅਸੀਂ ਗੌਰਮੈਂਟ ਇੰਪਲੋਈਜ਼ ਪੈਨਸ਼ਨ ਲੈਂਦੇ ਨੇ ਹੈ ਨਾ, ਉਹ ਕਿਹੜੇ ਤੁਹਾਨੂੰ ਗੌਰਮੈਂਟ ਦਿੰਦੀ ਹੈ, ਉਹ ਵੀ ਤੁਹਾਡਾ ਪੀ ਐਫ ਕੱਟਦਾ ਹੈ, ਉਹਦਾ ਇੰਟਰਸਟ ਕੁੱਲ ਮਿਲਾ ਕੇ ਤੁਹਾਨੂੰ ਪੈਨਸ਼ਨ ਮਿਲਦੀ ਹੈ ਬਾਅਦ 'ਚ, ਰਾਈਟ? ਤੁਹਾਡਾ ਪੈਸਾ ਹੁੰਦਾ ਉਹਨਾਂ ਨੇ ਤੁਹਾਨੂੰ ਕੱਟ ਕਰਕੇ ਦੇਣਾ ਹੁੰਦਾ 15-20-30 ਸਾਲ, ਤੁਹਾਨੂੰ ਬਾਅਦ 'ਚ ਫਿਰ ਉਹ 50 ਸਾਲ ਦਾ ਐਕਸਪੈਂਡ ਕਰ ਦਿੰਦੇ ਨੇ, ਰਾਈਟ? ਉਹ ਵੀ ਤੁਹਾਡਾ ਪੈਸਾ। ਇੱਥੇ ਵੀ ਅਸੀਂ ਸੇਮ ਗੌਰਮੈਂਟ ਜੋਬ ਦੇ ਬੈਨੀਫਿਟਸ ਮੋਰ ਦੈਨ ਦੈਟ ਅਸੀਂ ਇੰਜੋਏ ਕਰ ਸਕਦੇ ਹਾਂ, ਠੀਕ ਹੈ? ਸੋ ਐਕਚੁਅਲੀ ਗਵਰਨਮੈਂਟ ਜੋਬ ਨਾ ਅਸੀਂ ਤਾਂ ਵੀ ਚਾਹੁੰਦੇ ਹਾਂ ਵੀ ਸਾਨੂੰ ਉੱਥੇ ਜਾ ਕੇ ਕੰਮ ਨਾ ਕਰਨਾ ਪਵੇ, ਤਨਖਾਹ ਮਹੀਨੇ ਦੀ ਮਹੀਨੇ ਆਈ ਜਾਵੇ। ਉਹ ਇੱਕ ਸੱਚ, ਹਾਂਜੀ ਬਿਲਕੁਲ, ਉਹ ਇੱਕ ਸੱਚ ਹੈ ਬਿਲਕੁਲ। ਸੋ ਜੇ ਮੋਦੀ ਜੀ ਪ੍ਰਾਈਵੇਟ ਕਰ ਰਹੇ ਨੇ ਤਾਂ ਵਧੀਆ ਕਰ ਰਹੇ ਨੇ, ਆਈ ਥਿੰਕ। ਬੈਂਕਾਂ ਦਾ ਬੁਰਾ ਹਾਲ ਸੀਗਾ, ਮੈਂ ਦੇਖਿਆ ਨੇ ਬੈਂਕਾਂ ਦੇ ਵਿੱਚ ਲੋਕਾਂ ਨੂੰ, ਬਜ਼ੁਰਗਾਂ ਨੂੰ ਰੁਲਦੇ ਹੋਏ, ਤੇ ਉਹ ਹੋਸ਼ ਟਿਕਾਣੇ ਆ ਜਾਏਗੀ ਫਿਰ, ਕਿਉਂਕਿ ਸਰਵਿਸ ਲਈ ਪ੍ਰਾਈਵੇਟ ਸੈਕਟਰ ਬਹੁਤ ਵਧੀਆ ਹੈ, ਠੀਕ ਹੈ? ਇਸ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਉਹ ਸਹੀ ਹੈ, ਬਿਲਕੁਲ ਸਹੀ ਹੈ, ਪ੍ਰਾਈਵੇਟਾਈਜੇਸ਼ਨ ਉਹ ਸਹੀ ਹੈ, ਪਰ ਸਾਰਾ ਕੁਝ ਇੱਕੋ ਹੀ ਆਰਗੇਨਾਈਜੇਸ਼ਨ ਨੂੰ ਦੇ ਦੇਣਾ ਉਹ ਗਲਤ ਹੈ। ਤੁਸੀਂ ਦੇਖ ਲਓ, ਮਤਲਬ ਫਰਕ ਦੇਖ ਕੇ ਸਰਕਾਰੀ ਬੈਂਕ 'ਚ ਜਾ ਕੇ ਦੇਖ ਲਓ ਅਤੇ ਪ੍ਰਾਈਵੇਟ ਬੈਂਕ 'ਚ ਜਾ ਕੇ ਦੇਖ ਲਓ, ਤੁਹਾਨੂੰ ਕਿਵੇਂ ਹੈਂਡਲ ਕਰਦੇ ਨੇ ਅਗਲੇ, ਠੀਕ ਹੈ? ਸੋ ਇਹ ਫਰਕ ਤਾਂ ਹੈ। ਬਾਕੀ ਮੈਂ ਇਸ ਚੀਜ਼ ਦੀ ਉਹ ਨਹੀਂ ਕਿ ਪ੍ਰਾਈਵੇਟ ਹੈ ਸਰਕਾਰੀ, ਬਟ ਸਰਵਿਸ ਹੋਣੀ ਚਾਹੀਦੀ ਹੈ ਐਟਲੀਸਟ ਅਪ ਟੂ ਸਟੈਂਡਰਡਸ। ਸੋ ਆਪਣੇ ਜਿਹੜੇ ਡੈਟਸ ਨੇ, ਨੈਕਸਟ ਟਾਰਗੇਟ ਕੀ ਹੈ, ਜਿਹਦਾ ਵੀ ਕੋਈ ਕਰਜ਼ਾ ਹੈਗਾ ਹੈ ਨਾ, ਉਹਨੂੰ ਸੈਟਲ ਕਰੋ ਤਾਂ ਕਿ ਪੀਸ ਆਫ ਲਾਈਫ, ਮਾਈਂਡ ਦੀ ਜਿਹੜੀ ਲਾਈਫ ਹੈਗੀ ਉਹ ਜੀ ਸਕੋ। ਬਹੁਤ ਵੱਡੀ ਗੱਡੀ ਜਿਵੇਂ ਮੈਨੂੰ ਕਹਿ ਰਹੇ ਸੀ ਭਾਜੀ, ਮੈਂ ਤਾਂ ਸੋਚਿਆ ਸੀ ਓਡੀ ਲਵੋਂਗੇ, ਠੀਕ ਹੈ, ਮੈਂ 20-50 ਲੱਖ ਦਾ ਸਟ੍ਰੈਸ ਲੈ ਕੇ ਬਹਿ ਜਾਂ, ਉਸ ਤੋਂ ਚੰਗਾ ਮੈਂ ਉਹਨੂੰ ਇਨਵੈਸਟ ਨਾ ਕਰਾਂ। ਹੋ ਸਕਦਾ 2024-25 'ਚ ਮੈਂ ਰੇਂਜ ਰੋਵਰ ਲਿਆਵਾਂ ਅਤੇ 26 'ਚ ਮੈਂ ਰੋਜ਼ ਰੋਜ਼ ਲਿਆਵਾਂ, ਕਿਉਂਕਿ ਮੇਰੀ ਇੰਨੀ ਇਨਕਮ ਹੈਗੀ ਹੈ ਕਿ ਮੈਂ ਉਹਦੀ ਈਜ਼ਲੀ ਜਿਹੜਾ ਉਹਨੂੰ ਕੈਸ਼ ਵੀ ਲੈ ਸਕਦਾ ਹਾਂ, ਮੈਂ ਉਹਦੀ ਈਜ਼ਲੀ ਇੰਸਟਾਲਮੈਂਟ ਵੀ ਦੇ ਸਕਦਾ, ਠੀਕ ਹੈ? ਸੋ ਇੱਦਾਂ ਦੇ ਓਬਜੈਕਟਿਵ, ਇੱਦਾਂ ਦੇ ਕਰਜ਼ੇ ਰੱਖਣੇ, ਜਿਹੜਾ ਤੁਹਾਡਾ, ਅਸੀਂ ਕਿਉਂ ਲੈਂਦੇ ਨੇ ਇਹ ਚੀਜ਼ਾਂ, ਲਗਜ਼ਰੀ ਚੀਜ਼ਾਂ, ਹੈ ਨਾ? ਖਾਸ ਕਰ ਮਿਡਲ ਕਲਾਸ ਫੈਮਲੀਜ਼, ਅਸੀਂ ਬਹੁਤ ਬੁਰੇ ਸੈਕਟਰ 'ਚ, ਮਤਲਬ ਕਿ ਸੈਕਸ਼ਨ 'ਚ ਬੈਠੇ ਹਾਂ ਇਸ ਵੇਲੇ ਸਮਾਜ ਦੇ, ਨਾ ਅਸੀਂ ਅਪਰ 'ਚ ਨਾ ਲੋਅਰ 'ਚ ਹੈ। ਉੱਪਰ ਵਾਲਿਆਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਰੀਜ਼ ਕਰਨ ਦੀ, ਉਹਨਾਂ ਦੇ ਚੱਕਰ 'ਚ ਅਸੀਂ ਕਰਜ਼ਿਆਂ ਦੇ ਅੰਡਰ ਆ ਜਾਂਦੇ ਹਾਂ, ਫਿਰ ਸਾਨੂੰ ਹਾਰਟ ਅਟੈਕ ਹੁੰਦੇ ਆ ਰਾਤਾਂ ਨੂੰ ਸਟ੍ਰੈਸ ਦੇ ਵਿੱਚ, ਠੀਕ ਹੈ? ਜੇ ਅਸੀਂ ਅੱਜ ਬਹੁਤ ਮਹਿੰਗੀ ਗੱਡੀ ਲੈ ਲਈ, ਠੀਕ ਹੈ, ਫੋਰ ਐਗਜ਼ਾਮਪਲ, ਅਤੇ ਸਾਡੀ ਕਿਸ਼ਤਾਂ ਰੁਕ ਗਈਆਂ, ਫਿਰ ਜਿਨ੍ਹਾਂ ਨੂੰ ਅਸੀਂ ਦਿਖਾਉਣ ਵਾਸਤੇ, ਮਤਲਬ ਭੜਕਾਉਣ ਵਾਸਤੇ, ਆਪਣੀ ਦਿਖਾਉਣ ਵਾਸਤੇ ਗੱਡੀ ਲਿੱਤੀ ਸੀ ਨਾ, ਸਾਨੂੰ ਉਹਨਾਂ ਅੱਗੇ ਹੱਥ ਪਸਾਰਨੇ ਪੈ ਸਕਦੇ, ਭਾਜੀ ਕਿਸ਼ਤ ਫਸ ਗਈ, ਕਿਸ਼ਤ ਵਾਸਤੇ ਪੈਸੇ ਦੇ ਦਿਓ, ਫਿਰ ਕੀ ਕਰੋਗੇ, ਠੀਕ ਹੈ? ਇਸ ਕਰਕੇ ਜਿੰਨੇ ਵੀ ਡੈਟਸ ਨੇ ਉਹ ਘੱਟ ਤੋਂ ਘੱਟ ਰੱਖੋ, ਜਿਹੜੇ ਹੈਗੇ ਨੇ ਉਹਨਾਂ ਨੂੰ ਸੈਟਲ ਕਰੋ ਤਾਂ ਕਿ ਸੁੱਖ ਦੀ ਨੀਂਦ ਸੌ ਸਕੋ। ਸਾਡੇ ਬਜ਼ੁਰਗ ਪਸੰਦ ਨਹੀਂ ਸੀ ਕਰਦੇ ਬਹੁਤਾ ਕਰਜ਼ਾ ਲੈਣਾ ਕਿਸੇ ਤੋਂ ਵੀ, ਕਹਿੰਦੇ ਨਾ ਵੀ ਜਿਹੜਾ ਕਰਜ਼ਾ ਹੈ ਇਹ ਉਮਰ ਨੂੰ ਖਾ ਜਾਂਦਾ ਹੈ, ਅਤੇ ਬਹੁਤਿਆਂ ਨੇ ਭੁਗਤਿਆ ਵੀ ਹੋਇਆ ਹੈ, ਠੀਕ ਹੈ? ਸੋ ਇਸ ਚੀਜ਼ ਤੋਂ ਬਚੀਏ। ਸੋ ਜਿਹੜੇ ਡੈਟਸ ਨੇ ਉਹਨਾਂ ਦੇ, ਜਿਹੜੇ ਕਿਸੇ ਦਾ ਕਰਜ਼ਾ ਦੇਣਾ ਉਹਨੂੰ ਸੈਟਲ ਕਰੀਏ ਐਜ਼ ਸੂਨ ਐਜ਼ ਪੋਸੀਬਲ, ਤਾਂ ਕਿ ਪੀਸਫੁੱਲ ਹੋ ਕੇ ਟ੍ਰੇਡਿੰਗ ਕਰ ਸਕੋ ਅਤੇ ਗਰੋ ਕਰ ਸਕੋ, ਠੀਕ ਹੈ ਜੀ? ਹੁਣ ਅਸੀਂ ਲੋਕਾਂ ਨੂੰ ਕੁਛ ਦਿਖਾਉਣਾ ਵੀ ਆਪਾਂ ਸਾਰੀਆਂ ਕਰਨੀਆਂ ਸ਼ੁਰੂ ਕਰਤੀਆਂ ਚੀਜ਼ਾਂ, ਹੈ ਨਾ? ਇਹ ਵਧੀਆ ਸਾਡੇ ਰੂਟੀਨ ਬਣ ਗਿਆ, ਅਸੀਂ ਕੁਛ ਲੋਕਾਂ ਨੂੰ ਦਿਖਾਉਣਾ ਵੀ ਹੈ। ਵਹੀਕਲ ਐਲੀਵੇਸ਼ਨ ਗੋਲ ਹੁੰਦਾ ਹੈ ਕਿ ਅਸੀਂ ਵਹੀਕਲ, ਜਿਹੜੀ ਗੱਡੀਆਂ ਸਾਡੀਆਂ, ਅਸੀਂ ਉਹਨੂੰ ਇੰਪਰੂਵ ਕਰਨਾ, ਤਾਂ ਕਿ ਇੱਕ ਤਾਂ ਕੁਆਲਿਟੀ ਆਫ ਲਾਈਫ ਜਿਹੜੀ ਸਾਨੂੰ, ਸਾਡੀ ਫੈਮਿਲੀ ਮਹਿਸੂਸ ਕਰੇ ਕਿ ਤੁਸੀਂ ਸਾਲ ਟ੍ਰੇਡਿੰਗ ਕੀਤੀ, ਕੀ ਚੇਂਜ ਹੋਇਆ, ਠੀਕ ਹੈ? ਸੋ ਕੀ ਚੇਂਜ ਹੋਇਆ ਤੁਹਾਡੀ ਟ੍ਰੇਡਿੰਗ ਦਾ, ਸਾਨੂੰ ਕੀ ਫਾਇਦਾ ਹੋਇਆ। ਸੋ ਆਪਣੇ ਵਹੀਕਲਸ ਨੂੰ ਸਿਸਟਮੈਟਿਕਲੀ ਸਟੈਪ ਬਾਈ ਸਟੈਪ ਅਪਗ੍ਰੇਡ ਕਰੋ, ਆਪਣੇ ਘਰ ਨੂੰ ਜਿਹੜਾ ਵੀ ਹੈਗਾ ਅਪਗ੍ਰੇਡ ਕਰੋ, ਯਾਨੀ ਕਿ ਮਾਰਬਲ ਪੱਟ ਕੇ ਮਾਰਬਲ ਲਾਉਣਾ ਹੈ, ਠੀਕ ਹੈ? ਵਧੀਆ ਸਿਸਟਮ ਲਗਾਓ, ਹੈ ਨਾ? ਸੋ ਸਿਕਿਉਰਿਟੀ ਸਿਸਟਮ ਵਧਾਓ ਆਪਣੇ ਘਰਾਂ ਦੇ, ਠੀਕ ਹੈ? ਉੱਥੇ ਉਹਨਾਂ 'ਤੇ ਇਨਵੈਸਟਮੈਂਟ ਕਰੋ ਤਾਂ ਕਿ ਮਤਲਬ ਲਾਈਫ ਦਾ ਫੀਲ ਆਵੇ ਕਿ ਅਸ, ਠੀਕ ਹੈ? ਜਿਵੇਂ ਤੁਸੀਂ ਆਪਣੇ ਘਰਾਂ ਦੇ ਵਿੱਚ CCTV ਕੈਮਰਾ ਲਵਾ ਸਕਦੇ ਹੋ, ਠੀਕ ਹੈ? ਅਤੇ ਬਹੁਤ ਵਧੀਆ, ਮਤਲਬ ਕਿ ਵਾਟਰ ਪਰੂਫਿੰਗ ਕਰਵਾ ਸਕਦੇ ਹੋ, ਰਾਈਟ? ਕੋਈ ਵਧੀਆ ਚੀਜ਼ਾਂ ਘਰ ਦੇ ਇਕੁਪਮੈਂਟਸ ਅਪਗ੍ਰੇਡ ਕਰ ਸਕਦੇ ਹੋ, ਰਾਈਟ? ਸੋ ਇਹ ਚੀਜ਼ਾਂ ਨੂੰ ਅਪਗ੍ਰੇਡ ਕਰੋ ਤਾਂ ਕਿ ਤੁਹਾਡੇ ਘਰ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਲੱਗੇ ਕਿ ਨਹੀਂ ਪਾਪਾ ਜਾਂ ਭਰਾ ਹੁਣ ਫੀਲ, ਮਤਲਬ ਹਸਬੈਂਡ ਜਿਹੜੇ ਮੇਰੇ ਹੈਗੇ ਨੇ ਉਹ ਟ੍ਰੇਡਿੰਗ ਕਰਨ ਲੱਗੇ ਨਾ, ਸੋ ਨਾ ਉਹ ਵੀ ਕੈਨ ਸੀ ਦੈਟ ਦੇਰ ਆਰ ਚੇਂਜਿਸ, ਤੁਹਾਡੀ ਸਪੋਰਟ ਕਰਨਗੇ ਉਹ। ਅਤੇ ਉਹ ਲੋਕ ਪੁੱਛਣ ਜਿਹੜੇ ਕਹਿੰਦੇ ਸੀ ਨਾ ਤੂੰ ਜੀ ਕੁਛ ਨਹੀਂ ਕਰ ਸਕਦਾ ਸਾਨੂੰ ਪਤਾ ਸੀਗਾ, ਉਹ ਤੁਹਾਨੂੰ ਕਹਿਣਗੇ ਯਾਰ ਕੀ ਕਰ, ਸਾਨੂੰ ਵੀ ਦੱਸ ਫਾਰਮੂਲਾ ਕੀ ਹੈ। ਇੱਦਾਂ ਭਾਅ ਜੀ ਹੁੰਦਾ ਨਾ ਨਰਿੰਦਰ ਭਾਅ ਜੀ? ਬਿਲਕੁਲ ਜੀ ਬਿਲਕੁਲ, ਕਿਉਂ ਨਹੀਂ ਹੁੰਦਾ, ਬਿਲਕੁਲ ਹੁੰਦਾ। ਫਿਜ਼ੀਕਲ ਲੋਕਾਂ ਨੂੰ ਨਜ਼ਰ ਆਉਣਾ ਚਾਹੀਦਾ ਕਿ ਤੁਸੀਂ ਕੁਛ ਕਰ ਰਹੇ ਹੋ, ਤੁਸੀਂ ਕੁਛ ਇੰਪਰੂਵ ਕਰ ਰਹੇ ਹੋ, ਤੁਹਾਡਾ ਬੈਂਕ ਬੈਲੈਂਸ ਤੁਹਾਨੂੰ ਪਤਾ ਹੈ, ਬਟ ਤੁਹਾਡੀ ਜਿਹੜੀ ਫਿਜ਼ੀਕਲ ਮਟੀਰੀਅਲਿਸਟਿਕ ਗਰੋਥ ਹੁੰਦੀ ਹੈ ਨਾ, ਉਹ ਵੀ ਨਜ਼ਰ ਆਉਣੀ ਚਾਹੀਦੀ ਹੈ, ਠੀਕ ਹੈ? ਤੁਹਾਡੀ ਟੀਮ ਦੀ ਵੀ ਗਰੋਥ ਹੋਏਗੀ। ਪੁੱਛਣਗੇ ਭਾਅ ਜੀ ਕੀ ਕਰਦੇ ਹੋ, ਸਿਕਨੋਮਿਕਸ ਨਾਲ ਜੁੜਿਆ ਕੀ ਹੈ ਉਹ, ਕਿਹੜੀ ਸਕੀਮ ਹੈ, ਓਕੇ ਦੱਸੋ
ਸੋ ਇਨਵੈਸਟਮੈਂਟ ਗੋਲਸ ਵੀ ਰੱਖੋ, ਇਹ ਨਹੀਂ ਕਿ ਪੈਸਾ ਕਮਾਇਆ ਅਤੇ ਸਾਰਾ ਖਰਚ ਲਿਆ, ਇਨਵੈਸਟਮੈਂਟ ਗੋਲ ਰੱਖੋ, ਠੀਕ ਹੈ। ਕਿੱਦਾਂ ਦੇ ਗੋਲ ਰੱਖੋ, ਸਭ ਤੋਂ ਵਧੀਆ ਹੁੰਦਾ ਹੈ ਰੀਅਲ ਸਟੇਟ 'ਚ ਇਨਵੈਸਟ ਕਰਨਾ, ਪੈਸੇ ਹੈਗੇ ਨੇ ਪਲੋਟਸ ਦੇ ਵਿੱਚ, ਐਗਰੀਕਲਚਰ ਲੈਂਡ ਦੇ ਵਿੱਚ ਇਨਵੈਸਟ ਕਰੋ। ਤੁਸੀਂ ਯਕੀਨ ਕਰੋ, ਜੇ ਪੰਜਾਬ ਦੇ ਲੋਕ ਜਿੰਨੇ ਬਾਹਰ ਗਏ ਨੇ ਪੰਜਾਬ 'ਚ ਇਨਵੈਸਟਮੈਂਟ ਕਰਨ ਨਾ, ਬਾਹਰ ਕਰਨ ਦੀ ਬਜਾਏ ਜਿੱਥੇ ਕਿ ਗੌਰਮੈਂਟ ਕਿਸੇ ਵੀ ਵੇਲੇ ਇੱਕ ਰੂਲ ਇੱਕ ਬਿੱਲ ਪਾਸ ਕਰਕੇ ਉਹਨਾਂ ਨੂੰ ਉੱਥੋਂ ਕੱਢ ਸਕਦੀ ਹੈ ਕਿਸੇ ਵੀ ਟਾਈਮ, ਕਿ ਦੂਜੀ ਕੰਟਰੀ 'ਚ ਨੇ ਬੈਠੇ ਹੋਏ, ਠੀਕ ਹੈ। ਦੁਬਈ ਦੇ ਵਿੱਚ ਪ੍ਰੋਪਰਟੀ ਲੈਣਾ ਕਿੰਨਾ ਅਨਸੇਫ ਹੈ ਸਾਨੂੰ ਪਤਾ, ਅਗਲੇ ਇੱਕਦਮ ਰੂਲ ਕੱਢ ਦਿੰਦੇ ਨੇ, ਤੁਸੀਂ ਕੁਛ ਨਹੀਂ ਕਰ ਸਕਦੇ, ਯੂ ਹੈਵ ਟੂ ਅਬਾਈਡ ਬਾਈ ਦਾ ਲੋ, ਠੀਕ ਹੈ। ਫਿਰ ਆਪਣੇ ਪੰਜਾਬ 'ਚ ਇਨਵੈਸਟਮੈਂਟ ਕਰੋ, ਐਗਰੀਕਲਚਰ ਲੈਂਡ ਲਓ, ਅਤੇ ਜਿਹੜੇ ਬਾਕੀ ਪਰਦੇਸੀ ਪ੍ਰਵਾਸੀ ਸਾਡੀ ਜ਼ਮੀਨਾਂ ਖਰੀਦ ਰਹੇ ਨੇ ਉਹਨਾਂ ਨੂੰ ਉਹ ਮੌਕਾ ਨਹੀਂ ਮਿਲੇਗਾ, ਠੀਕ ਹੈ ਜੀ। ਸੋ ਸਟੋਕ ਇਨਵੈਸਟਮੈਂਟ ਕਰੋ, ਸਿਖਨੋਮਿਕਸ ਤੁਹਾਨੂੰ ਨਵੇਂ ਸਾਲ ਦੇ ਵਿੱਚ ਟਿਪਸ ਦੇਗੀ ਹਰ ਇੱਕ ਸਟੋਕਸ ਦਾ, ਜਿਹੜੇ ਵਧੀਆ ਸਟੋਕਸ ਨੇ ਜਿਨ੍ਹਾਂ ਦੇ 2024 ਦੇ ਵਿੱਚ ਗਰੋਥ ਦੇ ਚਾਂਸਿਸ ਨੇ, ਤੁਹਾਨੂੰ ਉਹਨਾਂ ਦੇ ਨਾਮ ਦੱਸੇਗੀ, ਉਹਨਾਂ ਦੀ ਪ੍ਰੀਵੀਅਸ ਹਿਸਟਰੀ ਦੱਸੇਗੀ। ਇੱਕ ਸੈਸ਼ਨ ਹੋਏਗਾ ਹਫ਼ਤੇ ਵਿੱਚ, ਮੈਂ ਆਲਰੇਡੀ ਪਲਾਨ ਕਰ ਚੁੱਕਿਆ, ਠੀਕ ਹੈ। ਸੋ ਸਟੋਕਸ ਦੇ ਬਾਰੇ ਵੀ ਤੁਸੀਂ ਜੇ ਕੋਈ ਸਿਰਫ ਆਪਾਂ ਦੱਸਾਂਗੇ, ਇਨਵੈਸਟਮੈਂਟ ਜ਼ਰੂਰੀ ਨਹੀਂ ਹੈਗੀ, ਜਿਹਦੇ ਕੋਲ ਸਪੇਅਰ ਪੈਸਾ ਪਿਆ ਹੋਏਗਾ ਉਹ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ, ਡਾਇਵਰਸੀਫਾਈ ਕਰਨਾ ਚਾਹੁੰਦਾ ਆਪਣੇ ਇਨਵੈਸਟਮੈਂਟ ਪੋਰਟਫੋਲੀਓ ਦੇ ਵਿੱਚ, ਉਹ ਥੋੜ੍ਹੇ ਥੋੜ੍ਹੇ ਸ਼ੇਅਰ ਲੈ ਕੇ ਵੀ ਜਿਹੜੇ ਹੈਗੇ ਉਹ ਇਨਵੈਸਟ ਕਰ ਸਕਦਾ ਹੈ। ਸੋ ਤੁਹਾਨੂੰ ਲੱਗੇਗਾ ਕਿ ਮੈਂ ਬਹੁਤ ਵਧੀਆ ਡਿਸੀਜ਼ਨ ਲਿਆ ਸੀ 2024 ਦੇ ਵਿੱਚ, ਅਤੇ 2000 ਤੁਸੀਂ 25 'ਚ ਜਾਂ 35 'ਚ ਜਾਂ 45 'ਚ ਯਾਦ ਕਰੋਗੇ ਉਸ ਵੇਲੇ ਸਾਨੂੰ, ਠੀਕ ਹੈ, ਜਦੋਂ ਉਹੀ ਤੁਹਾਡੇ ਸਟੋਕ ਜਿਹੜੇ ਹੈਗੇ ਮਿਲੀਅਨਸ ਦੇ ਹੋਣੇ, ਠੀਕ ਹੈ। ਸੋ ਸਟੋਕ ਇਨਵੈਸਟਮੈਂਟ ਕਰੋ, ਆਪਣੀ ਇਨਕਮ ਨੂੰ ਡਾਇਵਰਸੀਫਾਈ ਕਰੋ। ਹੁਣ ਆ ਗਿਆ ਹੈਲਥ ਐਂਡ ਵੈਲਬੀਂਗ, ਜਿੰਨਾ ਵੀ ਅਸੀਂ ਇਹ ਕਰ ਰਹੇ ਹਾਂ ਨਾ ਸਾਰਾ, ਇਹ ਬੇਸਡ ਹੈਗਾ ਕਿ ਸਾਡੀ ਹੈਲਥ ਠੀਕ ਨਹੀਂ ਹੈ। ਫਿਜ਼ੀਕਲ ਹੈਲਥ ਦੇ ਗੋਲ ਟਾਰਗੇਟ ਜਿਹੜੇ ਹੈਗੇ ਰੱਖੋ। ਤੁਸੀਂ ਯਕੀਨ ਕਰੋ, ਮੈਂ ਨਾ ਬਹੁਤ ਜ਼ਿਆਦਾ ਜਿਹੜੇ ਮੈਂ ਨਾਲ ਕੰਮ ਕੀਤਾ ਹੈ ਗੋਰਿਆਂ ਦੇ, ਜਿਹੜੇ ਹੈ ਨਾ ਯੂਰੋਪੀਅਨਸ ਨੇ, ਮੈਂ ਨਾ ਕਿਸੇ ਦੇ ਵੀ ਕੁੱਬ ਨਹੀਂ ਪਿਆ ਹੋਇਆ ਦੇਖਿਆ ਅੱਜ ਤੱਕ। ਪਤਾ ਨਹੀਂ ਉਹ ਪਹਿਲਾਂ ਮਰ ਜਾਂਦੇ ਨੇ ਵਿਚਾਰੇ, ਉਸ ਏਜ ਤੱਕ ਪੁੱਜਦੇ ਨਹੀਂ ਹੈ, ਜਾਂ ਮਤਲਬ ਉਹ, ਮੈਂ ਨਾ ਉਹਨਾਂ ਦੇ ਕੁੜੀਆਂ, ਬੁੱਢੀਆਂ, ਬਜ਼ੁਰਗ, ਯੰਗ, ਉਹਨਾਂ ਦੇ ਮੈਂ ਬੱਚੇ ਪਾਗਲਾਂ ਦੀ ਤਰ੍ਹਾਂ ਟਰੈਕਿੰਗ ਕਰਦੇ ਦੇਖੇ ਨੇ, ਸਾਈਕਲਿੰਗ ਕਰਦੇ ਦੇਖੇ ਨੇ, ਰੇਸਾਂ ਲਾਉਂਦੇ ਦੇਖੇ ਨੇ ਟਰੈਕਸ ਦੇ ਉੱਤੇ। ਸਾਡੇ ਵੀ ਜਿਮ ਜਾਂਦੇ ਆ, ਬਟ ਰੀਲਾਂ ਬਣਾਉਣ ਵਾਸਤੇ ਮੋਸਟਲੀ ਸਾਡੀਆਂ ਭੈਣਾਂ ਹੈ ਨਾ ਜਿਮ ਗਈਆਂ, ਹੈ ਨਾ, ਅਤੇ ਉਹ ਰੀਲਾਂ ਬਣਾ ਕੇ ਪਾਣੀਆਂ ਉੱਥੇ, ਦੈਟਸ ਇਟ, ਗੋਲ, ਜੋਬ ਡਨ। ਅਮਨਦੀਪ ਸਿੰਘ ਹੱਸ ਰਹੇ ਨੇ, ਇਟ ਮੀਨਸ ਤੁਸੀਂ ਜਿਮ 'ਚ ਹੀ ਦੇਖਦੇ ਹੋ ਨਾ ਸਾਰਾ ਦਿਨ ਫਿਰ। ਓਕੇ, ਸੋ ਫਿਜ਼ੀਕਲ, ਇਹ ਤਾਂ ਹੁਣ ਟ੍ਰੈਂਡ ਬਣਿਆ ਹੋਇਆ ਵਾ, ਤਾਂ ਚਲੋ ਵਿਹਲੇ ਬਹਿ ਕੇ ਗੱਲ ਕਰਾਂਗੇ ਆਪਾਂ ਇਸ ਬੇਸ 'ਤੇ। ਓਕੇ, ਨੋਟ ਸੇਫ ਟੂ ਟਾਕ ਅਬਾਊਟ, ਹੈ ਨਾ। ਸੋ ਆਪਣੇ ਫਿਜ਼ੀਕਲ ਜਿਹੜੇ ਹੈਗੇ ਗੋਲਸ ਸੈੱਟ ਰੱਖੋ, ਕਿੰਨੇ ਆਪਾਂ ਕਿਲੋਮੀਟਰ ਡੇਲੀ ਚੱਲਣਾ ਹੈ, ਅਤੇ ਸਿਰਫ 2 ਕਿਲੋਮੀਟਰ ਦੀ ਵਾਕਿੰਗ ਹੀ ਇੱਕ ਚੇਂਜ ਲਿਆਉਣਾ ਸ਼ੁਰੂ ਕਰ ਦੇਗੀ, ਠੀਕ ਹੈ। ਸੋ ਹੈਲਥ ਇਸ਼ੂ ਜਿਹੜੇ ਹੈਗੇ ਨੇ, ਫਿਟਨੈਸ ਇਸ਼ੂਜ਼ ਨੇ, ਹੈ ਨਾ, ਮਤਲਬ ਕਿਸਦਾ ਮਤਲਬ ਟਮੀ ਨਿਕਲਿਆ ਹੋਇਆ ਮਤਲਬ ਖਾ ਖਾ ਕੇ, ਰਾਈਟ। ਸੋ ਚੀਜ਼ਾਂ ਨੂੰ ਅੱਜ ਧਿਆਨ ਦੇਣ ਦੀ ਲੋੜ ਹੈਗੀ ਹੈ। ਵਜ਼ਨ ਵੱਧ ਰਿਹਾ ਨਾਲ ਗੋਡੇ ਵੀ ਤੁਹਾਡੇ ਕਰੈਸ਼ ਹੋਣੇ, ਜੁਆਇੰਟਸ ਵੀ, ਠੀਕ ਹੈ, ਵਜ਼ਨ ਕਰਕੇ। ਸੋ ਅੱਜ ਉਹ ਫੀਲ ਨਹੀਂ ਹੋ ਰਿਹਾ, ਲੇਕਿਨ ਅੱਜ ਤੋਂ ਅਸੀਂ ਪਲਾਨਿੰਗ ਕਰਨੀ, ਕਿਉਂਕਿ ਅਸੀਂ ਫਿਊਚਰ ਦੀ ਪਲਾਨਿੰਗ ਕਰ ਰਹੇ ਹਾਂ ਹਰ ਪੁਆਇੰਟ ਦੇ ਵਿੱਚ, ਅਤੇ ਹੈਲਥ ਦੀ ਪਲਾਨਿੰਗ ਕਿਉਂ ਨਾ ਕਰੀਏ। ਹੈਲਥ ਠੀਕ ਹੋਏਗੀ ਤਾਂ ਹੀ ਟ੍ਰੇਡਿੰਗ ਕਰੋਗੇ ਨਾ ਬੈਠ ਕੇ, ਜੇ ਦਰਦ ਹੋਏਗੀ ਤਾਂ ਤੁਸੀਂ ਕਿੱਥੇ ਕੰਸਟਰੇਟ ਕਰ ਲਉਂਗੇ, ਨਹੀਂ ਕਰ ਸਕਦੇ ਕੰਸਟਰੇਟ। ਚੈੱਕ ਯੂਰ ਹੈਲਥ ਇਸ਼ੂਜ਼ ਐਂਡ ਸਟਾਰਟ ਵਰਕਿੰਗ ਔਨ ਅਡਵਾਈਸ ਗਿਵਨ ਬਾਈ ਡਾਕਟਰਸ, ਯਾਨੀ ਕਿ ਅਸੀਂ ਆਪਣੇ ਆਪ ਯੂਟਿਊਬ ਦੇਖੇ ਦਵਾਈਆਂ ਖਾ ਲਈਆਂ ਮਰ ਜਾਣਾ ਫਿਰ ਅਸੀਂ, ਠੀਕ ਹੈ। ਆਪਾਂ ਨੇ ਡਾਕਟਰਸ ਦੇ ਨਾਲ ਕੰਸਲਟ ਕਰਨਾ ਕਿ ਇਹ ਡਾਇਟ ਕੀ ਹੈ, ਅਸੀਂ ਐਕਸਪਰਟਸ ਦੇ ਨਾਲ ਕੰਸਲਟ ਕਰਨਾ ਹੈ, ਸਾਨੂੰ ਜੋ ਡਾਇਟ ਪਲਾਨ ਹੈਗਾ ਸਾਡਾ ਉਸ ਇਸ਼ੂ ਨੂੰ ਰਿਜ਼ੋਲਵ ਕਰਨ ਲਈ ਅਸੀਂ ਉਹਨੂੰ ਫੋਲੋ ਕਰਨਾ ਹੈ। ਹੈਲਥ ਇਸ ਪਲੱਸ, ਹੈਲਥ ਇਜ਼ ਮੋਰ ਦੈਨ ਵੈਲਥ ਭਾਅ ਜੀ, ਵੈਲਥ ਵੀ ਕਦੇ ਕਦੇ ਹੈਲਥ ਨੂੰ ਰਿਕਵਰ ਨਹੀਂ ਕਰ ਸਕਦਾ, ਠੀਕ ਹੈ। ਸੋ ਹੈਲਥ ਇਜ਼ ਮੋਰ ਦੈਨ ਵੈਲਥ, ਤੁਸੀਂ ਪਰਫੈਕਟਲੀ ਕਿਹਾ ਹੈ, ਠੀਕ ਹੈ। ਸਾਡੇ ਡਾਇਨਾਮਿਕ ਟ੍ਰੇਡਰ ਵੀਰ ਹਰਿੰਦਰ ਸਿੰਘ ਜੀ, ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕੀ ਹਾਲ ਚਾਲ ਜੀ? ਸਾਡੇ ਲੈਜੈਂਡਰੀ ਟ੍ਰੇਡਰ ਕਿੱਥੇ ਚਲੇ ਗਏ ਸੀ ਇੰਨੇ ਦਿਨਾਂ ਤੋਂ? ਸੌਰੀ ਭਾਅ ਜੀ, ਮੈਂ ਹੁਣੇ ਲਿੰਕ ਦੇਖਿਆ। ਸੋ ਕੀ ਹਾਲ ਚਾਲ ਜੀ ਸਾਰਿਆਂ ਦਾ? ਪ੍ਰੋਮਿਸ ਕਰੋ, ਤੁਹਾਡੀ ਸਵਾਗਤ ਹੈ ਭਾਅ ਜੀ ਤੁਹਾਡਾ, ਬਹੁਤ ਦਿਨਾਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪ੍ਰੋਮਿਸ ਕਰੋ ਤੁਹਾਡੀ ਲਾਈਫ ਲਾਸਟ ਸੌਰੀ ਹੋਏਗੀ 2023 ਚ ਇਹ। ਜਿਹੜੇ ਬਹੁਤ ਮਤਲਬ ਖਤਰਨਾਕ ਭਾਜੀ, ਉਹ ਕਿਹੜਾ ਕੰਮ ਸੀਗਾ? ਉਹ ਵੀ ਤਾਂ ਗ੍ਰੇਟ ਬਾਲ ਕਹਿੰਦੇ ਸੀ, ਗ੍ਰੇਟ ਬਾਲ।
ਦ੍ਰਵਿੜ ਨੂੰ ਬੋਲ ਕੇ ਸੀ ਸ਼ੋਇਬ ਨੇ, ਪਤਾ ਆਪਣੇ ਸਾਰੇ ਬਾਲ ਪਟਲੇ ਸੀ ਦ੍ਰਵਿੜ ਨੂੰ ਬੋਲਾਂ ਪਾ ਪਾ ਕੇ, ਕਹਿੰਦਾ ਯਾਰ ਬੰਦਾ ਕਿੱਦਾਂ, ਹਾਂ ਮਤਲਬ ਤੁਸੀਂ ਦੇਖੋ ਕਿ 150 ਦੀ ਅਗਲਾ ਭੱਜ ਕੇ ਆ ਰਿਹਾ ਟੱਚ ਕਰਕੇ ਗੇਂਦ ਨੂੰ ਸਾਈਡ ਕਰ ਰਿਹਾ, ਕਿੰਨੀ ਫਰਸਟ੍ਰੇਸ਼ਨ ਹੋਏਗੀ ਦੱਸੋ ਉਸ ਬੋਲਰ ਦੇ ਵਿੱਚ। ਉਹ ਭਾਜੀ ਇੰਟਰਵਿਊ ਚ ਕਹਿੰਦਾ, ਕਹਿੰਦਾ ਮੈਂ ਇੰਨੀ ਦੇਰ ਕਹਿੰਦਾ ਕਹਿੰਦਾ ਭੱਜ ਕੇ ਆਉਂਦਾ ਵਾ, ਅੱਗੋਂ ਆ ਕੇ ਕਹਿੰਦਾ ਬਾਰੀ ਟਿਪ ਜੀ ਕਰ ਜਾਂਦਾ, ਕਹਿੰਦਾ ਇਹ ਬੰਦਾ ਕਿੰਨੀ ਫਰਸਟ੍ਰੇਸ਼ਨ ਹੁੰਦੀ ਨਾ ਸਾਹਮਣੇ। ਸੋ ਵੈਲਕਮ ਬੈਕ ਭਾਜੀ, ਸਾਨੂੰ ਸਾਡੇ ਲਈ ਸਾਡਾ 2023 ਸਫਲ ਹੋ ਗਿਆ, ਤੁਸੀਂ ਵਾਪਿਸ ਆਏ ਹੋ, ਹੈ ਨਾ। ਹੋਰ ਕਿਵੇਂ ਹੋ ਸਭ ਠੀਕ ਠਾਕ? ਹਾਂਜੀ ਹਾਂਜੀ ਭਾਜੀ, ਚੜ੍ਹਦੀ ਕਲਾ ਜੀ, ਗ੍ਰੇਟ ਜੀ, ਆਲ ਗੁੱਡ। ਸਵਾਗਤ ਹੈ ਹਰਿੰਦਰ ਭਾਜੀ ਤੁਹਾਡਾ। ਥੈਂਕ ਯੂ ਨਰਿੰਦਰ ਵੀਰੇ। ਹੋਰ ਸਾਡੀ ਭੈਣ ਠੀਕ ਹੈ? ਹਾਂਜੀ ਹਾਂਜੀ ਸਾਰੇ ਵਧੀਆ ਭਾਜੀ, ਚਲੋ ਠੀਕ ਹੈ, ਸ਼ੁਕਰ ਹੈ ਪਰਮਾਤਮਾ ਦਾ। ਸੋ ਆਪਾਂ ਕੰਟੀਨਿਊ ਕਰਦੇ ਹਾਂ, ਆਲ ਅਬਵ ਫਰੋਮ ਦਿਸ ਫਿਜ਼ੀਕਲ ਹੈਲਥ, ਸੋ ਮੈਂਟਲ ਹੈਲਥ ਵੀ ਉਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਮੈਂ ਕਹਾਂਗਾ ਕਿ 70% ਤੋਂ ਘੱਟ ਨਹੀਂ ਹੋਏਗੀ। ਸੋ ਉਹਦੇ ਲਈ ਅਸੀਂ ਮੈਡੀਟੇਸ਼ਨ ਸ਼ੁਰੂ ਕਰੀਏ ਡੇਲੀ ਦੀ, ਨਿਤਨੇਮ ਆਪਾਂ ਕਰਦੇ ਹਾਂ, ਸਿਮਰਨ ਕਰਦੇ ਹਾਂ, ਜੋ ਜਿਹਦਾ ਕੋਈ ਰਿਲੀਜਨ ਹੈਗਾ, ਜੋ ਜਿਹਦਾ ਕੋਈ ਇਸ਼ਟ ਹੈਗਾ ਉਹਨੂੰ ਅਸੀਂ ਧਿਆਈਏ। ਉਹਦਾ ਮਤਲਬ ਕੀ ਹੈ, ਇੱਕ ਚੀਜ਼ ਨੂੰ ਵਾਰ ਵਾਰ ਰਿਪੀਟ ਕਰਨ ਨਾਲ ਸਾਡੀ ਬ੍ਰੇਨ ਦੀ ਕੰਸਟਰੇਸ਼ਨ ਵੱਧਦੀ ਹੈ। ਯੋਗਾ ਕੋਈ ਆਮ ਚੀਜ਼ ਨਹੀਂ ਹੈਗਾ, ਯੋਗਾ ਇੱਕ ਬੇਸ਼ੱਕ ਹਿੰਦੂਆਂ ਨਾਲ ਜੋੜਿਆ ਗਿਆ ਸੀ, ਮੁਸਲਮਾਨਾਂ ਕੇ ਹਿੰਦੂਆਂ ਦਾ ਹੈਗਾ ਇਹ ਇਹਰਾਮ ਹੈ, ਬਟ ਅੱਜ ਵਰਲਡ ਦਾ ਹਰ ਬੰਦਾ ਯੋਗਾ ਕਰ ਰਿਹਾ। ਸਾਡੇ ਇੰਡੀਅਨਸ ਲੋਕਾਂ ਨਾਲੋਂ ਜ਼ਿਆਦਾ ਯੋਗਾ ਗੋਰੇ ਯੂਰੋਪੀਅਨਸ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਇਹਦੀ ਜਿਹੜੀ ਫਰਕ ਕੀ ਹੈ। ਜਿੰਨੇ ਵੀ ਮਤਲਬ ਫਿਜ਼ੀਕਲ ਫਿਟਨੈਸ ਦੇ ਜਿਹੜੇ ਮਤਲਬ ਬੰਦੇ ਨੇ, ਮੈਂਟਰ ਨੇ, ਐਡਵਾਈਜ਼ਰ ਨੇ, ਉਹ ਯੋਗਾ ਦੇ ਹੀ ਵਾਰ ਉਹ ਕਰਦੇ ਨੇ, ਹੈ ਨਾ। ਅਤੇ ਯੋਗਾ ਦੇ ਨਾਲ ਸਾਡਾ ਪੱਖ ਬਾਬਾ ਰਾਮਦੇਵ ਕਿੰਨਾ ਅਮੀਰ ਹੋ ਗਿਆ ਜੀ। ਦੇਖੋ ਯੰਗੈਸਟ ਕੁਆਰਾ ਬੰਦਾ ਜਿਹੜਾ ਮਤਲਬ ਇਕੱਲਾ ਕੁਆਰਾ ਜਿਹੜਾ ਇੰਨਾ ਅਮੀਰ ਹੈਗਾ ਦੁਨੀਆਂ 'ਚ, ਅਤੇ ਕੁਆਰਾ ਅੱਜ ਵੀ ਠੀਕ ਹੈ, ਮਤਲਬ ਉਹ ਯੰਗੈਸਟ ਬੈਚਲਰ ਹੈ ਨਾ ਆਈ ਥਿੰਕ ਇਨ ਦਾ ਇਨ ਵਰਲਡ ਦੇ ਵਿੱਚ, ਰਾਈਟ, ਯੋਗਾ ਕਰਕੇ ਠੀਕ ਹੈ। ਸੋ ਅਸੀਂ ਆਪਣਾ ਭਾਜੀ ਆਪਾਂ ਨਾ ਇੱਕ ਚੀਜ਼ ਸੀਰੀਅਸ ਨਹੀਂ ਲੈਂਦੇ, ਅਸਲ 'ਚ ਕੁਛ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਪੁਰਾਣੀਆਂ ਨੇ ਉਹ ਆਪਣੇ ਵਰਕ ਕਰਦੀਆਂ, ਬਸ ਆਪਾਂ ਨਾ ਥੋੜ੍ਹਾ ਜਿਹਾ ਕੱਟੜ ਹੋ ਜਾਂਦੇ ਹਾਂ ਕਿ ਯਾਰ ਆਹ ਚੀਜ਼ ਨਹੀਂ ਯਾਰ ਇਹ ਉਹ ਫਲਾਣੇ ਧਰਮ 'ਚ, ਪਰ ਉਹ ਵਰਕ ਕਰਦੀਆਂ ਭਾਜੀ। ਹੋ ਸਕਦਾ ਮੈਂ ਗਲਤ ਹੋਵਾਂ ਪਰ ਤੁਸੀਂ ਮੈਨੂੰ ਕਰੈਕਟ ਕਰਤਾ। ਦੁਬਈ ਦੇ ਵਿੱਚ, ਸਾਊਦੀ ਅਰਬੀਆ ਦੇ ਵਿੱਚ, ਵਰਲਡ ਵਾਈਡ, ਇੰਡੋਨੇਸ਼ੀਆ ਦੇ ਵਿੱਚ ਯੋਗਾ ਡੇ ਜਿਹੜਾ ਹੈ ਪ੍ਰੋਪਰ ਮਨਾਇਆ ਜਾਂਦਾ, ਕਿਉਂਕਿ ਉਹਨਾਂ ਦੇ ਲੋਕਾਂ ਨੂੰ ਫਰਕ ਮਿਲਿਆ ਕਿ ਇਹ ਤੁਸੀਂ ਬ੍ਰੇਨ ਨੂੰ ਕੀ ਕਰੋਗੇ, ਤੁਸੀਂ ਬ੍ਰੇਨ ਦੇ ਵਿੱਚ ਕੋਈ ਜਿਮ, ਕੋਈ ਡੰਬਲ ਹੈਗਾ, ਕੋਈ ਬ੍ਰੇਨ ਦੀ ਐਕਸਰਸਾਈਜ਼ ਹੈਗੀ ਹੈ ਜਿਮ ਦੇ ਵਿੱਚ ਭਾਜੀ? ਨਹੀਂ ਹੈ ਨਾ, ਫਿਜ਼ੀਕਲ ਐਕਸਰਸਾਈਜ਼ ਤਾਂ ਹੈਗੀ ਹੈ, ਸਾਰੇ ਮਸ਼ੀਨਾਂ ਪਈਆਂ ਹੈ, ਬ੍ਰੇਨ ਦੀ ਐਕਸਰਸਾਈਜ਼ ਕੌਣ ਕਰੇਗਾ? 5 ਕਿਲੋ ਵੇਟ ਪਾਓਗੇ ਗਰਦਨ ਦੇ ਵਿੱਚ ਤਾਂ ਹੋਏਗੀ ਬ੍ਰੇਨ ਦੀ? ਨੋ, ਬ੍ਰੇਨ ਦੀ ਐਕਸਰਸਾਈਜ਼ ਯੋਗਾ ਕਰੇਗਾ। ਸਾਡੇ ਵਿਚਾਰਾਂ ਨੂੰ, ਸਾਡੀ ਥੋਟਸ ਨੂੰ ਲਗਾਮ ਕੌਣ ਦੇਵੇਗਾ? ਸਾਡੀ ਐਨਰਜੀ ਨੂੰ ਇਕੱਠੀ ਕੌਣ ਕਰੇਗਾ? ਡਾਇਵਰਟ ਨਾ ਹੋਣ ਤੋਂ ਕੌਣ ਬਚਾਏਗਾ? ਯੋਗਾ। ਯੋਗਾ ਇਨ ਸੈਂਸ ਕਿ ਤੁਸੀਂ ਮੈਡੀਟੇਸ਼ਨ ਕਰੋ, ਨਿਤਨੇਮ ਕਰੋ, ਬੰਦਗੀ ਕਰੋ, ਜੋ ਵੀ ਕਰੋ, ਬਟ ਕੰਸਟਰੇਸ਼ਨ ਕਰੋ ਅਤੇ ਡੇਲੀ ਕਰੋ, ਤੁਹਾਡੀ ਟ੍ਰੇਡਿੰਗ ਇੰਪਰੂਵ ਹੁੰਦੀ ਚੱਲ ਜਾਏਗੀ, ਤੁਹਾਡੀ ਹਰ ਚੀਜ਼ ਇੰਪਰੂਵ ਹੁੰਦੀ ਚੱਲ ਜਾਏਗੀ। ਇਹ ਫੈਕਟ ਹੈ ਅਤੇ ਮੈਂ ਇਹਦਾ ਪ੍ਰੂਵਨ ਇੱਕ ਜਿਹੜਾ ਹੈਗਾ ਐਵੀਡੈਂਸ ਆ, ਵਿਟਨੈਸ ਹੈ ਮੈਂ ਇਸ ਚੀਜ਼ ਦਾ, ਰਾਈਟ। ਸੋ ਆਲ ਅਬਵ, ਤੁਸੀਂ ਸਭ ਕੁਛ ਹਾਸਿਲ ਕਰ ਲਿਆ, ਪੈਸਾ ਵੀ, ਪਰ ਤੁਸੀਂ ਜੇ ਸਮਾਜ ਲਈ ਕੁਛ ਨਹੀਂ ਕੀਤਾ, ਤੁਸੀਂ ਫਿਜ਼ੀਕਲੀ ਫਿੱਟ ਵੀ ਹੋਗੇ, ਤੁਸੀਂ ਇਨਵੈਸਟਮੈਂਟ, ਤੁਸੀਂ ਬਹੁਤ ਅਮੀਰ ਵੀ ਹੋਗੇ, ਰਾਈਟ, ਤੁਹਾਨੂੰ ਗੌਤਮ ਅਦਾਨੀ ਵਿੱਚੋਂ ਅਤੇ ਰਤਨ ਟਾਟਾ 'ਚੋਂ ਕੌਣ ਵਧੀਆ ਲੱਗਦਾ? ਰਤਨ ਟਾਟਾ ਭਾਜੀ, ਟਾਟਾ ਸਹੀ ਲੱਗਦਾ ਭਾਜੀ, ਟਾਟਾ ਜੀ, ਟਾਟਾ ਕਿਉਂ? ਉਹ ਭਾਜੀ ਕਮਿਊਨਿਟੀ ਲਈ ਕੁਝ ਕਰਦਾ ਜੀ। ਹਾਂ ਬਿਲਕੁਲ, ਐਗਜ਼ੈਕਟਲੀ ਸੇਮ ਜੀ। ਟਾਟਾ ਕੋਈ ਕੰਪਨੀ ਨਹੀਂ ਹੈਗੀ, ਟਾਟਾ ਇੱਕ ਚੈਰੀਟੇਬਲ ਟਰਸਟ ਹੈ, ਟਾਟਾ ਚੈਰੀਟੇਬਲ ਟਰਸਟ, ਠੀਕ ਹੈ। 70% ਜਿਹੜੀ ਉਹਨਾਂ ਦੀ ਐਨੂਅਲ ਇਨਕਮ ਹੁੰਦੀ ਨਾ, ਉਹ ਦੁਨੀਆ ਭਰ ਦੇ ਕੈਂਸਰ ਹੋਸਪਿਟਲ ਦੇ ਵਿੱਚ ਫੰਡਿੰਗ ਕਰਦੇ ਨੇ, ਕਿੰਨੇ ਹੀ ਜ਼ਿਆਦਾ ਸਕੂਲਸ, ਕਿੰਨੇ ਜ਼ਿਆਦਾ ਯੂਨੀਵਰਸਿਟੀਜ਼, ਕਿੰਨੇ ਜ਼ਿਆਦਾ ਗ੍ਰਾਂਟਾਂ ਦਿੰਦੇ ਨੇ ਉਹ। ਟਾਟਾ ਇੱਕ ਕੰਪਨੀ ਨਹੀਂ ਹੈਗੀ, ਟਾਟਾ ਇੱਕ ਟਰੱਸਟ ਹੈ। ਇੱਕ ਟਰੱਸਟ ਇੱਕ ਕੰਪਨੀ ਦੀ ਤਰ੍ਹਾਂ ਕੰਮ ਕਰ ਰਿਹਾ ਹੈ, ਦੈਟਸ ਇਟ। ਜੇ ਨਹੀਂ ਹੈ ਤਾਂ ਤੁਸੀਂ ਜਾ ਕੇ ਗੂਗਲ 'ਤੇ ਰਿਸਰਚ ਕਰ ਲਿਓ ਕਿ ਟਾਟਾ ਟਰੱਸਟ ਹੈ ਜਾਂ ਕੰਪਨੀ ਹੈ। ਇਸ ਐਜ਼ ਏ ਕੰਪਨੀ ਐਕਟ ਕਰ ਰਿਹਾ, ਐਜ਼ ਏ ਕੰਪਨੀ ਬਿਜ਼ਨਸ ਕਰ ਰਿਹਾ, ਪੈਸੇ ਕਮਾ ਰਿਹਾ, ਬਟ ਐਜ਼ ਏ ਟਰੱਸਟ ਜਿਹੜੇ ਹੈਗੇ ਚੈਰਿਟੀ ਕਰ ਰਿਹਾ। ਆਪਾਂ ਨੇ ਸਭ ਕੁਛ ਕੀਤਾ, ਬਟ ਜੇ ਅਸੀਂ ਕਿਸੇ ਨੂੰ, ਅਸੀਂ ਸੁਸਾਇਟੀ ਨੂੰ ਵਾਪਸ ਕੁਛ ਨਹੀਂ ਨਾ ਕੀਤਾ, ਸਾਡਾ ਜੀਣਾ ਬੇਕਾਰ ਹੈ, ਸਾਡੀ ਪਹਿਚਾਣ ਨਹੀਂ ਬਣੇਗੀ, ਠੀਕ ਹੈ। ਜੋ ਦੂਜਿਆਂ ਲਈ ਕਰਦੇ ਨੇ ਲੋਕ, ਉਹਨਾਂ ਨੂੰ ਯਾਦ ਰੱਖਦੇ ਨੇ, ਇਹ ਕਰਕੇ ਦੁਨੀਆ ਸੈਲਫਿਸ਼ ਹੈ, ਜੋ ਉਹਨਾਂ ਲਈ ਕੁਛ ਕਰੇਗਾ ਉਹਨਾਂ ਨੂੰ ਯਾਦ ਰੱਖਿਆ ਜਾਏਗਾ। ਸੋ ਸਾਨੂੰ ਕੁਛ ਕਰਨਾ ਬਣਦਾ ਹੈ, ਅਤੇ ਸਿੱਖਿਜ਼ਮ ਦਾ ਜਿਹੜਾ ਕੋਰ ਵੈਲਿਊ ਹੈਗੀ ਹੈ, ਸ਼ੇਅਰਿੰਗ ਇਜ਼ ਕੇਅਰਿੰਗ, ਹੈ ਨਾ। ਸੋ ਸ਼ੇਅਰ ਐਂਡ ਕੇਅਰ ਕਰੋ, ਸੋ ਫਾਈਂਡ ਸਮ ਵੇਜ਼ ਟੂ ਸਰਵ ਕਮਿਊਨਿਟੀ, ਠੀਕ ਹੈ। ਸੋ ਚੈਰੀਟੇਬਲ ਸਰਵਿਸਿਜ਼ ਅਸੀਂ ਕਰਨੀ ਹੈ, ਸੋਸ਼ਲ ਸਰਵਿਸਿਜ਼ ਤੋਂ ਇਲਾਵਾ, ਜਿਵੇਂ ਕਿ ਅੰਡਰ ਪ੍ਰਿਵਿਲੇਜਡ ਪੀਪਲ ਨੇ, ਪਰ ਅਸੀਂ ਬਣਾ ਬਣਾ ਕੇ ਰੀਲਾਂ ਨਹੀਂ ਪਾਣੀਆਂ ਉੱਥੇ, ਠੀਕ ਹੈ ਵੀ ਚਾਰ ਅਸੀਂ ਕਿਸੇ ਨੂੰ ਚਾਰ ਅਸੀਂ ਜੋੜੇ ਦੇ ਦਿੱਤੇ ਅਤੇ ਅਸੀਂ ਰੀਲਾਂ ਬਣਾ ਕੇ ਅਸੀਂ ਲੋਕਾਂ ਨੂੰ ਵਿਊਜ਼ ਕਰੋ, ਸਬਸਕ੍ਰਾਈਬ ਕਰੋ, ਉਹ ਗਲਤ ਹੈ। ਇੱਥੇ ਅਸੀਂ ਆਪਣਾ ਲੋਅ ਪ੍ਰੋਫਾਈਲ ਰੱਖਣਾ ਹੈ,
विद इन कम्यूनिटी पता होवे सिख इकोनॉमिक्स कम्यूनिटी, बट असीं लोगों को प्रचार नहीं करना इस चीज़ का, ठीक है। सो सब तो वड्डी जिहड़ी चीज़ हैगी है ह्यूमैनिटी, आई डोंट थिंक सो एज ए एनवायरमेंटल स्पैशलिस्ट मेरा प्रोफाइल हैगा है, ठीक है, HSE। सो आई डोंट थिंक सो कि इंसानियत जो अज की स्पीड चल रही है कि 50 साल भी होर साड़ी धरती सर्वाइव करेगी, वी आर ऑन द वर्ज ऑफ एक्सटिंक्शन, असी बिल्कुल किनारे पर बैठे हाँ जिन्ना क असी कुदरत का घाण किया ना हर हर पक्षों। सो तुम देख सकते जिमें कि ग्लेशियर पिघल रहे हैं, सो हूँ जे असी कुछ हार्ड स्टैप्स ले भी लीए तो भी असी उस डैमेज नूं रोक नहीं सकते। सो कुछ ना कुछ अपना जरूर करिए एनवायरमेंटल सर्व, जिमें कि प्लास्टिक बैग्स असी बिल्कुल मतलब यूज ना करिए, परसनल लैवल से शुरू करिए। मैं चाहता कि जो इकोनॉमिक्स टीम है कि वो प्लास्टिक बैग्स ना यूज़ करन, ठीक है, स्लोली स्लोली स्विच करिए असी, है ना, नैचुरल बायोडिग्रेडेबल चीज़ा, ठीक है। तो जेड़े साडे मतलब कि सिखनो तुसी सिखिज़म दे विचों चीज़ां नूं लोकां ने सीखिया है कि किन्ने साडे जेड़े गुरु महान गुरु साहिबान सीगे कुदरत नाल जुड़े हुए सीगे, हर गुरुद्वारे साहिबान दे विच तालाब होना रुख होने, है ना, किन्नी वड्डी महत्ता हैगी है, किसे धर्म च नहीं हैगी है चीज़, दुनिया के किसी भी धर्म च। लेकिन अफसोस पंजाब इस चीज़ ने जिथे जन्म लिया, इस जिथे नॉलेज ने जन्म लिया वह सब तो बुरे हालात च, ठीक है जी। सो असी किसी नूं चेंज करन दा ठेका नहीं लिया होया, असी अपने आप तो शुरू करना है। सो अमेजिन करो 1 लाख सिकोनोमिक्स के ट्रेडर हो जाते अज तो समय बाद, आई कैंट से कि 2 साल 5 साल 10 साल 20 साल 50 साल, लेकिन सारे इन रूल्स नाल अवॉइड कर रहे, मतलब स्टैंडर्ड ही फॉलो कर रहे हैं स्ट्रिक्टली, तो किन्ना फर्क पै सकता है, बहुत फर्क पेगा। तुहाडे घर की जे एक टूटी भी ड्रिप कर रही ना, ड्रॉप ड्रॉप बाई ड्रॉप लीक कर रही है, 1 साल के 15,000 गैलन पानी वेस्ट हो जाता है एक टूटी के नाल। कैलकुलेशन ऐप चैक कर लो गूगल के उत्ते, कल चेंज करो, बंद करो उन्हू, रिपेयर करो उन्हू, ठीक है। साड़िया नस्लों ने वह भी समा होगा जो पानी नहीं होएगा धरती उत्ते, तो सानू उन्होंने ना गाला कढ़नी है कि काश साढ़े बजुर्ग जे इन्ना पानी सिर्फ 100 ग्राम बाथरूम नू फ्लश करन लई वेस्ट ना करते 20 लीटर पानी, तो शायद असी कुछ साल कुछ लम्हे असी होर जी लेंदे। जस्ट इमेजिन करो इस सिचुएशन नू, साड़ी नस्लों ने उत्थे दम तोड़ना है। ये याद कर दे कि साडे बुजुर्गों ने सीधा काम जो कोई किया हों तो असी अज इन्नी छेती मरते ना, राइट जी। बिल्कुल भाजी बिल्कुल, मैं थोड़े नाल एग्री हां चीज ते कुछ गल्लां चलो हुण पैणा हैगियां ने। ਉਹ ਕਹਿਣ ਦਾ ਭਾਵ ਇਹੀ ਹੈ ਭਾਜੀ, ਬੰਦੇ ਨੇ ਵਾਸ਼ਰੂਮ ਜਾਣਾ ਹੁੰਦਾ ਵਾ, 2 ਲੀਟਰ ਪਾਣੀ ਵਹਾਉਂਦਾ 3 ਮਿੰਟ, ਉਹ ਇਹ ਗਲਤ ਚੀਜ਼ ਹੈ। ਆਪਣੇ ਬਜ਼ੁਰਗ ਸਹੀ ਸੀਗੇ, ਆਪਾਂ ਉਹ ਗਲਤ ਹੋ ਗਏ, ਉਸ ਮਾਡਰਨ ਦੇ ਜ਼ਮਾਨੇ ਦੇ ਵਿੱਚ ਗਲਤ ਹੋ ਗਏ ਆਪਾਂ। ਭਾਜੀ ਸਵੇਰੇ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸ਼ਾਮ ਨੂੰ ਪੜ੍ਹਦੇ ਹਾਂ ਰਹਿਰਾ ਸਾਹਿਬ ਚ ਬਲਿਹਾਰੀ ਕੁਦਰਤ ਵਸਿਆ, ਤੇ ਸਭ ਤੋਂ ਵੱਧ ਕੁਦਰਤ ਦਾ ਨੇਚਰ ਦਾ ਨੁਕਸਾਨ ਅਸੀਂ ਕੀਤਾ। ਮੈਂ ਐਗਰੀ ਕਰਦਾ ਇਸ ਗੱਲ ਨਾਲ, ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਆ ਸਾਰਿਆਂ ਨੇ ਉਹਦਾ ਨੁਕਸਾਨ ਕੀਤਾ, ਚਾਹੇ ਉਹ ਪਰਾਲੀ ਨੂੰ ਅੱਗ ਹੋਵੇ, ਚਾਹੇ ਜੋ ਮਰਜ਼ੀ ਹੋਵੇ ਨਾ, ਚਾਹੇ ਪਾਣੀ ਧਰਤੀ ਚੋਂ ਕੱਢਣਾ ਹੋਵੇ, ਉਹ ਸਾਰਾ ਅਸੀਂ ਕੀਤਾ। ਮੈਂ ਐਗਰੀ ਕਰਦਾ ਇਸ ਗੱਲ ਨਾਲ, ਮੈਂ ਅੱਜ ਨਹੀਂ ਇਸ ਤੋਂ ਕਈ ਅੱਜ ਤੋਂ ਕਈ ਸਾਲ ਪਹਿਲਾਂ ਤੋਂ ਇਸ ਗੱਲ ਨਾਲ ਮੈਂ ਐਗਰੀ ਕਰਦਾ। ਚਲੋ ਜੀ, ਆਪਾਂ ਨੂੰ ਆਈ ਥਿੰਕ 1.5 ਘੰਟਾ ਹੋ ਗਿਆ ਹੈ ਨਾ ਲੱਗੇ ਹੋਏ। ਸੋ ਆਪਾਂ ਓਬਜੈਕਟਿਵ ਜਿਹੜੇ ਹੈਗੇ ਉਹ ਪੰਜਾਬੀ ਦੇ ਵਿੱਚ ਬਰੋਡਲੀ ਡਿਸਕਸ ਕੀਤੇ ਸਟੈਪ ਬਾਈ ਸਟੈਪ। ਸੋ ਆਪਣੇ ਜ਼ਰੂਰ ਤੁਸੀਂ ਜਿਹੜੇ ਵਿਜ਼ਨ ਹੈਗੇ, ਜਿਹੜੇ ਤੁਹਾਡੇ ਗੋਲਸ ਹੈਗੇ 2024 ਦੇ ਲਈ ਸੈੱਟ ਕਰੋ, ਜਿਨ੍ਹਾਂ 'ਚ ਤੁਹਾਡੇ ਟ੍ਰੇਡਿੰਗ ਗੋਲਸ ਨੇ, ਫਾਈਨੈਂਸ਼ੀਅਲ ਗੋਲਸ ਨੇ, ਮਟੀਰੀਅਲਿਸਟਿਕ ਗੋਲਸ ਨੇ ਕਿ ਅਸੀਂ ਕੁਝ ਫਿਜ਼ੀਕਲੀ ਵੀ ਹਾਸਲ ਕਰਨਾ ਹੈ ਜ਼ਿੰਦਗੀ 'ਚ, ਰਾਈਟ। ਸੋ ਇਨਵੈਸਟਮੈਂਟ ਗੋਲਸ ਨੇ, ਹੈਲਥ ਐਂਡ ਵੈਲਬੀਂਗ ਦੇ ਗੋਲਸ ਨੇ, ਸ਼ੇਅਰਿੰਗ ਐਂਡ ਕੇਅਰਿੰਗ ਜਿਹੜੀ ਇਸ ਦੁਨੀਆ ਨੂੰ ਅਸੀਂ ਦੇ ਕੇ ਜਾਣਾ ਹੈ ਕੁਛ ਪਰਸੈਂਟੇਜ ਗੁਰੂ ਸਾਹਿਬਾਨ ਦੇ ਹੁਕਮ ਦੇ ਮੁਤਾਬਿਕ, ਉਹਦੇ ਵੀ ਗੋਲਸ ਪਏ ਨੇ। ਤੁਸੀਂ ਇਹਦੇ ਵਿੱਚ ਜੇ ਕੁਛ ਐਡ ਕਰਨਾ ਚਾਹੁੰਦੇ ਹੋ, ਠੀਕ ਹੈ, ਸਾਡੇ ਕੋਲ ਇੱਕ ਹਫ਼ਤਾ ਹੈਗਾ ਇਹ ਗੋਲਸ ਨੂੰ ਫਾਈਨਲਾਈਜ਼ ਕਰਨ ਦਾ, ਠੀਕ ਹੈ। ਕੱਲ੍ਹ ਤੋਂ ਹੀ ਤੁਸੀਂ ਆਪਣੇ ਜਿਹੜਾ ਹੈ ਸਟ੍ਰਿਕਟਲੀ ਚੈੱਕਲਿਸਟ ਨੂੰ ਫੋਲੋ ਕਰਨਾ ਸ਼ੁਰੂ ਕਰੋ, ਕਿਉਂਕਿ ਕੱਲ੍ਹ ਅਗਰ ਟ੍ਰੇਡਿੰਗ ਹੁੰਦੀ ਹੈ, ਵੈਸੇ ਤਾਂ ਔਫ ਰਹੇਗਾ, ਬਟ ਅਸੀਂ ਉਹਨੂੰ ਮਿਸ ਨਹੀਂ ਕਰਨਾ ਕਿਸੇ ਵੀ ਓਪਰਚੁਨਿਟੀਜ਼ ਨੂੰ ਸਾਡੇ ਸਾਹਮਣੇ ਜੋ ਨਜ਼ਰ ਆ ਰਹੀ ਹੈ, ਠੀਕ ਹੈ ਜੀ। ਬਾਕੀ ਸਟ੍ਰਿਕਟਲੀ ਆਪਾਂ ਡੀਲ ਕਰਾਂਗੇ ਆਪਣੇ ਆਪ ਨਾਲ ਵੀ, ਆਪਣੇ ਇਨਡਿਸਪਲਿਨ ਮੈਂਬਰਸ ਦੇ ਨਾਲ ਵੀ। ਸਾਨੂੰ ਫਾਲਤੂ ਦੇ ਵਿੱਚ ਐਨਰਜੀ ਵੇਸਟ ਕਰਨਾ ਜਾਂ ਕਿਸੇ ਦੀ ਐਨਰਜੀ ਵੇਸਟ ਕਰਵਾਉਣਾ ਪਸੰਦ ਨਹੀਂ ਹੈਗਾ, ਠੀਕ ਹੈ।
ਲਿਮਿਟਡ ਰਿਸੋਰਸ ਨੇ, ਮੈਂ ਵੀ ਕਦੋਂ ਤੱਕ ਚੀਜ਼ਾਂ ਉੱਤੇ ਲੈਕਚਰ ਦੇ ਸਕਦਾ ਵਾਂ, ਰਾਈਟ? ਸੋ ਜੇ ਇੱਕ ਚੀਜ਼ ਨੂੰ 100-100 ਵਾਰ ਰਿਪੀਟ ਕੀਤਾ ਜਾਏ ਅਤੇ ਜੇ ਉਹਨੂੰ ਅਸੀਂ ਸਟ੍ਰਿਕਟਲੀ ਐਵੇਂ ਲੈ ਲੈਣਾ, ਐਵੇਂ ਬਸ ਭਾਅ ਜੀ ਨੇ ਬੋਲਤਾ ਜਾਂ ਕਿਸੇ ਨੇ ਬੋਲਤਾ, ਹੈ ਨਾ, ਹਰ ਕਿਸ ਚੀਜ਼ ਪਿੱਛੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਜੀ, ਠੀਕ ਹੈ? ਸੋ ਅਸੀਂ ਉਸ ਚੀਜ਼ ਦਾ ਬੈਸਟ ਆਫ ਬੈਸਟ ਬੈਨੀਫਿਟਸ ਲਈਏ, ਠੀਕ ਹੈ? ਸੋ 2024 ਸਾਰਿਆਂ ਦੇ ਲਈ ਜਿਹੜਾ ਹੈਗਾ ਉਹ ਚੜ੍ਹਦੀ ਕਲਾ ਵਾਲਾ ਹੋਵੇ, ਤੁਹਾਡੇ ਟ੍ਰੇਡਿੰਗ ਗੋਲਸ, ਤੁਹਾਡੇ ਫਾਈਨੈਂਸ਼ੀਅਲ ਗੋਲਸ, ਤੁਹਾਡੇ ਮਟੀਰੀਅਲਿਸਟਿਕ ਗੋਲਸ, ਤੁਹਾਡੇ ਇਨਵੈਸਟਮੈਂਟ, ਹੈਲਥ, ਵੈਲਬੀਂਗ ਅਤੇ ਸ਼ੇਅਰਿੰਗ ਐਂਡ ਕੇਅਰਿੰਗ ਗੋਲ ਤੁਸੀਂ ਹਾਸਲ ਕਰੋ। ਅਗਰ ਆਪਾਂ 2024 ਦੇ ਵਿੱਚ ਆਪਣੇ ਗੋਲਸ ਨੂੰ 50% ਵੀ ਆਪਣੀ ਕਪੈਸਿਟੀ ਦੇ ਮੁਤਾਬਿਕ, ਆਪਣੀ ਪ੍ਰੈਕਟਿਸ ਦੇ ਮੁਤਾਬਿਕ ਹਾਸਲ ਕਰ ਗਏ ਨਾ, ਤਾਂ ਵੀ ਅਸੀਂ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਚੇਂਜਿੰਗ ਈਅਰ ਹੋਏਗਾ 2024। ਸਹੀ ਹੈ ਜੀ? ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਜਿਹੜਾ ਅਸੀਂ ਅੱਜ ਤੱਕ ਹਾਸਲ ਨਹੀਂ ਕੀਤਾ ਉਹ ਅਸੀਂ ਆਲ ਟੂਗੈਦਰ ਅਸੀਂ ਮਲਟੀਪਲ ਫੀਲਡਸ ਦੇ ਵਿੱਚ ਹਾਸਲ ਕਰਨਾ ਸ਼ੁਰੂ ਕਰ ਦੇਣਾ ਹੈ। ਅਤੇ 2025 ਦੇ ਵਿੱਚ ਸਾਡਾ ਇੱਕ ਹੋਰ ਹੀ ਮਤਲਬ ਰੁਤਬਾ ਹੋਏਗਾ, ਜਾਂ ਲੈਵਲ ਆਫ ਤੁਸੀਂ ਕੰਫੀਡੈਂਸ ਕਹਿ ਲਓ ਆਪਣੇ ਆਪ 'ਚ, ਹੈ ਨਾ, ਉਹ ਫਿਰ ਸਾਨੂੰ 25 ਹੋਰ ਆਸਾਨ ਹੋ ਜਾਏਗਾ, ਕਿਉਂਕਿ 24 'ਚ ਅਸੀਂ ਆਪਣੇ ਆਪ ਨੂੰ ਆਪਣੀ ਲਿਮਿਟਸ ਨੂੰ ਆਪਣੀ ਅਸੀਂ ਕਪੈਸਿਟੀ ਨੂੰ ਅਜਮਾ ਚੁੱਕੇ ਹਾਂ ਕਿ ਮੇਰਾ ਇੰਜਨ ਕਿੰਨੇ ਸੀਸੀ ਦਾ ਹੈ, ਠੀਕ ਹੈ, ਮੈਂ ਇਸ ਰੇਸ ਲਾ ਸਕਦਾ ਲੰਬੀ ਜਾਂ ਨਹੀਂ, ਠੀਕ ਹੈ, ਮੈਨੂੰ ਟਿਊਨਿੰਗ ਕਰਨੀ ਪਏਗੀ, ਹੋਰ ਸਿੰਪਲ ਹੈ ਲਾਈਫ, ਠੀਕ ਹੈ। ਸੋ ਲੱਕੀ ਹੈ ਆਪਾਂ ਪੰਜਾਬ ਦੇ ਪੁੱਤਰ ਹਾਂ, ਧੀਆਂ, ਹੈ ਨਾ, ਬਹੁਤ ਸਾਨੂੰ ਚੀਜ਼ਾਂ ਜਿਹੜੀਆਂ ਵਿਰਾਸਤ ਦੇ ਵਿੱਚ ਮਿਲੀਆਂ, ਜਿਨ੍ਹਾਂ ਦੇ ਲੋਕ ਜਦੋਂ ਜ਼ਹਿਦ ਕਰਦੇ ਪਏ ਨੇ, ਸਾਨੂੰ ਉਹ ਬਾਈ ਡਿਫੋਲਟ ਮਿਲੀਆਂ, ਸਾਡੇ ਪੈਦਾ ਹੋਣ ਨਾਲ ਸਾਨੂੰ ਪੈਕੇਜ ਮਿਲਿਆ, ਯੂ ਆਰ ਪੰਜਾਬੀ, ਯੂ ਆਰ ਬਰੇਵ, ਯੂ ਆਰ ਬੈਨੋਵਲੈਂਟ, ਹੈ ਨਾ, ਤੁਸੀਂ ਬਹੁਤ ਦਿਆਲੂ ਲੋਕ ਹੋ, ਬਹੁਤ ਬਹਾਦੁਰ ਲੋਕ ਹੋ, ਠੀਕ ਹੈ, ਤੁਸੀਂ ਇਮੋਸ਼ਨਲ ਲੋਕ ਵੀ ਹੋ, ਸਾਨੂੰ ਪੈਕੇਜ ਮਿਲੇ ਨੇ ਇਹ ਪੈਦਾ ਹੋਣ ਦੇ ਨਾਲ ਫ੍ਰੀ ਦੇ ਵਿੱਚ, ਅਸੀਂ ਇਹਦਾ ਬੈਸਟ ਯੂਜ਼ ਕਰਨਾ ਹੈ ਤਾਂ ਕਿ ਅਸੀਂ ਆਪਣੀ ਪੰਜਾਬੀ ਦਾ, ਕੌਮੀਅਤ ਦਾ ਨਾਂ ਹੋਰ ਉੱਚਾ ਕਰ ਸਕੀਏ, ਠੀਕ ਹੈ ਜੀ। ਸੋ ਸਿੱਖਨੋਮਿਕਸ ਪਰਿਵਾਰ ਵੱਲੋਂ, ਆਪਾਂ ਸਾਰੇ ਸਿੱਖਨੋਮਿਕਸ ਪਰਿਵਾਰ ਹੈ, ਸੋ ਸਾਰੇ ਪਰਿਵਾਰ ਨੂੰ 2024 ਦੇ ਲਈ ਬਹੁਤ ਬਹੁਤ ਮੁਬਾਰਕਾਂ। 2024 ਦੇ ਵਿੱਚ ਸਿੱਖ ਕੌਮ ਦੇ ਨਾਲ ਜਿਹੜੇ ਕੁਝ ਦਿਨ ਨੇ ਜੁੜੇ ਹੋਏ ਚੰਗੇ ਮਾੜੇ, ਉਹ ਵੀ ਆਉਣਗੇ। ਜੂਨ ਦਾ ਮਹੀਨਾ ਆਏਗਾ, ਅਕਤੂਬਰ 31 ਵੀ ਆਏਗੀ, ਠੀਕ ਹੈ। ਸੋ ਆਖਰੀ ਇਹ ਹਫ਼ਤਾ ਜਿਹੜਾ ਅਸੀਂ ਭੁਗਤਿਆ, ਹੈ ਨਾ, ਜਿਹੜਾ ਅਸੀਂ ਬਰਦਾਸ਼ਤ ਕੀਤਾ, ਸਹਿਆ ਅਸੀਂ ਆਪਣੇ, ਹੈ ਨਾ, ਫੀਲ ਮਹਿਸੂਸ ਕੀਤਾ, ਇਹ ਵੀ ਆਏਗਾ। ਬਟ ਇਸ ਤੋਂ ਇਲਾਵਾ ਅਸੀਂ ਸਿਰਫ ਪਰਫੋਰਮ ਕਰਨਾ ਹੈ, ਚੜ੍ਹਦੀ ਕਲਾ ਵਾਲਾ ਜਿਹੜਾ, ਹੈ ਨਾ, ਵਰਤਾਰਾ ਹੋਣਾ ਚਾਹੀਦਾ। ਸੋ ਵੀ ਕੈਨ ਸ਼ੋ ਟੂ ਦਾ ਵਰਲਡ ਕਿ ਅਸ ਵੀ ਆਰ ਸਟਿਲ ਦਾ ਬੈਸਟ, ਅਸੀਂ ਕੋਈ ਡਰੱਗ ਐਡਿਕਟ ਨਹੀਂ ਹਾਂ, ਅਸੀਂ ਕੋਈ ਫੇਲੀਅਰਸ ਨਹੀਂ ਹਾਂ। ਜੇ ਅਸੀਂ ਆਈਲੈਟਸ ਆ ਗਏ ਤਾਂ ਅਸੀਂ ਕੈਨੇਡਾ ਭਰ ਛੱਡਿਆ, ਜੇ ਅਸੀਂ ਪੁਲਿਸ ਚੱਲ ਗਏ ਅਸੀਂ ਪੁਲਿਸ ਭਰ ਛੱਡੀ, ਹੈ ਨਾ। ਸੋ ਅਸੀਂ ਮਤਲਬ ਬਹੁਤ ਜਲਦੀ ਚੀਜ਼ਾਂ ਨੂੰ ਵਧੀਆ ਕਰਦੇ ਹਾਂ, ਮਤਲਬ ਪਰਫੋਰਮ ਕਰਦੇ ਹਾਂ। ਅਸੀਂ ਟਰੱਕਿੰਗ 'ਚ ਗਏ, ਅਸੀਂ ਪੂਰੀ ਵਰਲਡ ਦੇ ਵਿੱਚ ਟਰੱਕ ਟਰਾਂਸਪੋਰਟ 'ਤੇ ਕਬਜ਼ਾ ਕੀਤਾ। ਸੋ ਹੁਣ ਅਸੀਂ ਫਰੈਕਸ ਜਾਣਾ ਹੈ, ਫੋਰੈਕਸ ਦੇ ਵਿੱਚ। ਸੋ ਵਾਹਿਗੁਰੂ ਜੀ ਜਿਹੜੀ ਆਪਣੀ ਕਲਾ ਵਰਤਾਉਣ ਅਤੇ ਟੀਮ ਨੂੰ ਅਤੇ ਸਾਨੂੰ ਹਿੰਮਤ ਬਖਸ਼ੇ ਕਿ ਉਹਨਾਂ ਜਿਹੜੇ ਅਸੀਂ ਆਪਣੇ ਟਾਰਗੇਟ ਮਿੱਥੇ ਨੇ ਉਹ ਗੁਰੂ ਸਾਹਿਬ ਆ, ਸਾਨੂੰ ਉਹਨਾਂ 'ਤੇ ਚੱਲਣ ਦੀ ਹਿੰਮਤ ਬਖਸ਼ਣ। ਸੋ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਇਨ ਐਡਵਾਂਸ ਦੇ ਵਿੱਚ, 2.5 ਘੰਟੇ ਬਾਕੀ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮਿਲਾਂਗੇ ਭਾਜੀ, ਜਿਹੜਾ ਗੋਲ ਆਪਾਂ ਸੈੱਟ ਕੀਤਾ ਉਹਤੇ ਖਰੇ ਉਤਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।